ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਜ਼ੀਰੀਅਨ ਇਤਿਹਾਸ ਦੇ ਵਿੱਚ ਇੱਕ ਬੜੀ ਵੱਡੀ ਕੋਟੇਸ਼ਨ ਹੈ, ਅਨਟਿਲ ਦਾ ਲਾਈਨ ਹੈਵ ਨੋ ਹਿਸਟੋਰੀਅਨ, ਹਿਸਟਰੀ ਆਫ ਹੰਟ ਵਿਲ ਗਲੋਰੀਫਾਈ ਦਾ ਹੰਟਰ। ਜਦੋਂ ਸ਼ੇਰ ਆਪਣੇ ਇਤਿਹਾਸ ਨੂੰ ਰਚਣਾ, ਪੜ੍ਹਦਾ, ਵਾਚਣਾ, ਸਿਰਜਣਾ ਛੱਡ ਦਿੰਦੇ ਨੇ ਤੇ ਫਿਰ ਸ਼ਿਕਾਰੀ ਆਪਣੀ ਮਰਜ਼ੀ ਦੇ ਨਾਲ ਇਤਿਹਾਸ ਲਿਖਦਾ ਹੈ। ਜਦੋਂ ਸ਼ਿਕਾਰੀ ਮਰਜ਼ੀ ਦੇ ਨਾਲ ਇਤਿਹਾਸ ਲਿਖਦਾ ਹੈ, ਉਹ ਜਦੋਂ ਸ਼ੇਰ ਦਾ ਸ਼ਿਕਾਰ ਕਰਦਾ ਹੈ ਮਕਾਰੀ ਤੇ ਚਲਾਕੀ ਨਾਲ ਕਰਦਾ ਹੈ, ਪਰ ਉਹ ਆਪਣੀ ਇਤਿਹਾਸਕਾਰੀ ਦੇ ਵਿੱਚ ਆਪਣੇ ਆਪ ਨੂੰ ਬਹਾਦਰ ਤੇ ਸ਼ੇਰ ਨੂੰ ਕਾਇਰ ਸਾਬਤ ਕਰਦਾ ਹੈ। ਇਹ ਇੱਕ ਬੜੀ ਵੱਡੀ ਟ੍ਰੈਜਡੀ ਹੈ। ਸਰਦਾਰ ਰਜਿੰਦਰਪਾਲ ਸਿੰਘ ਰਾਹੀ, ਮੈਂ ਸੋਚਦਾ ਕਿ ਇਸ ਇਲਾਕੇ ਦੇ ਲੋਕਾਂ ਨੂੰ ਰਿਣੀ ਹੋਣਾ ਚਾਹੀਦਾ ਹੈ, ਕਿਉਂਕਿ ਜਿਨ੍ਹਾਂ ਨੇ ਗਦਰ ਲਹਿਰ ਦੇ ਸ਼ਹੀਦਾਂ ਦਾ, ਜਿਨ੍ਹਾਂ ਨੂੰ ਅਜੇ ਤੱਕ ਬਿਲਕੁਲ ਅਸੀਂ ਆਪਣੀ ਕੌਮ ਦੇ ਧਾਰਮਿਕ ਦਾਇਰੇ ਦੇ ਵਿੱਚੋਂ ਵਿਸਾਰ ਛੱਡਿਆ ਸੀ, ਉਹਨਾਂ ਦਾ ਸਪਿਰਿਚੁਅਲ ਤੇ ਰਿਲੀਜੀਅਸ ਰਿਵਾਈਵਲ ਜਿਹੜਾ, ਉਹਨਾਂ ਦਾ ਧਾਰਮਿਕ ਤੇ ਸਿੱਖ ਅਨੁਭਵ ਦੇ ਦਾਇਰੇ ਦੇ ਵਿੱਚ ਜਿਹੜਾ ਆਤਮਿਕ ਉਭਾਰ ਹੈ ਉਹ ਕਿਵੇਂ ਪ੍ਰਗਟ ਕੀਤਾ। ਮੇਰੇ ਖਿਆਲ ਦੇ ਨਾਲ ਅੱਜ ਤੋਂ ਕੁਝ ਸਾਲ ਪਹਿਲਾਂ 2004 ਦੇ ਵਿੱਚ ਜਦੋਂ ਮੈਂ RSS ਦੇ ਉੱਪਰ ਇੱਕ ਕਿਤਾਬ ਲਿਖੀ ਸੀ ਤੱਬੇ ਰੋਸ ਜਾਗਿਓ, ਉਹਦੇ ਵਿੱਚ ਮੇਰਾ ਕੇਵਲ ਇੱਕ ਲੇਖ ਸੀ ਇਸ ਵਿਸ਼ੇ ਨੂੰ ਲੈ ਕੇ, ਤੇ ਮੈਨੂੰ ਇੰਝ ਲੱਗਦਾ ਸੀ ਕਿ ਕੇਵਲ ਇੱਕ RSS ਹੀ ਐਸੀ ਜਥੇਬੰਦੀ ਹੈ ਜਿਹੜੀ ਸਿੱਖ ਇਤਿਹਾਸ ਨੂੰ ਮਿਸ ਇੰਟਰਪ੍ਰੈਟ ਕਰਦੀ ਹੈ। ਜਿਉਂ ਜਿਉਂ ਪਰਤਾਂ ਖੁੱਲੀਆਂ, ਇਤਿਹਾਸ ਦਾ ਪਤਾ ਲੱਗਾ ਤੇ ਇੰਝ ਲੱਗਾ ਕਿ ਸੱਚਮੁੱਚ ਸਾਨੂੰ ਇਸ ਇਤਿਹਾਸ ਨੂੰ ਪੂਰੇ ਰੂਪ ਦੇ ਵਿੱਚ ਮਲਟੀ ਡਿਮੈਂਸ਼ਨਲ ਐਨਾਲਿਸਿਸ, ਬਹੁਪੱਖੀ ਮੁਲਾਂਕਣ ਕਰਨ ਦੀ ਲੋੜ ਹੈ, ਇਸ ਦਾ ਅਧਿਐਨ ਕਰਨ ਦੀ ਲੋੜ ਹੈ। ਗਦਰ, ਹੁਣ ਜੇ ਇਸ ਸ਼ਬਦ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਕਰੀਏ ਤੇ ਇਹ ਸ਼ਬਦ ਆਪਣੇ ਆਪ ਦੇ ਵਿੱਚ ਇੰਨੇ ਵੱਡੇ ਦਾਇਰੇ ਨੂੰ ਸਮੇਟਦਾ ਹੈ ਜਿੰਨਾ ਮਨੁੱਖ ਦੀ ਮਾਨਸਿਕਤਾ ਵਿੱਚ ਸਮਾ ਹੀ ਨਹੀਂ ਸਕਦਾ। ਅਰਬੀ ਭਾਸ਼ਾ ਦਾ ਸ਼ਬਦ ਹੈ ਗਦਰ, ਅਰਬੀ ਭਾਸ਼ਾ ਦੇ ਵਿੱਚ ਇਸਦੇ ਚਾਰ ਅਰਥ ਨੇ, ਔਰ ਖਿਆਲ ਕਰਿਓ ਇਹ ਜਿਹੜੇ ਚਾਰੇ ਹੀ ਅਰਥ ਨੇ ਇਹ ਗਦਰ ਦੀ ਸੰਪੂਰਨਤਾ ਦੇ ਦਾਇਰੇ ਨੂੰ ਸੈਂਟਰਲਾਈਜ਼ ਕਰਦੇ ਆ, ਉਸ ਨੂੰ ਕੇਂਦਰਿਤ ਕਰਦੇ ਆ। ਗਦਰ ਦਾ ਪਹਿਲਾ ਅਰਥ ਹੈ ਹਿਲਜੁਲ, ਦੂਸਰਾ ਹੈ ਬੇਵਫਾਈ, ਤੀਸਰਾ ਹੈ ਬਗਾਵਤ, ਚੌਥਾ ਹੈ ਉਪੱਦਰ। ਇਹ ਜਿਹੜੇ ਅਰਬੀ ਭਾਸ਼ਾ 'ਚ ਚਾਰ ਅਰਥ ਪੈਦਾ ਹੁੰਦੇ ਨੇ ਇਸ ਗੱਲ ਨੂੰ ਸਪਸ਼ਟ ਕਰਦੇ ਨੇ ਕਿ ਇੱਕ ਮੂਵਮੈਂਟ ਦੇ ਵਿੱਚ ਇਹ ਚਾਰ ਚੀਜ਼ਾਂ ਵਾਪਰਦੀਆਂ ਨੇ। ਭਾਵੇਂ ਕਿ ਜੇ ਤੁਸੀਂ ਭਾਰਤੀ ਆਜ਼ਾਦੀ ਲਹਿਰਾਂ ਦੇ ਰੂਪ 'ਚ ਇਸ ਨੂੰ ਵੇਖੋ ਤਾਂ ਇਹ ਸਭ ਤੋਂ ਵੱਡੀ ਆਰਗੇਨਾਈਜ਼ਡ ਕਲੈਕਟਿਵ ਕੌਨਸ਼ੀਅਸਨੈਸ ਵਾਲੀ ਲਹਿਰ ਹੈ ਗਦਰ ਲਹਿਰ। ਇਸ ਤੋਂ ਵੱਡੀ ਕੋਈ ਵੀ ਜਥੇਬੰਦਕ ਲਹਿਰ ਇਹ ਨਹੀਂ ਕਹਿ ਸਕਦੀ ਕਿ ਉਸਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਇੰਨੇ ਵੱਡੇ ਰੂਪ ਦੇ ਵਿੱਚ ਵਿਦੇਸ਼ ਤੋਂ ਆ ਕੇ ਹਿੱਸਾ ਲਿਆ ਹੋਵੇ। ਔਰ ਇਸ ਦੇ ਵਿੱਚ ਇਹ ਚੌਵੇਂ ਚੀਜ਼ਾਂ ਸ਼ਾਮਲ ਨੇ, ਉਸ ਵੇਲੇ ਸਟੇਟ ਦੇ ਵਾਸਤੇ ਸਭ ਤੋਂ ਵੱਡੀ ਹਿਲਜੁਲ ਦਾ ਕਾਰਨ ਬਣੀ ਇਹ ਲਹਿਰ। ਉਸ ਦੇ ਵਾਸਤੇ ਸਟੇਟ ਨੂੰ ਸਭ ਤੋਂ ਵੱਧ ਮੁਖਬਰਾਂ ਦਾ ਆਸਰਾ ਲੈਣਾ ਪਿਆ, ਜਿਸ ਕਰਕੇ ਇਹਦੇ ਵਿੱਚ ਇਸ ਲਹਿਰ ਦੇ ਨਾਲ ਬੇਵਫਾਈ ਵੀ ਹੋਈ, ਜਿਹੜੀ ਮੇਰੇ ਖਿਆਲ ਦੇ ਨਾਲ ਅਜੇ ਤੱਕ ਬਾਦਸਤੂਰ ਜਾਰੀ ਹੈ। ਅਜੇ ਤੱਕ ਵੀ ਅਸੀਂ ਇਸ ਲਹਿਰ ਪ੍ਰਤੀ ਸਾਡਾ ਬੇਵਫਾਈ ਵਾਲਾ ਰੁੱਖ ਰਿਹਾ। ਤੀਸਰੀ ਗੱਲ ਕਿ ਬਗਾਵਤ, ਸ਼ਾਇਦ ਇਹ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਇਵੇਂ ਦੀ ਬਗਾਵਤ ਸੀ ਜਿਹੜੀ ਅੰਦਰੋਂ ਪੈਦਾ ਨਹੀਂ ਸੀ ਹੋ ਰਹੀ ਬਲਕਿ ਵਿਦੇਸ਼ ਤੋਂ ਪੈਦਾ ਹੋ ਕੇ 6000 ਦੀ ਗਿਣਤੀ 'ਚ ਪੰਜਾਬੀ ਲੋਕ ਆ ਰਹੇ ਸੀ, ਖਾਸ ਕਰਕੇ ਜਿਨ੍ਹਾਂ ਦੇ ਵਿੱਚੋਂ 98% ਸਿੱਖ ਸੀ। 200 ਸ਼ਹੀਦ ਹੋਏ ਨੇ ਗਦਰ ਲਹਿਰ ਦੇ ਵਿੱਚੋਂ, 14 ਮੁਸਲਮਾਨ ਵੀਰ ਨੇ, 7 ਹਿੰਦੂ ਵੀਰ ਨੇ, 178 ਜਿਹੜੇ ਸਿੱਖ ਨੇ। ਰੇਸ਼ੋ ਤੁਸੀਂ ਕੱਢ ਸਕਦੇ ਹੋ ਕਿ ਕਿੰਨੇ ਪ੍ਰਤੀਸ਼ਤ ਸਿੱਖ ਸ਼ਹੀਦ ਹੋਏ ਨੇ। ਤੀਸਰੀ ਗੱਲ ਹੈ ਇਸ ਲਹਿਰ ਵਿੱਚ ਬਗਾਵਤ, ਜਦੋਂ ਇਸਦੀ ਮਿਊਟੀਨੇਸ਼ਨ ਦੀ ਗੱਲ ਕਰਦੇ ਹਾਂ ਤੇ ਅੱਜ ਕੱਲ੍ਹ ਦਾ ਜਿਹੜਾ ਬ੍ਰਾਹਮਣਵਾਦੀ ਇਤਿਹਾਸਕਾਰ ਜਦੋਂ ਪੇਸ਼ ਕਰਦਾ ਇਸ ਗਦਰ ਮੂਵਮੈਂਟ ਨੂੰ ਤੇ ਉਹ ਕਹਿੰਦਾ ਕਿ ਕਿਤੇ ਨਾ ਕਿਤੇ ਇਹ 1857 ਦੀ ਬਗਾਵਤ ਦਾ ਹੀ ਦੂਸਰਾ ਰੂਪ ਸੀ। ਬਿਲਕੁਲ ਗਲਤ ਹੈ, 1857 ਦੀ ਬਗਾਵਤ ਦੇ ਨਾਲ ਇਸ ਲਹਿਰ ਦਾ ਕੋਈ ਤਲਕ ਨਹੀਂ, ਨਾ ਰੂਪ ਦੇ ਵਿੱਚ, ਨਾ ਸਰੂਪ ਦੇ ਵਿੱਚ, ਨਾ ਨਿਸ਼ਚੇ ਦੇ ਵਿੱਚ, ਨਾ ਨਿਸ਼ਾਨੇ ਦੇ ਵਿੱਚ, ਨਾ ਮਰਤਬ ਦੇ ਵਿੱਚ, ਨਾ ਮਕਸਦ ਦੇ ਵਿੱਚ ਤੇ ਨਾ ਉਸ ਲਹਿਰ ਦੀ ਰਵਾਨਗੀ ਦੇ ਵਿੱਚ ਕਿਤੇ ਉਹ ਨਹੀਂ। 1857 ਦਾ ਗਦਰ, ਜੇ ਮੈਂ ਸਿੱਖ ਇਤਿਹਾਸਕਾਰ ਦੀ ਗੱਲ ਕਰ ਦੇਵਾਂ, RC ਮਜ਼ੂਮਦਾਰ ਵਰਗੇ ਜਿਹੜੇ ਨਿਰਪੱਖ ਇਤਿਹਾਸਕਾਰ ਨੇ ਹਿੰਦੁਸਤਾਨ ਦੇ, ਉਹ ਵੀ ਕਹਿੰਦੇ ਨੇ ਕਿ ਇਹ ਹਿੰਦੁਸਤਾਨ ਦੀ ਆਜ਼ਾਦੀ ਦੀ ਜੰਗ ਨਹੀਂ ਸੀ, ਇਸ ਦਾ ਹਿੰਦੁਸਤਾਨ ਦੀ ਆਜ਼ਾਦੀ ਦੇ ਨਾਲ ਕੋਈ ਮਤਲਬ ਨਹੀਂ ਸੀ। ਇਸ 1857 ਦੀ ਬਗਾਵਤ ਦੇ ਵਿੱਚ ਸ਼ਾਮਲ ਹੋਣ ਵਾਲੇ ਹੈ ਕੌਣ? ਨਾਨਾ ਸਾਹਿਬ। ਕਾਰਨ ਕੀ ਸੀ? ਲਾਰਡ ਡਲਹੌਜ਼ੀ ਨੇ ਬਾਜ਼ੀਰਾਓ ਪੇਸ਼ਵਾ ਦੀ 8 ਲੱਖ ਸਾਲਾਨਾ ਪੈਨਸ਼ਨ ਬੰਦ ਕੀਤੀ ਤੇ ਉਹਦੀ ਮੰਗ ਸੀ ਕਿ ਮੈਨੂੰ 8 ਲੱਖ ਪੈਨਸ਼ਨ ਦਿੱਤੀ ਜਾਵੇ ਨਹੀਂ ਤੇ ਮੈਂ ਬਗਾਵਤ ਕਰਦਾ। ਦੂਸਰੀ ਰਾਣੀ ਝਾਂਸੀ, RSN ਦੀ ਕਿਤਾਬ ਮਿਊਟਨੀ ਆਫ 1857 ਪੜ੍ਹ ਕੇ ਵੇਖ ਲਓ, ਜਾਂ ਫਿਰ ਬ੍ਰਿਟਿਸ਼ ਗੌਰਮੈਂਟ ਦੇ ਰਿਕਾਰਡ ਪਏ ਨੇ
आर्मी रिकॉर्ड्स ऑफ ब्रिटिश आर्मी डॉक्टर जी डब्ल्यू फॉरेस्ट ते लिखे हुए उन्होंने पढ़ के वेख लो महाराणी झांसी लक्ष्मी बाई जिहड़ी है ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਵਿਧਵਾ ਵਾਲਾ ਜੀਵਨ ਬਤੀਤ ਕਰ ਰਹੀ ਸੀ ਜਿਹੜੇ ਵਿਦਰੋਹੀ ਆਏ ਉਸ ਦੇ ਕਿਲੇ ਨੂੰ ਘੇਰਿਆ ਉਸ ਤੋਂ ਬਾਅਦ ਉਹਨਾਂ ਨੇ ਅੰਗਰੇਜ਼ਾਂ ਨੂੰ ਘੇਰਾ ਪਾਇਆ ਔਰ ਇਸ ਰਾਣੀ ਨੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਕਿ ਮੈਂ ਬਗਾਵਤ ਕਰਨਾ ਨਹੀਂ ਚਾਹੁੰਦੀ ਮੈਂ ਖੁਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਵਿੱਚ ਫਸੀ ਹੋਈ ਹੈ ਅੱਗੇ ਆ ਜਾਓ ਬਹਾਦਰ ਸ਼ਾਹ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਨੇ ਖੁਦ ਲਾਰਡ ਡਲਹੌਜ਼ੀ ਨੂੰ ਸੁਨੇਹੇ ਭੇਜੇ ਕਿ ਜੇਕਰ ਮੈਨੂੰ ਪੈਨਸ਼ਨ ਦੇ ਕੇ ਦਿੱਲੀ ਦੇ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਮੇਰਾ ਇਸ ਬਗਾਵਤ ਨਾਲ ਕੋਈ ਸੰਬੰਧ ਨਹੀਂ ਉਸ ਦੀ ਪਤਨੀ ਜ਼ੀਨਤ ਮਹਿਲ ਨੇ ਲਾਰਡ ਡਲਹੌਜ਼ੀ ਦੇ ਕਰਿੰਦਿਆਂ ਨੂੰ ਚਿੱਠੀਆਂ ਲਿਖੀਆਂ ਕਿ ਮੇਰੇ ਪੁੱਤਰ ਜਵਾਨ ਬਖਤ ਨੂੰ ਦਿੱਲੀ ਦਾ ਹਾਕਮ ਨਿਯੁਕਤ ਕਰ ਦਿਓ ਸਾਡਾ ਇਸ ਬਗਾਵਤ ਨਾਲ ਕੋਈ ਸੰਬੰਧ ਨਹੀਂ ਅਗਲੀ ਗੱਲ ਆ ਜਾਂਦੀ ਹੈ ਬੈਰਕਪੁਰ ਦੇ ਵਿੱਚ ਮੇਰਠ ਦੇ ਕੋਲ ਮੰਗਲ ਪਾਂਡੇ ਦੀ ਬਗਾਵਤ ਉਹਦੇ 'ਚ ਦੋਸ਼ ਕੀ ਲਾਇਆ ਗਿਆ ਮੈਂ ਕਹਿੰਦਾ ਉਹਦੇ ਵਾਸਤੇ ਕਿਤਾਬ ਹੈ ਐਲ ਆਰ ਬਾਲੀ ਲਾਹੌਰੀ ਰਾਮ ਬਾਲੀ ਦੀ ਲਿਖੀ ਹਿੰਦੂਇਜ਼ਮ ਧਰਮ ਜਾਂ ਕਲੰਕ ਜ਼ਰੂਰ ਪੜਿਓ ਜੇ ਇਤਿਹਾਸ ਦਾ ਮੁਲਾਂਕਣ ਕਰਨਾ ਤੇ ਜੇ ਕ੍ਰਿਟੀਕਲ ਐਨਾਲਿਸਿਸ ਕਰਨਾ ਇਸ ਮੂਵਮੈਂਟ ਦਾ ਜ਼ਰੂਰ ਪੜਿਓ ਉਸ ਦੇ ਵਿੱਚ ਉਹ ਲਿਖਦੇ ਨੇ ਕਿ ਬਗਾਵਤ ਦਾ ਸਭ ਤੋਂ ਵੱਡਾ ਕਾਰਨ ਬਣਿਆ ਬੈਰਕਪੁਰ ਛਾਉਣੀ ਦੇ ਵਿੱਚ ਕਿ ਜਿਹੜੀਆਂ ਅੰਗਰੇਜ਼ਾਂ ਦੇ ਵੱਲੋਂ ਇਨਫੀਲਡ ਰਾਈਫਲਾਂ ਦਿੱਤੀਆਂ ਗਈਆਂ ਨੇ ਉਹਨਾਂ ਵਿੱਚ ਪਾਉਣ ਵਾਲੇ ਜਿਹੜੇ ਕਾਰਤੂਸ ਨੇ ਖੋਲਣੇ ਪੈਂਦੇ ਨੇ ਮੂੰਹ ਦੇ ਨਾਲ ਉੱਪਰ ਗਊ ਤੇ ਸੂਰ ਦੀ ਚਰਬੀ ਲੱਗੀ ਹੈ ਹੁਣ ਗਊ ਇੱਕ ਧਰਮ ਦੇ ਵਾਸਤੇ ਧਾਰਮਿਕ ਹੈ ਸੂਰ ਦੂਜੇ ਧਰਮ ਦੇ ਵਾਸਤੇ ਧਾਰਮਿਕ ਹੈ ਉਹ ਕਹਿੰਦੇ ਨੇ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਇਹਨਾਂ ਨੂੰ ਠੇਸ ਪਹੁੰਚਦੀ ਅਸੀਂ ਨਹੀਂ ਵਰਤਾਂਗੇ ਹੁਣ ਸਵਾਲ ਤੁਹਾਡੇ ਸਾਹਮਣੇ ਹੈ ਪਹਿਲੀ ਗੱਲ ਤੇ ਉਹ ਜਿਹੜੀ ਚਰਬੀ ਸੀ ਇੱਕ ਬ੍ਰਾਹਮਣ ਠੇਕੇਦਾਰ ਨੇ ਸਪਲਾਈ ਕੀਤੀ ਅੰਗਰੇਜ਼ਾਂ ਨੇ ਕਿਤੇ ਨਹੀਂ ਲਈ ਇੱਕ ਬ੍ਰਾਹਮਣ ਠੇਕੇਦਾਰ ਨੇ ਦਿੱਤੀ ਦੂਸਰੀ ਗੱਲ ਬੈਰਕ ਦੇ ਵਿੱਚੋਂ ਉਹੀ ਰਾਈਫਲਾਂ ਚੋਰੀ ਕੀਤੀਆਂ ਗਈਆਂ ਉਹੀ ਰਾਈਫਲਾਂ ਅੰਗਰੇਜ਼ਾਂ ਦੇ ਖਿਲਾਫ ਵਰਤੀਆਂ ਗਈਆਂ ਜੇ ਅੰਗਰੇਜ਼ਾਂ ਦੇ ਵੱਲੋਂ ਵਰਤੀਆਂ ਹੋਣ ਤਾਂ ਫਿਰ ਤਾਂ ਸਾਹਮਣੇ ਸਾਡੇ ਇੱਕ ਮੁਸ਼ਕਲ ਹੈ ਕਿ ਇੱਥੇ ਗਊ ਦਾ ਤੇ ਸੂਰ ਦਾ ਚਮੜਾ ਲੱਗਾ ਹੋਇਆ ਪਰ ਉਹੀ ਹਥਿਆਰ ਜਦੋਂ ਅੰਗਰੇਜ਼ਾਂ ਦੇ ਖਿਲਾਫ ਵਰਤੇ ਗਏ ਉਸ ਵੇਲੇ ਧਾਰਮਿਕ ਭਾਵਨਾਵਾਂ ਕਿੱਥੇ ਗਈਆਂ ਇਹ ਸਵਾਲ ਨੇ ਜਿਨ੍ਹਾਂ ਦਾ ਆਉਣ ਵਾਲਾ ਇਤਿਹਾਸ ਸਾਡੇ ਕੋਲੋਂ ਜਵਾਬ ਮੰਗੇਗਾ ਅਗਲੀ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਗਦਰ ਮੂਵਮੈਂਟ ਸੀ ਇਹਦੇ ਜਿਹੜੇ ਮੁਖੀ ਸੀ ਉਹ ਫਰਾਂਸੀਸੀ ਲਹਿਰ ਤੋਂ ਫਰਾਂਸੀਸੀ ਜਿਹੜੀ ਆਜ਼ਾਦੀ ਹੈ ਉਹਦੇ ਤੋਂ ਪ੍ਰਭਾਵਿਤ ਸੀ ਬਿਲਕੁਲ ਗਲਤ ਗੱਲ ਹੈ ਇਸ ਕਰਕੇ ਕਿ ਜਿਹੜੀ ਫਰਾਂਸੀਸੀ ਲਹਿਰ ਹੈ ਉਹ ਉਸ ਵੇਲੇ ਦੇ ਧਾਰਮਿਕ ਸਮਾਜ ਦੇ ਅਧੀਨ ਰਾਜਸੀ ਲੋਕਾਂ ਵੱਲੋਂ ਕੀਤੇ ਜਾ ਰਹੇ ਲੋਕਾਂ ਦੇ ਸ਼ੋਸ਼ਣ ਦੇ ਖਿਲਾਫ ਇੱਕ ਆਵਾਜ਼ ਹੈ ਜਦੋਂ ਕਿ ਇਹਦਾ ਉਹਦੇ ਨਾਲ ਸੰਬੰਧ ਹੀ ਕੋਈ ਨਹੀਂ ਇਹ ਤਾਂ ਵਿਦੇਸ਼ ਦੇ ਵਿੱਚ ਬੈਠਾ ਸਿੱਖ ਜਦੋਂ ਉੱਥੇ ਆਪਣੇ ਆਪ ਦੇ ਨਾਲ ਹੁੰਦਾ ਵਿਤਕਰਾ ਵੇਖਦਾ ਹੈ ਖਿਆਲ ਕਰਿਓ ਵਿਦੇਸ਼ ਦੇ ਵਿੱਚ ਉਹਨਾਂ ਨੂੰ ਦਾੜੀ ਵਾਲੀ ਔਰਤ ਭਾਰਤੀ ਭੇਡਾਂ ਕਾਲੀਆਂ ਭੇਡਾਂ ਵਰਗੇ ਸ਼ਬਦ ਵਰਤੇ ਗਏ ਇਹਨਾਂ ਸ਼ਬਦਾਂ ਦੇ ਵਿੱਚੋਂ ਜਦੋਂ ਇੱਕ ਵਿਦਰੋਹ ਪੈਦਾ ਹੁੰਦਾ ਉਹ ਵਿਦਰੋਹ ਕਿੱਥੋਂ ਤੱਕ ਸੀਮਤ ਸੀ ਉਸ ਵਿਦਰੋਹ ਦਾ ਦਾਇਰਾ ਬੜਾ ਵਿਸ਼ਾਲ ਸੀ ਇਸ ਕਰਕੇ ਕਿਉਂਕਿ ਉਸ ਵਿਦਰੋਹ ਦੇ ਵਿੱਚ ਸ਼ਾਮਲ ਹੋਣ ਵਾਲੇ ਜਿਹੜੇ ਵਿਅਕਤੀ ਨੇ ਸਰਦਾਰ ਜਵਾਲਾ ਸਿੰਘ ਹੋਣੀ ਸਰਦਾਰ ਤੇਜਾ ਸਿੰਘ ਹੋਣੀ ਸਰਦਾਰ ਸੋਹਣ ਸਿੰਘ ਹੋਣੀ ਉਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਦਾ ਜਿਹੜਾ ਸੋਚ ਦਾ ਦਾਇਰਾ ਹੈ ਉਹ ਕੌਮੀ ਭਵਿੱਖ ਦੀ ਤਰਜਮਾਨੀ ਕਰਦਾ ਹੈ ਕਿਉਂਕਿ ਸਾਰੇ ਹੀ ਧਾਰਮਿਕ ਦਾਇਰੇ 'ਚ ਜੁੜੇ ਹੋਏ ਲੋਕ ਨੇ ਹੁਣ ਉਹ ਸੋਚਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਵੀ ਅਸੀਂ ਗੁਲਾਮ ਹਾਂ ਤੇ ਬਾਹਰ ਆ ਕੇ ਵੀ ਅਸੀਂ ਗੁਲਾਮ ਹਾਂ ਹਿੰਦੁਸਤਾਨ ਦੇ ਵਿੱਚ ਵੀ ਸਾਨੂੰ ਜੇਲ੍ਹਾਂ 'ਚ ਰੋਲਣਾ ਪੈਂਦਾ ਹੈ ਤੇ ਬਾਹਰ ਵੀ ਸਾਡੇ ਨਾਲ ਇਹੀ ਵਤੀਰਾ ਹੁੰਦਾ ਹੈ ਤੇ ਕਿਉਂ ਨਾ ਫਿਰ ਅਸੀਂ ਇੱਥੇ ਆਜ਼ਾਦੀ ਦੀ ਜੰਗ ਲੜਨ ਦੇ ਵੱਲੋਂ ਆਪਣੇ ਖਿੱਤੇ ਨੂੰ ਆਜ਼ਾਦ ਕਰਾਉਣ ਦੀ ਗੱਲ ਕਰੀਏ ਜੇ ਕਿਤੇ ਤੁਸੀਂ ਰਸੂਲ ਹਮਜ਼ਾ ਤੌਫ ਦੀ ਕਿਤਾਬ ਮੇਰਾ ਦਾਗਿਸਤਾਨ ਪੜ੍ਹੀ ਹੋਵੇ ਉਹਦੇ 'ਚ ਇੱਕ ਛੋਟੀ ਜਿਹੀ ਜੰਗ ਦਾ ਜ਼ਿਕਰ ਹੈ ਉਸ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਜ਼ਰੂਰ ਕਰਿਓ ਉਹ ਜੰਗ ਹੈ ਰੂਸ ਦੇ ਜ਼ਾਰ ਦੇ ਜਰਨੈਲ ਬਿਰਿਆਤਿੰਸਕੀ ਤੇ ਦਾਗਿਸਤਾਨ ਦੇ ਇੱਕ ਧਾਰਮਿਕ ਆਗੂ ਇਮਾਮ ਸ਼ਬੀਲ ਦੇ ਵਿਚਕਾਰ ਇਮਾਮ ਸ਼ਬੀਲ 18 ਸਾਲ ਜੰਗ ਲੜੀ ਅਖੀਰ ਹੌਲੀ ਹੌਲੀ ਬੰਦੇ ਘਟਦੇ ਗਏ ਹਥਿਆਰ ਮੁੱਕਦੇ ਗਏ ਲੋਕ ਸਾਥ ਛੱਡਦੇ ਗਏ ਕੀ ਹੋਇਆ ਅਖੀਰ ਉਸਨੂੰ ਆਤਮ ਸਮਰਪਣ ਕਰਨਾ ਪਿਆ ਜਿਸ ਦਿਨ ਉਸਨੇ ਆਤਮ ਸਮਰਪਣ ਕੀਤਾ ਉਸਦਾ ਸਰੀਰ ਜ਼ਖਮੀ ਸੀ ਉਸਦੀ ਤੇਗ ਖੁੰਡੀ ਹੋ ਚੁੱਕੀ ਸੀ ਆਸੇ ਪਾਸੇ ਤੋਂ ਘੇਰਾ ਪੈ ਚੁੱਕਾ ਸੀ ਜਦੋਂ ਘੋੜੇ ਤੋਂ ਉੱਤਰ ਕੇ ਆਤਮ ਸਮਰਪਣ ਕਰਨ ਲਈ ਬਿਰਿਆਤਿੰਸਕੀ ਦੇ ਅੱਗੇ ਜਾ ਰਿਹਾ ਤੇ ਬਿਰਿਆਤਿੰਸਕੀ ਉਸਨੂੰ ਇੱਕ ਸਵਾਲ ਕਰਦਾ ਰੂਸ ਦੇ ਚਾਰ ਦਾ ਨੁਮਾਇੰਦਾ ਕਹਿੰਦਾ ਉਹ ਇਮਾਮ ਸ਼ਬੀਲ ਯਾਰ ਇੰਨਾ ਪਾਗਲ ਨਿਕਲਿਆ ਉਹ ਇਹਨਾਂ ਪੱਥਰਾਂ ਦੇ ਵਾਸਤੇ ਲੜਦਾ ਰਿਹਾ ਮੈਂ ਤੇ ਅੱਜ ਤੇਰੀ ਇਸ ਜਨਮ ਭੂਮੀ ਤੇ ਕਰਮ ਭੂਮੀ ਨੂੰ ਵੇਖਿਆ ਜਿੱਥੇ ਤੂੰ ਲੜਾਈ ਲੜਦਾ ਰਿਹਾ ਬਿਲਕੁਲ ਬੰਜਰ ਜ਼ਮੀਨ ਤੂੰ ਇਹਨਾਂ ਪੱਥਰਾਂ ਦੇ ਵਾਸਤੇ ਲੜਦਾ ਰਿਹਾ ਉਸ ਵੇਲੇ ਇਮਾਮ ਸ਼ਮੀਲ ਦਾ ਜਵਾਬ ਸੀ ਕਹਿੰਦਾ ਬਿਰਿਆਤਿੰਸਕੀ ਮੂਰਖ ਮੈਂ ਨਹੀਂ ਮੂਰਖ ਤੂੰ ਹਾਂ ਇਹ ਜਿਹੜੇ ਪੱਥਰ ਨੇ ਮੇਰੀ ਬਚਪਨ ਤੋਂ ਲੈ ਕੇ ਜਵਾਨੀ ਇਹਨਾਂ ਉੱਪਰ ਲੰਘੀ ਹੈ ਇਹ ਮੇਰੀ ਜਨਮ ਭੂਮੀ ਹੈ
ਇਸ ਕੱਲੇ ਕੱਲੇ ਪੱਥਰ ਦੇ ਉੱਪਰ ਮੇਰੇ ਕਬੀਲੇ ਦੇ ਸ਼ਹੀਦ ਦੇ ਖੂਨ ਦਾ ਦਾਗ ਲੱਗਾ ਮੇਰੇ ਵਾਸਤੇ ਤੇ ਅਣਮੁੱਲੀਆਂ ਵਸਤਾਂ ਨੇ ਮੂਰਖ ਤੇ ਤੂੰ ਹੈ ਜਿਹੜਾ ਇਹਨਾਂ ਪੱਥਰਾਂ ਵਾਸਤੇ ਲੜ ਰਿਹਾ। ਮੇਰਾ ਕਹਿਣ ਤੋਂ ਭਾਵ ਕਿ ਜਦੋਂ ਮਨੁੱਖ ਦੇ ਅੰਦਰ ਆਪਣੀ ਜਨਮ ਤੇ ਕਰਮ ਭੂਮੀ ਦੀ ਆਜ਼ਾਦੀ ਦਾ ਸੰਕਲਪ ਜਨਮ ਲੈਂਦਾ ਹੈ, ਫਿਰ ਉਹ ਸੰਕਲਪ ਜਿਹੜਾ ਕੇਵਲ ਤੇ ਕੇਵਲ ਧਾਰਮਿਕ ਭਾਵਨਾਵਾਂ ਤੇ ਧਾਰਮਿਕ ਵਿਚਾਰਧਾਰਾ ਜਿਹੜੀ ਉਸਦੀ ਰਹਿਨਮਾਈ ਕਰਦੀਆਂ ਨੇ। ਜਿਸ ਵੇਲੇ ਬੇਸ਼ੱਕ ਅੱਜ ਜਦੋਂ ਅਸੀਂ ਰਾਸ਼ਟਰਵਾਦ ਦੀ ਤੇ ਸਟੇਟ ਦੀ ਗੱਲ ਕਰਦੇ ਹਾਂ, ਖਾਸ ਕਰਕੇ ਪ੍ਰੈਮਿਸਟਿਕ ਨੈਸ਼ਨਲਿਜ਼ਮ ਦੀ, ਹਿੰਦੂ ਤਵੀ ਰਾਸ਼ਟਰਵਾਦ, ਉਹਦੇ ਚ ਕੀ ਹੋ ਰਿਹਾ? ਸਾਰੇ ਇਤਿਹਾਸ ਨੂੰ ਬਦਲਿਆ ਜਾ ਰਿਹਾ। ਆ ਤੁਸੀਂ ਵੇਖ ਲਓ, ਪੰਜਾਬ ਦੇ ਸਕੂਲਾਂ ਦੇ ਵਿੱਚ ਹਿੰਦ ਵਾਸੀਓ ਰੱਖਣਾ ਯਾਦ, ਸਾਨੂੰ ਕਰਤਾਰ ਸਿੰਘ ਸਰਾਭਾ ਦੇ ਬਾਰੇ ਇੱਕ ਕਵਿਤਾ ਪੜ੍ਹਾਈ ਜਾਂਦੀ। ਕਰਤਾਰ ਸਿੰਘ ਸਰਾਭਾ ਦੇ ਕੇਸ ਕਤਲ ਕੀਤੇ ਨੇ ਉਸ ਤਸਵੀਰ ਦੇ ਵਿੱਚ। ਕਰਤਾਰ ਸਿੰਘ ਸਰਾਭਾ ਦੇ ਉੱਪਰ ਕਿਹੜੇ ਸਿਲੇਬਸ 'ਚ ਪੜ੍ਹਾਇਆ ਜਾ ਰਿਹਾ? ਕਰਤਾਰ ਸਿੰਘ ਸਰਾਭਾ ਦਾ ਗਦਰ ਲਹਿਰ ਦੇ ਨਾਲ ਕੀ ਸੰਬੰਧ ਸੀ? ਕਿਹੜੀ ਕਿਤਾਬ 'ਚ ਪੜ੍ਹਾਇਆ ਜਾ ਰਿਹਾ? ਗਦਰ ਲਹਿਰ ਦੀ ਫੇਲਰ ਤੋਂ ਬਾਅਦ ਵਿੱਚ ਇੱਕ ਕੜੀ ਬਣਦੀ ਹੈ ਭਾਈ ਰਣਧੀਰ ਸਿੰਘ, ਤੇ ਉਸ ਤੋਂ ਬਾਅਦ ਬੱਬਰ ਅਕਾਲੀ ਲਹਿਰ ਪੈਦਾ ਹੁੰਦੀ ਹੈ। ਇਸ ਕੜੀ ਨੂੰ ਕਦੋਂ ਜੋੜ ਕੇ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ? ਉਹਦਾ ਕਾਰਨ ਕੀ ਹੈ? ਗਦਰ ਲਹਿਰ ਔਰ ਬੱਬਰ ਅਕਾਲੀ ਲਹਿਰ ਨੂੰ ਇਤਿਹਾਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਨਫੀ ਇਸ ਕਰਕੇ ਕੀਤਾ ਗਿਆ ਹੈ ਕਿ ਇਹ ਸਿੱਖ ਲਹਿਰ ਸੀ, ਇਹਦਾ ਸੰਬੰਧ ਨਰੋਲ ਸਿੱਖੀ ਦੇ ਨਾਲ ਸੀ, ਇਹ ਸੰਬੰਧ ਸਿੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਇਆ। ਇਸੇ ਕਰਕੇ ਤਿੰਨ ਤਰ੍ਹਾਂ ਦੇ ਨਾਲ ਖਾਸ ਕਰਕੇ ਇਹਨਾਂ ਲਹਿਰਾਂ ਦੇ ਮੁਲਾਂਕਣ ਦੇ ਵਿੱਚ ਹਮੇਸ਼ਾ ਹੀ ਭਾਰਤੀ ਹਿੰਦੂ ਤਵੀ ਰਾਸ਼ਟਰਵਾਦੀ ਨਜ਼ਰੀਆ ਰਿਹਾ ਹੈ। ਪਹਿਲਾਂ ਤਾਂ ਇਹਨਾਂ ਲਹਿਰਾਂ ਦਾ ਸੰਬੰਧ ਸਿੱਖ ਧਰਮ ਦੇ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਸਰੀ, ਇਸ ਗੱਲ ਤੋਂ ਬਿਲਕੁਲ ਮੁਨਕਰ ਹੋਇਆ ਗਿਆ ਕਿ ਇਹ ਲਹਿਰਾਂ ਜਿਹੜੀਆਂ ਨੇ ਸਿੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਤੀਸਰੀ ਗੱਲ ਜਿਹੜੀ ਹੈ ਉਹ ਸਾਡੇ ਵਾਸਤੇ ਸਭ ਤੋਂ ਟ੍ਰੈਜਡੀ ਵਾਲੀ ਸੀ ਕਿ ਜਿਹੜੇ ਗਦਰੀ ਬਾਬੇ ਗ੍ਰਿਫਤਾਰ ਹੋਏ, ਜੇਲ੍ਹਾਂ ਕੱਟ ਕੇ ਬਾਅਦ 'ਚ ਆਏ, ਉਹਨਾਂ ਦਾ ਧਾਰਮਿਕ ਜੀਵਨ ਕਿਸੇ ਨੇ ਕਲਮਬੰਦ ਨਹੀਂ ਕੀਤਾ, ਜਿਹੜਾ ਇੱਕ ਬਹੁਤ ਵੱਡਾ ਗੈਪ ਹੈ। ਰਜਿੰਦਰ ਸਿੰਘ ਹੁਣੀ ਬੇਸ਼ੱਕ ਬਹੁਤ ਕੰਮ ਕਰ ਰਹੇ ਨੇ, ਪਰ ਜਿਹੜੇ ਸਰੀਰ ਜਾ ਚੁੱਕੇ ਨੇ, ਇਹ ਜਿਹੜਾ ਗੈਪ ਸੀ, ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਨਾ ਕਿ ਅਨਟਿਲ ਦਾ ਲਾਈਨ ਹੈਵ ਨੋ ਹਿਸਟੋਰੀਅਨ, ਜਿੰਨਾ ਚਿਰ ਤੱਕ ਸ਼ੇਰ ਆਪਣੇ ਇਤਿਹਾਸ ਦੀ ਰਚਨਾ ਖੁਦ ਨਹੀਂ ਕਰੇਗਾ, ਸ਼ਿਕਾਰੀ ਆਪਣੀ ਮਰਜ਼ੀ ਕਰੇਗਾ। ਅਗਲੀ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਗਦਰ ਮੂਵਮੈਂਟ ਹੈ ਉਹ ਸਾਵਰਕਰ ਤੋਂ ਪ੍ਰਭਾਵਿਤ ਹੈ। ਸਾਵਰਕਰ ਤੋਂ ਜੇ ਗਦਰ ਮੂਵਮੈਂਟ ਪ੍ਰਭਾਵਿਤ ਹੈ ਤਾਂ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਦਾ ਕਿ ਕਾਮਰੇਡ ਵੀਰ ਬਹੁਤ ਵੱਡੇ ਭੁਲੇਖੇ ਦੇ ਵਿੱਚ ਨੇ। ਜਿਹੜਾ ਸਾਵਰਕਰ ਹੈ ਉਹ ਹਿੰਦੂ ਮਹਾਂਸਭਾ ਦਾ ਰਚੇਤਾ ਸੀ, ਔਰ ਜਿਹੜੀ ਹਿੰਦੂ ਮਹਾਂਸਭਾ ਹੈ ਉਹ ਭਾਰਤੀ ਧਰਮ ਦੇ ਦਾਇਰੇ 'ਚ ਹਿੰਦੂਤਵ ਦੇ ਰਿਵਾਈਵਲ ਦੀ ਗੱਲ ਕਰਦੀ ਹੈ, ਉਹ ਨਾਸਤਿਕਵਾਦ ਨਹੀਂ ਹੈਗਾ, ਉਹ ਹਿੰਦੂ ਧਰਮ ਦਾ ਆਸਤਿਕਵਾਦ ਹੈ। ਜੇ ਅਸੀਂ ਕਹਿੰਦੇ ਹਾਂ ਕਿ ਉਸ ਲਹਿਰ ਦਾ ਜਿਹੜਾ ਨਾਇਕ ਹੈ ਸਾਵਰਕਰ ਹੈ, ਤੇ ਫਿਰ ਮੇਰੇ ਸਾਹਮਣੇ ਦੋ ਤਿੰਨ ਸਵਾਲ ਨੇ। ਜਾਂ ਤਾਂ ਉਹ ਜਿਹੜੀ ਮੂਵਮੈਂਟ ਹੈ ਉਹਦਾ ਬਿਲਕੁਲ ਹਿੰਦੂਤਵੀ ਪੱਖ ਹੈ, ਜਾਂ ਉਸਦਾ ਕਮਿਊਨਿਜ਼ਮ ਨਾਲ ਕੋਈ ਸੰਬੰਧ ਨਹੀਂ, ਤੇ ਜਾਂ ਇੱਕ ਸਾਜ਼ਿਸ਼ੀ ਵਿਧੀ ਦੇ ਅਧੀਨ ਸਿੱਖ ਧਰਮ ਦੇ ਨਾਲ ਤੋੜਿਆ ਜਾ ਰਿਹਾ। ਪਰ ਅਸਲੀਅਤ ਇਹ ਹੈ, ਸਾਵਰਕਰ ਦੀ ਇੱਕ ਆਪਣੀ ਕਿਤਾਬ ਹੈ, ਸਿਕਸ ਗਲੋਰੀਅਸ ਪੇਜਸ ਆਫ ਇੰਡੀਅਨ ਹਿਸਟਰੀ, ਭਾਰਤੀਆ ਇਤਿਹਾਸ ਕੇ 6 ਸਵਰਨੀਯ ਪ੍ਰਿਸ਼ਠ। ਆ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਗਦਰੀ ਬਾਬਿਆਂ ਦੀ ਜਿਹੜੀ ਇਹ ਮੂਵਮੈਂਟ ਹੈ, ਜਿਹੜੀ ਲਹਿਰ ਹੈ, ਇਹ ਸਾਵਰਕਰ ਤੋਂ ਪ੍ਰਭਾਵਿਤ ਸੀ, ਮੈਂ ਕਹਿੰਦਾ ਇੱਕ ਵਾਰੀ ਕਿਤਾਬ ਪੜ੍ਹ ਲਿਓ। ਜਿਹੜੇ ਕਹਿੰਦੇ ਨੇ ਸਾਵਰਕਰ ਆਪਣੀ ਕਿਤਾਬ 'ਚ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਨਾਕਾਮ ਹੋ ਚੁੱਕੇ ਸੰਘਰਸ਼ ਨੂੰ ਬੰਦਾ ਬੈਰਾਗੀ ਨੇ ਪੂਰਨ ਕੀਤਾ। ਸਾਵਰਕਰ ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਸਮੇਂ ਇੱਕੋ ਇੱਕ ਚੰਦੂ ਹੀ ਐਸਾ ਬ੍ਰਾਹਮਣ ਸੀ ਜਿਹਨੇ ਕਰੋੜਾਂ ਰੁਪਈਏ ਦੇ ਕੇ ਗੁਰੂ ਸਾਹਿਬ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਸਾਵਰਕਰ ਹੀ ਆਪਣੀ ਕਿਤਾਬ 'ਚ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕਾਰਨ ਹਿੰਦੂ ਧਰਮ ਦੀ ਰੱਖਿਆ ਨਹੀਂ ਸੀ। ਸਾਵਰਕਰ ਹੀ ਕਹਿੰਦਾ ਹੈ ਕਿ ਹਿੰਦੂ ਇਤਿਹਾਸ ਦਾ ਸਭ ਤੋਂ ਗਲੋਰੀਅਸ ਪੀਰੀਅਡ ਆਫ ਹਿਸਟਰੀ ਇਹ ਹੈ ਕਿ ਬੰਦਾ ਸਿੰਘ ਬਹਾਦਰ ਨੇ ਹਿੰਦੂ ਸਾਮਰਾਜ ਦੀ ਸਥਾਪਨਾ ਕੀਤੀ। ਸੋ ਕੀ ਸਿੱਖ ਲਹਿਰ ਜਿਸ ਦੇ ਸ਼ਹੀਦ ਤੇ ਸਰਵਾਈਵ ਕੀਤੇ ਜਾਣ ਵੇ ਆਜ਼ਾਦੀ ਦੇ ਸਮੇਂ ਤੋਂ ਬਾਅਦ ਵੀ ਜਿਉਂਦੇ ਰਹਿਣ ਵਾਲੇ ਜਿਹੜੇ ਗੁਰਸਿੱਖ ਨੇ, ਜਿਨ੍ਹਾਂ ਦਾ ਕਰਤਾਰ ਸਿੰਘ ਝੱਬਰ ਨੇ ਜ਼ਿਕਰ ਕੀਤਾ, ਇਹਨਾਂ ਸਾਰੇ ਸ਼ਹੀਦਾਂ ਨੂੰ ਬਾਣੀ ਕੰਠ ਸੀ, ਮੋਸਟਲੀ ਅੰਮ੍ਰਿਤਧਾਰੀ ਸੀ, ਕੀ ਉਹ ਇਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣਗੇ ਕਿ ਜਿਹੜੇ ਆਪਣੇ ਗੁਰੂ ਸਾਹਿਬਾਨ ਦੇ ਖਿਲਾਫ ਲਿਖਦਾ ਹੋਵੇ ਉਹਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਜਾਣ? ਦੂਸਰੀ ਗੱਲ, ਭਾਰਤੀ ਇਤਿਹਾਸ ਦੇ ਇਹਨਾਂ ਅਖੌਤੀ ਯੋਧਿਆਂ ਦੇ ਵਿੱਚੋਂ ਸਾਵਰਕਰ ਹੀ ਐਸਾ ਯੋਧਾ ਹੈ ਜਿਹਦੀਆਂ ਸਭ ਤੋਂ ਵੱਧ ਮਰਸੀ ਪਟੀਸ਼ਨ ਸਾਨੂੰ ਮਿਲਦੀਆਂ ਨੇ, ਰਹਿਮ ਦੀਆਂ ਅਪੀਲਾਂ ਕਿ ਮੇਰੀ ਜਾਨ ਬਖਸ਼ੀ ਦਿੱਤੀ ਜਾਵੇ। ਬੇਸ਼ੱਕ ਅੱਜ ਉਹਦੀ ਫੋਟੋ ਪਾਰਲੀਮੈਂਟ 'ਚ ਲਾਉਣ ਦੀ ਗੱਲ ਚੱਲਦੀ ਹੈ, ਤੁਸੀਂ ਆਪਣੇ ਗਦਰੀ ਬਾਬਿਆਂ ਦੇ ਵਿੱਚੋਂ ਕੋਈ ਇੱਕ ਵੀ ਰਹਿਮ ਦੀ ਅਪੀਲ ਕੱਢ ਕੇ ਦੱਸ ਦਿਓ, ਇੱਕ ਵੀ ਦੱਸ ਦਿਓ ਮਰਸੀ ਪਟੀਸ਼ਨ। ਕਰਤਾਰ ਸਿੰਘ ਸਰਾਭਾ ਦੀ ਮਿਲਣੀ ਹੁੰਦੀ ਆ ਫਾਂਸੀ ਤੋਂ ਪਹਿਲਾਂ ਆਪਣੇ ਦਾਦੇ ਦੇ ਨਾਲ, ਉਸਦਾ ਦਾਦਾ ਉਹਦੇ ਚਿਹਰੇ ਦਾ ਜਲਾਲ ਵੇਖਦਾ, ਉਸਦਾ ਰੂਪ ਵੇਖਦਾ, ਉਸਦੇ ਰੁਖਸਾਰ ਦੀ ਰੂਹਾਨੀਅਤ ਵੇਖਦਾ, ਕੁਦਰਤਨ ਪਰਸੋਂ ਦੋ ਪੋਤਰੇ ਨੇ ਫਾਂਸੀ ਤੇ ਚੜ੍ਹ ਜਾਣਾ, ਬਦਨ ਸਿੰਘ ਤੇ ਕਰਤਾਰ ਸਿੰਘ ਸਰਾਭਾ ਦਾਦਾ ਤੇ ਪੋਤਾ ਸਾਹਮਣੇ ਖੜੇ ਨੇ, ਤੇ ਦਾਦਾ ਕੀ ਕਹਿ ਰਿਹਾ? ਦਾਦਾ ਕਹਿ ਰਿਹਾ, ਕਹਿੰਦਾ ਬੇਟਾ
तू हुण विछड़ जाणा है ते पुत्रा कहिंदा दादा जी तुहानूं तां खुशी होणी चाहीदी मैं धर्म दे मार्ग ते चलण लग्गा। की इन्हां जिहड़े नायक ने इतिहास दे जिहड़े मौत वल नूं जा रहे कह रहे ने कि असीं लाड़ी मौत नूं परवाउण वास्ते जा रहे हैं, कि इन्हां दे नायक जिहड़े ने उह रहम दीआं अपीलां करन वाले हो सकदे ने? और माफ करना जिवें दे नास्तकवाद दा पक्ष है, मेरी पिछे जे इसे मुद्दे ते उपर अमरीका दे एक वीर दे नाल गल होई कहिंदा जी असीं ते बिल्कुल नास्तक है, रब नूं नहीं मानदे। मैं कहा अमरीका छड़ दो, अमरीका छड़ दो, अमरीका का डालर क्यों कमा के अपनी जेब च पाउंदे हो जे तुहाडे पल्ले कोई सिद्धांत हैगा? अमरीका दे ते हर डालर दे उपर लिखिया इन गॉड वी ट्रस्ट, असीं रब च यकीन करदे। डालर अमरीका दे कमाउणे ते कहना असीं नास्तकवादी, पैसा अपनी जेब च उह पाउणा कमा के जिते लिखिया इन गॉड वी ट्रस्ट, कित्थे सिद्धांत, कित्थे विचारधारा? मैं कहना सिद्धांत दे पिछे तां गदर मूवमेंट दे जिहड़े सिख विचारधारा तों प्रभावित सी उह अपना आपा त्याग के शहीद होण दे वास्ते पंजाब दी धरती दे उपर आ गए। तुसीं डालर कमाउण जांदे हो फिर कहिंदे हो साडे सिद्धांत ने पैसा जेब च उह पाउंदे हो जिते लिखा इन गॉड वी ट्रस्ट, कित्थे ने सिद्धांत, कित्थे है विचारधारा? अगली गल, अगली गल कही जांदी है कि इह जिहड़े गदर लहर दे जिहड़े आगू सी इह परमानंद तों प्रभावित सी। माफ करना इहदे च कोई शक नहीं, परमानंद किसे समय इस लहर का हिस्सा रहा। परमानंद लाला हरदयाल का साथी रहा, परमानंद जेल दे विच भी गया, और जिस वेले करतार सिंह सराबे नूं फांसी हो जाती है परमानंद भी मरसी पटीशन दे के रहम की अपील दे के बाहर आया। पढ़ो एक सरदार बलवंत सिंह भोड़ू की किताब है, इन्हां दीआं शहीदियां दा सच, जरूर पढ़ियो उस किताब नूं, तुहानूं पता लगेगा कि जिहड़े सचमुच शहीद होना चाहुंदे सी उह तां विदेश दी धरती तों पंजाब आ रहे ने, ते जिन्हां नूं अज असीं पंजाब केसरी ते शेरे पंजाब कह रहे हो पंजाब दी धरती तों अमरीका ते यूरोप जा रहे ने, ते 1920 च वापस आउंदे ने जदों सारे गदरी शहीद हो चुके हुंदे ने। इह हुण तुसीं वेख लिओ कि गदरी बाबे कौन सी। पर गल फिर आ जाती है कि जो तुम ब्रह्मनिस्टिक नैशनलिज्म के फ्रेम की गल करते हो, एक हिंदू तो भी राष्ट्रवाद के दायरे की गल करते हो, तो जिहड़ा राष्ट्रवाद किसी समय असं औरंगजेब को माड़ा कहने, औरंगजेब को माड़ा क्यों कहने? क्योंकि उसकी एक नीति है जिसनों कहा जाता अस शरा तहतम सैफ, तलवार के जोर के नाल इस्लाम नूं फैला दिओ। भावें कि यह जरा अस शरा तहतम सैफ की विचारधारा है इस्लाम दीयां पंज किताबां दे विच, मुकद्दस कुरान शरीफ दे विच, पाक हदीस दे विच, फजाइले अमाल दे विच, फजाने सुन्नत दे विच, जां तरीके इस्लाम च नहीं मिलती। अबू हनीफा नाम का स्कॉलर है जिसने दारुल हर्ब ते दारुल इस्लाम जिहड़ियां टर्म्स पैदा कीतियां। पर साडे सामने सवाल यह है कि अज भी सानू उसे समस्या दे नाल जूझना नहीं पै रहा? किसी समय औरंगजेब कहिंदा अस शरा तहतम सैफ, सैफ कृपान, कृपान दे नाल अपनी शरा लोकां ते लागू कर दिओ। अज जो असीं हिंदू हिंदू हिंदुस्तान की गल करते हैं तो एक उदों कृपान की गल सी, अज एक साजिशी विधि है। और यह जिहड़ी चीज़ है सब तो वध असर अंदाज कर रही है घट गिणतियां दे इतिहास नूं, मैं केवल सिखां दी गल नहीं करदा। अज जिहड़ा राष्ट्रवाद दा दायरा सिरजिया जा रहा है उहदे विच कौमियत जिहड़ी है किसी की विलखण कौमियत ते विलखण पछाण है उसनूं खत्म किया जा रहा, लिखिया जा रहा सिक्स आर नॉट ए सैपरेट नेशन, दे आर पार्ट एंड पार्सल ऑफ हिंदू सोसायटी। क्यों? क्योंकि विचारधारा ही यही है कि स्ट्रक्चर ते स्क्रिप्चर नूं खत्म कर रहा। इस गल नूं समझना बहुत जरूरी है। बुद्ध धर्म खत्म होया स्ट्रक्चर दे विच, सिख धर्म खत्म हो रहा स्क्रिप्चर दे विच। जे असी नहीं समझांगे तो आने वाले समय च असी किते ना किते इतिहास दे इस जिहड़ा अज दा दहाका इहदे दोषी होवांगे कि असी अपनी विरासत विरसे ते इतिहास नूं नहीं संभालिया। स्ट्रक्चर च किवें खत्म होया? बुद्ध धर्म दे विच एक सिद्धांत है ग्रे एलीफेंट। किते तुहानूं बैंकाक जाण दा थाईलैंड जाण दा मौका मिले, किसे समय बुद्ध दे मंदरां दे अगे एक हाथी दी मूरत हुंदी सी। उसका भाव हुंदा सी कि बुद्ध इस गल ते यकीन करदा कि जिहड़ा मन है ना वह हाथी वर्गा। गुरबाणी च इह गल आउंदी है कि मन जिहड़ा वह कुंचर है ते शब्द का अंकुश है। गुरबाणी च इह गल आउंदी बुद्धिज्म दा फलसफा ते नाल रलदा मिलदा। बुद्धिज्म कहिंदा है कि मन हाथी है ते इस हाथी नूं ज्यों ज्यों काबू करी जाने त्यों त्यों ग्रे तो चिट्टा हो जाता, तो बुद्ध के मंदिर के अगे चिट्टा हाथी हुंदा सी। अज जाओ तुसीं बैंकाक दे विच सारे बुद्ध के मंदिर वेखो, अज चिट्टे हाथी की जगह गणेश ने लै ली, अज गणेश की मूर्त पई है, चिट्टा हाथी खत्म हो गया। क्यों? स्ट्रक्चर के सामने स्ट्रक्चर खड़ा कर दिता। दूसरी गल स्क्रिप्चर, जे मैं स्रोतों के अंतर विरोध वाले पासे ना जावां तां एक गल असीं पढ़दे मैं ना गणेश प्रथम मनाऊं, उस प्रथम नूं समझण दी लोड़ है कि मैं पहला गणेश की पूजा नहीं करता। कारण क्योंकि हिंदू धर्म के जिन्हें भी मत ने उन्होंने किसी भी कार्य की आरंभता तो पहला कहते श्री गणेश करना, कि गणेश की पूजा पहला करनी है।
ਸਟਰਕਚਰ ਤੋੜਿਆ, ਗਣੇਸ਼ ਅੱਗੇ ਰੱਖ ਕੇ ਸਕ੍ਰਿਪਚਰ ਤੋੜਿਆ, ਸਕ੍ਰਿਪਚਰ ਦੇ ਵਿੱਚ ਕਿਵੇਂ ਸਾਡੇ ਇਤਿਹਾਸਿਕ ਸਰੋਤਾਂ ਦੇ ਵਿੱਚ ਮਿਲਾਵਟ ਕੀਤੀ ਗਈ ਕਿ ਤੀਸਰੇ ਪਾਤਸ਼ਾਹ ਦੇ ਘਰ ਜਦੋਂ ਪੁੱਤਰੇ ਨੇ ਜਨਮ ਲਿਆ ਉਹਦਾ ਨਾਮ ਆਨੰਦ ਰੱਖਿਆ ਗਿਆ ਕਿਉਂਕਿ ਉਹ ਗਣੇਸ਼ ਦਾ ਅਵਤਾਰ ਸੀ ਤੇ ਸਿੱਖ ਨੇ ਹਰ ਕਾਰਜ ਤੋਂ ਪਹਿਲਾਂ ਆਨੰਦ ਸਾਹਿਬ ਪੜ੍ਹਨਾ ਕਿਉਂਕਿ ਗਣੇਸ਼ ਦੀ ਉਸਤਤ 'ਚ ਉਚਾਰਿਆ ਗਿਆ। ਸੋ ਕਿਸ ਤਰ੍ਹਾਂ ਦੇ ਨਾਲ ਤੋੜਿਆ ਗਿਆ ਸਟਰਕਚਰ ਤੇ ਸਕ੍ਰਿਪਚਰ, ਜੇ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਤਿਹਾਸ ਦੇ ਬਹੁਤ ਵੱਡੇ ਦੋਸ਼ੀ ਹੋਵਾਂਗੇ। ਜਿਨ੍ਹਾਂ ਦਾ ਸਟਰਕਚਰ ਟੁੱਟਾ ਉਹ ਅੱਜ ਹਿੰਦੁਸਤਾਨ 'ਚੋਂ ਖਤਮ ਹੋ ਗਏ ਨੇ, ਪਰ ਜੇ ਕਿਤੇ ਸਾਡਾ ਸਕ੍ਰਿਪਚਰ ਟੁੱਟ ਗਿਆ ਤੇ ਮਾਫ ਕਰਨਾ ਸਾਨੂੰ ਸਰਵਾਈਵ ਕਰਨਾ ਇਸ ਕਰਕੇ ਔਖਾ ਹੋ ਜਾਵੇਗਾ ਕਿ ਸਾਡੇ ਇਤਿਹਾਸ ਦਾ ਇੱਕ ਬਹੁਤ ਵੱਡਾ ਉੱਚਾ ਪ੍ਰਕਾਸ਼ਮਾਨ ਰੂਪ ਹੈ। ਅਗਲੀ ਗੱਲ, ਇਹਨਾਂ ਲਹਿਰਾਂ ਦਾ ਰਾਸ਼ਟਰਵਾਦੀਕਰਨ ਕਿਵੇਂ ਕੀਤਾ ਗਿਆ। ਮੈਂ ਜਦੋਂ ਬ੍ਰਹਮਿਸਟਿਕ ਨੈਸ਼ਨਲਿਜ਼ਮ ਦੀ ਗੱਲ ਕਰਦਾ ਕਿ ਰਾਸ਼ਟਰਵਾਦ ਦੇ ਦਾਇਰੇ ਦੇ ਵਿੱਚ ਕੌਮਾਂ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਉਹਨਾਂ ਦੀ ਵਿਲੱਖਣਤਾ ਨੂੰ ਖਤਮ ਕੀਤਾ ਜਾਂਦਾ, ਉਹਦੇ ਵਿੱਚ ਜਿਹੜੀ ਸਭ ਤੋਂ ਅਹਿਮ ਗੱਲ ਇਹ ਹੈ, ਜੇਕਰ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਅਹਿਵਾਲ ਉਲ ਖਵਾਕੀ ਨਾਂ ਦੀ ਫਾਰਸੀ ਦੀ ਕਿਤਾਬ ਹੈ ਪੜ੍ਹੋ, ਉਹਦੇ 'ਚ ਸ਼ਬਦ ਆਉਂਦਾ ਬੰਦਾ ਗੁਰੂ। ਬੰਦਾ ਗੁਰੂ ਕਿਉਂ ਕਿਹਾ ਜਾ ਰਿਹਾ? ਕਿਉਂਕਿ ਉਹਨਾਂ ਨੂੰ ਇੰਝ ਲੱਗਦਾ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਉਹ ਇੱਕ ਸੰਕਲਪ ਲੈ ਕੇ ਤੁਰਿਆ। ਇਸ ਕਰਕੇ ਜਦੋਂ ਮੁਸਲਮਾਨ ਇਤਿਹਾਸਕਾਰ ਬੰਦਾ ਸਿੰਘ ਬਹਾਦਰ ਨੂੰ ਆਪਣੇ ਸ਼ਬਦਾਂ 'ਚ ਪੇਸ਼ ਕਰਦੇ ਨੂੰ ਕਹਿੰਦੇ ਬੰਦਾ ਗੁਰੂ, ਸਿੱਖਾਂ ਦਾ ਗੁਰੂ ਨਹੀਂ ਹੈ ਬੰਦਾ ਸਿੰਘ ਬਹਾਦਰ, ਗੁਰੂ ਦੀ ਫੌਜ ਦਾ ਕਮਾਂਡਰ ਹੈ ਜਿਹੜਾ ਪੰਜ ਪਿਆਰਾਂ ਦੀ ਪ੍ਰਥਾ ਦੇ ਅਧੀਨ ਹੈ, ਪਰ ਮੁਸਲਮਾਨ ਇਤਿਹਾਸਕਾਰ ਇਸ ਤਰ੍ਹਾਂ ਲਿਖਦੇ ਨੇ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਾਡਾ ਅਗਲਾ ਸੰਘਰਸ਼ ਸ਼ੁਰੂ ਕਰਦੇ ਨੇ ਭਾਈ ਮਹਿਰਾਜ ਸਿੰਘ। ਮਹਿਰਾਜ ਸਿੰਘ ਦਾ ਜਿਹੜਾ ਸੰਘਰਸ਼ ਹੈ ਉਹ ਦੇਸ਼ ਪੰਜਾਬ ਦੇ ਵਾਸਤੇ, ਨਾ ਕਿ ਹਿੰਦੁਸਤਾਨ ਦੇ ਵਾਸਤੇ। ਇਸੇ ਕਰਕੇ ਜਦੋਂ ਉਸਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਿੰਨੀਆਂ ਵੀ ਅੰਗਰੇਜ਼ਾਂ ਦੇ ਸਾਨੂੰ ਡਾਕੂਮੈਂਟਸ ਮਿਲਦੇ ਨੇ ਸ਼ਬਦਾਂ ਦਾ ਗੁਰੂ ਮਹਾਰਾਜ, ਉਸ ਤੋਂ ਬਾਅਦ ਰਾਮ ਸਿੰਘ ਕੂਕਾ ਜਦੋਂ ਨਾਮ ਬਿਲਵਤ ਅੰਦੋਲਨ ਸ਼ੁਰੂ ਕਰਦੇ ਨੇ ਤੇ ਉਹਨਾਂ ਨੂੰ ਵੀ ਗੁਰੂ ਸ਼ਬਦ ਨਾਲ ਸੰਬੋਧਿਤ ਕੀਤਾ ਜਾਂਦਾ। ਜਿਹੜੀਆਂ ਦੋ ਲਹਿਰਾਂ ਪਿਛਲੀਆਂ ਸੀ, ਬੰਦਾ ਸਿੰਘ ਬਹਾਦਰ ਤੇ ਮਹਿਰਾਜ ਸਿੰਘ, ਉਹ ਪੰਜਾਬ ਦੇ ਵਾਸਤੇ ਲੜੀਆਂ ਗਈਆਂ ਸੀ, ਉਸ ਵਾਸਤੇ ਉਹਨਾਂ ਦਾ ਰਾਸ਼ਟਰੀਵਾਦ ਤੇ ਉੱਥੇ ਖਤਮ ਹੋ ਗਿਆ, ਪਰ ਜਿਹੜੀ ਲਹਿਰ ਬਾਕੀ ਹਿੰਦੁਸਤਾਨ ਦੇ ਨਾਮ ਦੇ ਉੱਪਰ ਲੜੀ ਜਾਂਦੀ ਹੈ ਉਹ ਅਜੇ ਤੱਕ ਵੀ ਦੇਹਧਾਰੀ ਰੂਪ ਦੇ ਵਿੱਚ ਨਾਮਧਾਰੀਆਂ ਦਾ ਗੁਰੂਡਮ ਅਜੇ ਵੀ ਜਾਰੀ, ਕਿਉਂ? ਕਿਉਂਕਿ ਸਟੇਟ ਸਪੌਂਸਰਡ ਹੈ, ਇਸੇ ਕਰਕੇ ਅਜੇ ਤੱਕ ਜਾਰੀ। ਸੋ ਜਿੰਨਾ ਚਿਰ ਤੱਕ ਅਸੀਂ ਇਸ ਰਾਸ਼ਟਰਵਾਦ ਦੇ ਦਾਇਰੇ 'ਚ ਇਤਿਹਾਸ ਨੂੰ ਕਿਵੇਂ ਖਤਮ ਕੀਤਾ ਜਾਂਦਾ ਹੈ, ਜਿੰਨਾ ਚਿਰ ਇਹ ਨਹੀਂ ਸਮਝਾਂਗੇ ਸਾਨੂੰ ਇਤਿਹਾਸ ਦਾ ਮੁਲਾਂਕਣ ਕਰਨਾ ਬਹੁਤ ਔਖਾ ਲੱਗੇਗਾ। ਸੋ ਉਸ ਵੇਲੇ ਦੇ ਜਿਹੜੇ ਗਦਰੀ ਬਾਬੇ ਨੇ, ਵੀਰ ਜੀ ਨੇ ਗੱਲ ਕੀਤੀ ਹੈ, ਬਿਲਕੁਲ ਉਹਨਾਂ ਦੇ ਕੇਂਦਰਾਂ ਨੂੰ ਪੜੋ, ਸਾਰੇ ਗੁਰਦੁਆਰੇ ਅਮਰੀਕਾ ਤੋਂ ਲੈ ਕੇ ਹਾਂਗਕਾਂਗ ਤੱਕ ਸਾਰੇ ਉਹਨਾਂ ਦੇ ਕੇਂਦਰ ਨੇ, ਫਿਰ ਉਹ ਅਕੈਡਮਿਕ ਲੈਵਲ ਨੂੰ ਕਿਵੇਂ ਨਾਲ ਲੈ ਕੇ ਚੱਲਦੇ ਨੇ? ਉਹ ਕੇਵਲ ਸੋਲ ਪਰਸੈਪਸ਼ਨ ਦੀ ਗੱਲ ਨਹੀਂ ਕਰਦੇ ਕਿ ਅਸੀਂ ਗੁਰਦੁਆਰੇ 'ਚ ਬੈਠੇ ਹਾਂ, ਨਿਤਨੇਮ ਕਰਦੇ ਹਾਂ, ਸਿਮਰਨ ਕਰਦੇ ਹਾਂ, ਅੰਮ੍ਰਿਤਧਾਰੀ ਹਾਂ, ਕਰਤਾਰ ਸਿੰਘ ਝੱਬਰ ਨੂੰ ਪੜੋ, ਸਾਰੇ ਸਿੱਖ ਯੋਧੇ ਐਸੇ ਨੇ ਜਿਨ੍ਹਾਂ ਨੂੰ ਜਪਜੀ ਸਾਹਿਬ ਦੀ ਬਾਣੀ ਦਾ ਘੱਟੋ ਘੱਟ ਹਰ ਇੱਕ ਨੂੰ ਕੰਠ ਹੈ, ਹਰ ਕੰਮ ਹੁਕਮਨਾਮਾ ਲੈ ਕੇ ਕਰਦੇ ਨੇ, ਪਰ ਉਹ ਸੋਲ ਪਰਸੈਪਸ਼ਨ ਦੇ ਨਾਲ ਅਕੈਡਮਿਕ ਪਰਸੈਪਸ਼ਨ ਨੂੰ ਕਿਵੇਂ ਨਾਲ ਇੱਕ ਟਰੈਵਲ ਕਰਾਉਂਦੇ ਨੇ? ਤੁਸੀਂ ਵੇਖੋ ਕਿ ਸਰਦਾਰ ਜਵਾਲਾ ਸਿੰਘ, ਜੇ ਕਿਤੇ ਵੀਰ ਜੀ ਨੇ ਮੇਰੀ ਰਾਮ ਕਹਾਣੀ ਐਡਿਟ ਕੀਤੀ ਹੈ, ਸਰਦਾਰ ਸੋਹਣ ਸਿੰਘ ਭਕਨਾ ਹੋਣਾ ਦੀ, ਉਹਦੇ ਦੋ ਸ਼ਬਦ ਬੜੇ ਪ੍ਰਭਾਵਿਤ ਕਰਨਗੇ ਤੁਹਾਨੂੰ ਕਿ ਜਿਸ ਵੇਲੇ ਗਦਰ ਮੂਵਮੈਂਟ ਦੇ ਵੱਲੋਂ, ਭਾਵੇਂ ਕਿ ਇਹ ਜਿਹੜੀ ਮੂਵਮੈਂਟ ਹੈ ਨਾ, ਅੱਜ ਸਾਨੂੰ ਬਹੁਤੀਆਂ ਨਵੀਆਂ ਕਿਤਾਬਾਂ 'ਚ ਇਸਦਾ ਨਾਮ ਮਿਲਦਾ ਹੈ ਕਿ ਹਿੰਦੂ ਪੈਸੀਫਿਕ ਕਾਸਟ ਸੁਸਾਇਟੀ ਜਿਹੜੀ ਸੀ ਉਹ ਬਣਾਏਗੀ ਗਦਰ ਦੇ ਨਾਂ 'ਤੇ, ਪਰ ਜੇ ਤੁਸੀਂ ਹੋਰ ਪੁਰਾਣੇ ਸਰੋਤਾਂ ਦੀ ਘੋਖ ਕਰੋ ਜਿਹੜੇ ਅਮਰੀਕਾ 'ਚ ਪਏ ਨੇ, ਉੱਥੇ ਸ਼ਬਦ ਆਉਂਦਾ ਖਾਲਸਾ ਦੀਵਾਨ ਪੈਸੀਫਿਕ ਕਾਸਟ ਪੈਸੀਫਿਕ ਸੁਸਾਇਟੀ, ਉੱਥੇ ਖਾਲਸਾ ਦੀਵਾਨ ਨਾਮ ਹੈ, ਉੱਥੇ ਹਿੰਦ ਸ਼ਬਦ ਹੀ ਨਹੀਂ ਹੈਗਾ। ਇਹ ਬਾਅਦ ਦੀ ਘਾੜਤ ਹੈ ਜਿਹੜੀ ਹਿੰਦੂ ਤਵੀ ਰਾਸ਼ਟਰਵਾਦ ਦੇ ਵੱਲੋਂ ਉਸ ਲਹਿਰ ਨੂੰ ਖਤਮ ਕਰਨ ਦੇ ਵਾਸਤੇ ਘੜੀ ਗਈ ਹੈ। ਸੋ ਉਹਦੇ ਵਿੱਚ ਕੇਵਲ ਇਹ ਨਹੀਂ ਹੈ ਕਿ ਉਹਨਾਂ ਦਾ ਨਿਸ਼ਾਨਾ ਕੇਵਲ ਤੇ ਕੇਵਲ ਗੁਰਧਾਮਿਆਂ ਤੱਕ ਜਾਂ ਪ੍ਰਧਾਨਾਂ ਜਾਂ ਗੋਲਕਾਂ ਤੱਕ ਸੀਮਤ ਸੀ, ਅਕੈਡਮਿਕ ਨਾਲ ਕਿਵੇਂ ਲੈ ਕੇ ਤੁਰ ਰਹੇ ਨੇ। ਉਸ ਵੇਲੇ ਉਹਨਾਂ ਨੇ ਭਾਰਤੀ ਵਿਦਿਆਰਥੀਆਂ ਦੇ ਵਾਸਤੇ ਵਜ਼ੀਫੇ ਦਾ ਇੰਤਜ਼ਾਮ ਕੀਤਾ, ਇੱਥੋਂ ਬੱਚੇ ਸੱਦੇ ਜਾਂਦੇ ਨੇ। ਜਿਸ ਵੇਲੇ ਗਦਰ ਲਹਿਰ ਦੇ ਪਰਚੇ ਦੀ ਜ਼ਿੰਮੇਵਾਰੀ ਹਰਦਿਆਲ ਨੂੰ ਦਿੱਤੀ ਜਾਂਦੀ ਹੈ, ਲਾਲਾ ਹਰਦਿਆਲ ਨੂੰ, ਤੇ ਉਸ ਵੇਲੇ ਸਭ ਤੋਂ ਵੱਡਾ ਇਤਰਾਜ਼ ਮੁਸਲਮਾਨਾਂ ਦੇ ਵੱਲੋਂ ਉੱਠਿਆ ਸੀ ਕਿ ਇਹ ਮੁਸਲਮਾਨ ਬੱਚਿਆਂ ਦੇ ਨਾਲ ਵਿਤਕਰਾ ਕਰਦਾ ਹੈ। ਇੱਕ ਮਹਿਮੂਦ ਨਾਂ ਦਾ ਮੁਸਲਮਾਨ ਬੜਾ ਰੋਸ਼ਨ ਦਿਮਾਗ ਬੱਚਾ ਸੀ, ਜਿਸਦਾ ਜ਼ਿਕਰ ਸੋਹਣ ਸਿੰਘ ਭਕਨਾ ਨੇ ਕੀਤਾ, ਕਹਿੰਦਾ ਇੰਨੀ ਜ਼ਿਆਦਾ ਇਹਨਾਂ ਦੇ ਵਿੱਚ ਮਜ਼ਹਬੀ ਈਰਖਾ ਸੀ, ਮੁਸਲਮਾਨ ਬੱਚਾ ਜਿਹੜੇ ਸੀ ਉਸ ਨਾਲ ਈਰਖਾ ਕੀਤੀ ਜਾਂਦੀ ਸੀ, ਦੂਜੇ ਪਾਸੇ ਹਿੰਦੂ ਧਰਮ ਦਾ ਬੱਚਾ ਨਲਾਇਕ ਵੀ ਹੋਵੇ ਉਹਨੂੰ ਵੱਧ ਪੈਸੇ ਦਿੱਤੇ ਜਾਂਦੇ ਸੀ। ਕਹਿੰਦਾ ਇਸ ਕਰਕੇ ਇਸ ਲਹਿਰ ਦੇ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋਈਆਂ, ਉਹਦਾ ਕਾਰਨ ਕੀ ਸੀ? ਇਹੀ ਹਿੰਦੂ ਤਵੀ ਰਾਸ਼ਟਰਵਾਦ, ਕਿ ਆਪਣੇ ਧਰਮ ਦੇ। ਜਿਸ ਵੇਲੇ ਭਗਤ ਰਵਿਦਾਸ ਜੀ ਇੱਥੇ ਕਰ ਰਹੇ ਨੇ ਨਾ, ਬ੍ਰਾਹਮਣਵਾਦੀ ਵਿਚਾਰਧਾਰਾ ਦੇ ਖਿਲਾਫ ਇੱਕ ਸੰਘਰਸ਼ ਹੈ ਜਿਹਦੇ ਵਿੱਚੋਂ ਬੜੀ ਸਪਸ਼ਟ ਗੱਲ ਕਹਿੰਦੇ ਨੇ, ਜਾ ਕੇ ਕੁਟੰਬ ਕੇ ਢੇਡ ਸਭ ਢੋ ਢਵੰਤ ਫਿਰੇ ਅਜੂਬ ਬਨਾਰਸੀ ਆਸ ਪਾਸ ਆਚਾਰ ਸਹਿਤ ਵਿਪਰ ਕਰੇ ਡੰਡੋ ਤੇ ਤਨੇ ਰਵਿਦਾਸ ਦਾ ਸਾਨ ਦਾਸਾ। ਉਹ ਬ੍ਰਾਹਮਣਵਾਦ ਨੂੰ ਛੇਤੀ ਹਜ਼ਮ ਨਹੀਂ ਹੋ ਸਕਦੀ ਕਿ ਜਿਹੜਾ ਬ੍ਰਾਹਮਣਵਾਦ ਕਹਿੰਦਾ ਸੀਗਾ ਕਿ ਬ੍ਰਾਹਮਣ ਮੂਰਖ ਵੀ ਹੋਵੇ ਉਹਨੂੰ ਮੱਥਾ ਟੇਕਣਾ ਤੇ ਅਛੂਤ ਜਿਹੜਾ ਵਾ ਉਹ ਜਿੰਨਾ ਮਰਜ਼ੀ ਗਿਆਨਵਾਨ ਹੋਵੇ ਉਹਨੂੰ ਕੁੱਟਣਾ ਚਾਹੀਦਾ, ਹੁਣ ਰਵਿਦਾਸ ਦੀ ਇਹ ਵਿਚਾਰਧਾਰਾ ਕਿੱਥੇ ਹਜ਼ਮ ਹੋਵੇ ਜਿੱਥੇ ਰਵਿਦਾਸ ਕਹਿ ਰਹੇ ਨੇ ਕਿ ਜਿਹੜਾ ਕਹਿੰਦਾ ਸੀ ਕਿ ਇਹਨੂੰ ਕੁੱਟਣਾ ਅੱਜ ਉਹੀ ਮੇਰੇ ਅੱਗੇ ਝੁਕਿਆ, ਆਚਾਰ ਸਹਿਤ ਵਿਪਰ ਕਰੇ ਡੰਡੋ ਤੇ ਤਿੰਨ ਤਨੇ ਰਵਿਦਾਸ ਦਾ ਸਾਨ ਦੱਸ।
ਜਿਹੜਾ ਕਹਿੰਦਾ ਸੀ ਕਿ ਇਹਦੇ ਅੱਗੇ ਝੁਕਣਾ ਹੀ ਨਹੀਂ, ਇਹਨੂੰ ਕੁੱਟਣਾ ਹੈ, ਉਹ ਮੇਰੇ ਅੱਗੇ ਝੁਕਿਆ। ਹੁਣ ਬਿਲਕੁਲ ਗੱਲ ਉੱਥੇ ਹੈ। ਇਸ ਗੱਲ ਨੂੰ ਇਸ ਪੱਖ ਤੇ ਲੈ ਕੇ ਵੇਖੋ ਕਿ ਗਿਆਨਵਾਨਾਂ ਦੇ ਨਾਲ ਨਫ਼ਰਤ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਸੰਬੰਧ ਹਿੰਦੂ ਧਰਮ ਦੇ ਨਾਲ ਨਹੀਂ ਹੈ। ਅਗਿਆਨੀਆਂ ਨੂੰ ਵਜ਼ੀਫੇ ਦਿੱਤੇ ਜਾ ਰਹੇ ਨੇ ਕਿਉਂਕਿ ਇੱਕ ਧਰਮ ਨਾਲ ਸੰਬੰਧ ਰੱਖਦੇ ਨੇ। ਇਸ ਚੀਜ਼ ਨੇ ਵੀ ਇਸ ਮੂਵਮੈਂਟ ਵਿੱਚ ਪਹਿਲੀਆਂ ਤਰੇੜੀਆਂ ਲੈ ਕੇ ਆਏ ਆ, ਜਿਹੜੀਆਂ ਜਿੱਥੋਂ ਕਿ ਇਹ ਜਿਹੜੇ ਮੁਸਲਮਾਨ ਵੀਰ ਸੀ ਉਸ ਤੋਂ ਔਖੇ। ਇਹ ਗੱਲ ਵੱਖਰੀ ਹੈ ਕਿ ਕਿਸੇ ਸਮੇਂ ਹਰਦਿਆਲ ਜੀ ਸਮਝਦੀ ਕਿ ਸ਼ਾਇਦ ਮੇਰੇ ਤੋਂ ਬਿਨਾਂ ਅਖਬਾਰ ਨੂੰ ਕੋਈ ਨਹੀਂ ਚਲਾ ਸਕਦਾ। ਸਰਦਾਰ ਸੋਹਣ ਸਿੰਘ ਹੁਣ ਪਕੜਾ ਉਹਨਾਂ ਨੂੰ ਪੜੋ, ਕਹਿੰਦੇ ਜਦੋਂ ਛੱਡ ਗਿਆ ਉਹਦੇ ਤੋਂ ਬਾਅਦ ਸਰਦਾਰ ਸੰਤੋਖ ਸਿੰਘ ਹੁਣਾਂ ਨੇ ਉਹਦੇ ਤੋਂ ਵਧੀਆ ਚਲਾਈ ਔਰ ਇਸ ਮੂਵਮੈਂਟ ਨੂੰ ਜ਼ਿਆਦਾ ਬਲ ਮਿਲਿਆ। ਹੁਣ ਉਸ ਵੇਲੇ ਇਹ ਜਿਹੜੇ ਕੁਛ ਪੱਖ ਨੇ ਜਿਹੜੀਆਂ ਮੈਂ ਅਰਬੀ ਦੇ ਚਾਰ ਸ਼ਬਦਾਂ ਦੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ, ਇਹਨਾਂ ਦੇ ਉੱਪਰ ਧਿਆਨ ਕੇਂਦਰ ਕਰਨ ਦੀ ਲੋੜ ਹੈ। ਕਾਮਾ ਗਾਟਾ ਮਾਰੂ ਦੀ ਗੱਲ ਵੀਰ ਜੀ ਦੀ ਕਿਤਾਬ ਵਿੱਚ ਤੁਹਾਡੇ ਨੇੜੇ ਨੇ, ਜ਼ਰੂਰ ਪੜਿਓ। ਗੁਰੂ ਨਾਨਕ ਜਹਾਜ਼ ਇੱਕ ਬਹੁਤ ਵੱਡੀ ਘਟਨਾ ਹੈ ਔਰ ਪਿੱਛੇ ਜੇ ਇਹ ਜਿਹੜੀ ਘਟਨਾ ਹੈ ਇਹਨੂੰ ਬਹੁਤ ਵੱਡਾ ਬਲ ਮਿਲਿਆ ਜਦੋਂ ਕੈਨੇਡੀਅਨ ਸਰਕਾਰ ਨੇ ਮਾਫ਼ੀ ਮੰਗੀ ਹੈ। ਇਹ ਮੈਂ ਸੋਚਦਾ ਕਿ ਸਾਡੇ ਇਹਨਾਂ ਵੀਰਾਂ ਦੀ ਇੱਕ ਕੀਤੀ ਕੀ ਜਿਹੜੀ ਮਿਹਨਤ ਸੀ ਉਹ ਰੰਗ ਲਿਆਈ ਹੈ ਕਿ ਕਿਤੇ ਨਾ ਕਿਤੇ ਕੌਮ ਦੇ ਵਿੱਚ ਇਸ ਚੇਤਨਤਾ ਨੇ ਜਨਮ ਲਿਆ ਕਿ ਸੱਚਮੁੱਚ ਸਾਡੇ ਨਾਲ ਕਿਵੇਂ ਦੀਆਂ ਵਧੀਕੀਆਂ ਹੋਈਆਂ ਨੇ। ਉਹਨਾਂ ਵਧੀਕੀਆਂ ਦੇ ਵਿੱਚ ਹੁਣ ਤੁਸੀਂ ਖਿਆਲ ਕਰੋ, ਗੱਲ ਕੇਵਲ ਇੱਥੋਂ ਤੱਕ ਸੀਮਤ ਨਹੀਂ। ਜੇ ਇਹ ਕਿਤੇ ਬ੍ਰਹਮਿਸਟਿਕ ਨੈਸ਼ਨਲਿਜ਼ਮ ਤੋਂ ਪ੍ਰਭਾਵਿਤ ਹੋਵੇ ਜਾਂ ਇਹ ਕਿਤੇ ਲੈਫਟਿਸਟ ਵਰਡ ਤੋਂ ਪ੍ਰਭਾਵਿਤ ਹੋਵੇ, ਸਰਦਾਰ ਮੇਵਾ ਸਿੰਘ ਲੋਪੋਕੇ ਆਪਣੀ ਕਨਫੈਸ਼ਨ ਸਟੇਟਮੈਂਟ 'ਚ ਜਿਹੜੇ ਮੈਂ ਤੁਹਾਨੂੰ ਸ਼ਬਦ ਕਹਿਣ ਲੱਗਾ ਕਦੀ ਇਹ ਨਾ ਕਹਿੰਦਾ। ਜਿਸ ਵੇਲੇ ਕਾਮਾ ਗਾਟਾ ਮਾਰੂ ਗੁਰੂ ਨਾਨਕ ਜਹਾਜ਼ ਦਾ ਸਾਕਾ ਕੈਨੇਡਾ 'ਚ ਵਾਪਰਦਾ ਹੈ, ਉਹਨੂੰ ਵਾਪਸ ਭੇਜਿਆ ਜਾਂਦਾ ਹੈ, ਉਸ ਵੇਲੇ ਭਾਰਤ ਦੇ ਪੁਲਿਸ ਵਿਭਾਗ ਦਾ CID ਦਾ ਇੱਕ ਇੰਸਪੈਕਟਰ ਹੌਪਕਿਨਸਨ, ਜਿਸ ਦਾ ਨਾਮ ਵਿਲੀਅਮ ਰੋਬਰਟ ਹੌਪਕਿਨਸਨ ਸੀ, ਉੱਥੇ ਜਾਂਦਾ ਹੈ। ਉੱਥੇ ਜਾ ਕੇ ਉਹ ਮੁਖਬਰ ਪੈਦਾ ਕਰਦਾ ਹੈ ਬੇਲਾ ਸਿੰਘ ਵਰਗੇ, ਜਿਹਦਾ ਨਾਮ ਤੁਸੀਂ ਅਕਸਰ ਕਵਿਤਾਵਾਂ 'ਚ ਪੜ੍ਹਦੇ ਹੋ। ਬੇਲਾ ਸਿੰਘ ਵਰਗੇ ਜਿਹੜੇ ਮੁਖਬਰ ਨੇ ਉਹ ਜਿਹੜੇ ਸਿੱਖ ਗਦਰ ਮੂਵਮੈਂਟ ਨਾਲ ਜੁੜੇ ਹੋਏ ਸਿੱਖ ਨੇ ਉਹਨਾਂ ਦੀ ਮੁਖਬਰੀ ਗੁਰਦੁਆਰੇ 'ਚ ਕਿਉਂ ਕਰਦੇ ਨੇ ਜੇ ਇਹ ਮੂਵਮੈਂਟ ਜਿਹੜੀ ਧਾਰਮਿਕ ਨਹੀਂ ਸੀ? ਇੱਕ ਸਵਾਲ ਪੈਦਾ ਹੁੰਦਾ ਹੈ। ਗੁਰਦੁਆਰੇ ਦੇ ਵਿੱਚ ਹੀ ਸਰਦਾਰ ਭਾਗ ਸਿੰਘ ਨੂੰ ਤੇ ਸਰਦਾਰ ਬਤਨ ਸਿੰਘ ਨੂੰ ਕਿਉਂ ਕਤਲ ਕੀਤਾ ਜਾਂਦਾ ਹੈ ਜੇ ਇਹ ਮੂਵਮੈਂਟ ਧਾਰਮਿਕ ਨਹੀਂ ਸੀ? ਤੇ ਫਿਰ ਇਹਨਾਂ ਦੇ ਕੇਂਦਰ ਗੁਰਦੁਆਰੇ ਕਿਉਂ ਸੀ? ਇੱਕ ਸਵਾਲ ਹੈ ਸਾਡੇ ਸਾਹਮਣੇ। ਦੋ ਕਤਲ ਕੀਤੇ ਜਾਂਦੇ ਨੇ, ਉਹਨਾਂ ਕਤਲਾਂ ਦੀ ਐਵੀਡੈਂਸ ਦੇ ਵਾਸਤੇ, ਗਵਾਹੀ ਦੇ ਵਾਸਤੇ ਜਦੋਂ ਹੌਪਕਿਨਸਨ ਆਉਂਦਾ ਹੈ, ਪੁੱਛ ਸਕਦੇ ਹੋ ਅੱਜ ਉਹਦੀਆਂ ਦੋ ਬੇਟੀਆਂ ਜੀਨ ਔਰ ਕੈਂਸਰ ਦੋਵੇਂ ਜੀਂਦੀਆਂ ਨੇ, ਕੈਨੇਡਾ ਦੇ ਵਿੱਚ ਰਹਿ ਰਹੀਆਂ ਨੇ, ਅੱਗੋਂ ਉਹਨਾਂ ਦੇ ਬੱਚੇ ਨੇ। ਜਾ ਕੇ ਮੈਂ ਇਹਨਾਂ ਪੁੱਛਣਾ ਚਾਹੀਦਾ ਉਹਨਾਂ ਦੇ ਨਾਲੋਂ ਕਿ ਇਹ ਮੂਵਮੈਂਟ ਕਿਸ ਧਰਮ ਦੇ ਵਿੱਚੋਂ ਪੈਦਾ ਹੋਈ ਸੀ। ਉਹ ਕਹਿੰਦੇ ਨੇ ਕਿ ਸਿੱਖਾਂ ਨੇ ਸਾਡਾ ਵਡੇਰਾ ਮਾਰਿਆ। ਹੁਣ ਖਿਆਲ ਕਰਿਓ, ਉਹ ਉਸ ਅਦਾਲਤ ਦੇ ਵਿੱਚ ਹੌਪਕਿਨਸਨ ਨੂੰ ਗੋਲੀ ਮਾਰਦਾ, ਹਥਿਆਰ ਰੱਖ ਦਿੰਦਾ ਤੇ ਜਿਹੜੀ ਉਹਦੀ ਫਾਂਸੀ ਤੋਂ ਪਹਿਲਾਂ ਮੇਵਾ ਸਿੰਘ ਲੋਪੋਕ ਦੀ ਕਨਫੈਸ਼ਨ ਸਟੇਟਮੈਂਟ, ਉਹ ਕਹਿੰਦਾ ਮੈਂ ਗਦਰ ਲਹਿਰ ਨਾਲ ਜੁੜਿਆ ਪਰ ਮੇਰਾ ਧਰਮ, ਸ਼ਬਦ ਉਸਦੇ ਜਿਹੜੇ ਲੋਕ ਕਹਿੰਦੇ ਨੇ ਕਿ ਮੂਵਮੈਂਟ ਸਿੱਖ ਮੂਵਮੈਂਟ ਨਹੀਂ ਸੀ, ਉਹਦੇ ਸ਼ਬਦ ਕਹਿੰਦੇ ਮੇਰਾ ਧਰਮ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਕਿਸੇ ਨਾਲ ਨਫ਼ਰਤ ਕਰਾਂ। ਮਜ਼ਹਬੀ ਤੌਰ ਤੇ ਮੇਰਾ ਧਰਮ ਕਿਸੇ ਦਾ ਵਿਰੋਧੀ ਨਹੀਂ, ਪਰ ਗੁਰਧਾਮ ਦੇ ਵਿੱਚ ਇਸ ਦੇ ਵੱਲੋਂ ਆਪਣੇ ਟਾਊਟ ਤੇ ਮੁਖਬਰ ਦੇ ਰਾਹੀਂ ਜਿਹੜਾ ਕੋਈ ਕਰਮ ਕੀਤਾ ਸੀ ਮੈਂ ਇਸ ਦੀ ਸਜ਼ਾ ਇਸ ਨੂੰ ਦਿੰਦੀ ਹੈ। ਧਾਰਮਿਕ ਤੌਰ ਤੇ ਮੇਰਾ ਇਸ ਅੰਗਰੇਜ਼ ਅਫਸਰ ਦੇ ਨਾਲ ਕੋਈ ਵੈਰ ਨਹੀਂ। ਰਹੀ ਗੱਲ ਫਾਂਸੀ ਦੀ, ਕਹਿੰਦਾ ਬੇਸ਼ੱਕ ਅੱਜ ਮੈਂ ਹੱਥ ਘੜੀਆਂ ਦੇ ਵਿੱਚ ਜਕੜਿਆ ਹੋਇਆ ਫਾਂਸੀ ਦੇ ਫੰਦੇ ਵੱਲ ਜਾ ਰਿਹਾ, ਪਰ ਮੇਰੇ ਮਨ ਦਾ ਚਾਅ ਇਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਭੁੱਖਾ ਬੱਚਾ ਹੱਥ ਦੇ ਵਿੱਚ ਖਾਲੀ ਬੋਤਲ ਲੈ ਕੇ ਆਪਣੀ ਮਾਂ ਦੇ ਕੋਲ ਦੁੱਧ ਲੈਣ ਵਾਸਤੇ ਜਾ ਰਿਹਾ। ਹੁਣ ਇਹ ਜਿਹੜੀ ਸਪਿਰਿਟ ਹੈ ਇਹ ਧਰਮ 'ਚੋਂ ਹੀ ਪੈਦਾ ਹੋ ਸਕਦੀ ਹੈ, ਜਿੱਥੇ ਉਹਦੇ ਸ਼ਬਦ ਨੇ ਕਿ ਮੇਰਾ ਧਰਮ ਕਿਸੇ ਦੇ ਨਾਲ ਨਫ਼ਰਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ, ਸਰਦਾਰ ਮੇਵਾ ਸਿੰਘ ਲੋਪੋਕੇ। ਸੋ ਸਰਦਾਰ ਮੇਵਾ ਸਿੰਘ ਲੋਪੋਕੇ ਦੀ ਜਿਹੜੀ ਕੁਰਬਾਨੀ ਹੈ ਅਮਰਧਾਰੀ ਸਿੰਘ ਦੀ, ਉਸ ਨੂੰ ਅਸੀਂ ਇਸ ਇਤਿਹਾਸ 'ਚੋਂ ਕਿਵੇਂ ਮਨਫੀ ਕਰਕੇ ਵੇਖ ਸਕਦੇ ਹਾਂ? ਉਸ ਤੋਂ ਬਾਅਦ 1914 ਦੇ ਵਿੱਚ ਸੰਸਾਰ ਜੰਗ ਗਦਰ ਮੂਵਮੈਂਟ ਦੀ ਵੱਡੇ ਰੂਪ 'ਚ ਆਰੰਭਤਾ, ਔਰ ਆਰੰਭਤਾ ਜਿਹੜੀ ਉਹ ਕੇਵਲ ਤੇ ਕੇਵਲ ਉੱਥੋਂ ਤੱਕ ਸੀਮਤ ਨਹੀਂ, ਉੱਥੋਂ ਤੱਕ ਲੋਕਾਂ ਨੂੰ ਕੇਵਲ ਜਾਗਰੂਕ ਕੀਤਾ ਗਿਆ। ਹੁਣ ਇਸ ਜਾਗਰੂਕਤਾ ਦਾ ਕੇਂਦਰ ਜਿਹੜੇ ਗੁਰਦੁਆਰੇ ਨੇ ਜਿਨ੍ਹਾਂ ਦੀ ਗੱਲ ਕਰ ਚੁੱਕੇ ਨੇ, ਉਹਨਾਂ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਸਾਹਿਬਾਨ ਨੇ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੇ ਅੰਬੈਸਡਰ ਦੀ ਭੂਮਿਕਾ ਨਿਭਾਈ ਹੈ, ਜਗ੍ਹਾ ਜਗ੍ਹਾ ਤੇ ਜਾ ਕੇ ਪ੍ਰਚਾਰ ਕੀਤਾ, ਲੋਕਾਂ ਨੂੰ ਤਿਆਰ ਕੀਤਾ। ਨਹੀਂ ਤੇ ਖਿਆਲ ਕਰਿਓ, ਮੈਂ ਇੱਕ ਤੁਹਾਨੂੰ ਉਦਾਹਰਣ ਦਿੰਦਾ, ਕਿਸੇ ਕੰਪਨੀ ਨੇ ਪ੍ਰੋਡਕਟ ਵੇਚਣੇ ਹੋਣ, ਆ ਕਿੰਨੀਆਂ ਕੰਪਨੀਆਂ ਨੈਟਵਰਕਿੰਗ ਵਾਲੀਆਂ ਤੁਰੀਆਂ ਫਿਰਦੀਆਂ ਨੇ, ਜੀ ਇੱਕ ਤੁਸੀਂ 3000 ਦੀ ਕਿੱਟ ਖਰੀਦ ਲਓ, 3 ਮੈਂਬਰ ਬਣਾਓ, ਤੁਹਾਨੂੰ ਪੈਸੇ ਆਉਣਗੇ। ਤੁਹਾਨੂੰ ਇੱਕ ਨੈਟਵਰਕਿੰਗ ਕੰਪਨੀ ਦਾ ਇੱਕ ਮੈਂਬਰ ਬਣਾਉਣ ਦੇ ਵਾਸਤੇ ਤਰਲੇ ਲੈਣੇ ਪੈਂਦੇ, ਮੈਂਬਰ ਫਿਰ ਕੋਈ ਨਹੀਂ ਬਣਦਾ, 6 ਵਾਰੀ ਘਰ ਜਾਂਦੇ ਅਗਲਾ ਨਾ ਕਰ ਦਿੰਦਾ ਹੈ ਨਹੀਂ 3000 ਰੁਪਈਆ। ਕਿੰਨੀ ਜ਼ਿਆਦਾ ਕਨਵੀਨਸਿੰਗ ਪਾਵਰ ਹੋਊਗੀ ਉਸ ਸਮੇਂ ਸਿੱਖਾਂ ਦੇ ਵਿੱਚ ਧਾਰਮਿਕ ਨਜ਼ਰੀਏ ਤੋਂ ਕਿ 6000 ਬੰਦਾ ਹਿੰਦੁਸਤਾਨ ਆਉਣ ਵਾਸਤੇ ਤਿਆਰ ਹੈ ਤੇ ਮਰਨ ਵਾਸਤੇ ਤਿਆਰ ਹੈ। ਉਹਨਾਂ ਸਿੱਖਾਂ ਦਾ ਜੀਵਨ ਕਿਵੇਂ ਦਾ ਹੋਗਾ, ਉਹਨਾਂ ਸਿੱਖਾਂ ਦਾ ਆਮ ਜਨਤਾ ਤੇ ਪ੍ਰਭਾਵ ਕਿਵੇਂ ਦਾ ਹੋਵੇਗਾ?
ਉਹ ਜਿਹੜੇ ਗ੍ਰੰਥੀ ਸਿੰਘ ਨੇ ਉਹ ਲੋਕਾਂ ਦੇ ਵਿੱਚ ਕਿੰਨੇ ਉੱਚੇ ਸੁੱਚੇ ਕਾਮਲ ਇਖਲਾਕ ਦੇ ਜੀਵਨ ਦੀ ਮਿਸਾਲ ਹੋਣਗੇ, ਜਿਨ੍ਹਾਂ ਦੇ ਕਹਿਣ ਦੇ ਉੱਪਰ 6000 ਸਿੱਖ ਹਿੰਦੁਸਤਾਨ ਨੂੰ ਤੁਰ ਪਿਆ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਮਰਨ ਦੇ ਵਾਸਤੇ। ਪਤਾ ਸੀ ਇੱਥੇ ਆ ਕੇ ਮੌਤ ਮਿਲੇਗੀ, ਅਸੀਂ ਬਗਾਵਤ ਕਰਨੀ ਆ। ਸਰਦਾਰ ਕਰਤਾਰ ਸਿੰਘ ਸਰਾਭਾ 1896 ਦਾ ਜਨਮ, ਮਾਤਾ ਸਾਹਿਬ ਕੌਰ ਦੇ ਘਰ, ਮੰਗਲ ਸਿੰਘ ਪਿਤਾ, ਜਨਮ ਲੈਂਦਿਆਂ ਪਿਤਾ ਦੀ ਮੌਤ ਦਾਦੇ ਬਦਨ ਸਿੰਘ ਨੇ ਪਾਲਿਆ। ਕਿਤੇ ਛੋਟੀ ਜਿਹੀ ਗੱਲ ਹੋਵੇਗੀ ਕਿ ਇੱਥੇ ਪਹਿਲਾਂ 10ਵੀਂ ਤੋਂ ਘੱਟ ਪੜ੍ਹਾਈ ਕਰਕੇ ਉੜੀਸਾ ਆਪਣੇ ਚਾਚਾ ਜੀ ਕੋਲ ਚਲਾ ਗਿਆ, ਚਾਚਾ ਬ੍ਰਿਟਿਸ਼ ਪੁਲਿਸ ਦੇ ਵਿੱਚ ਸੀ, ਉੱਥੇ ਜਾ ਕੇ ਫਿਰ ਉੱਚ ਵਿੱਦਿਆ ਪ੍ਰਾਪਤ ਕੀਤੀ ਤੇ 1911 ਦੇ ਵਿੱਚ ਅਮਰੀਕਾ ਜਾਣਾ ਤੇ ਬਰਕਲੇ ਯੂਨੀਵਰਸਿਟੀ ਦੇ ਕੈਮਿਸਟਰੀ ਡਿਪਾਰਟਮੈਂਟ 'ਚ ਐਡਮਿਸ਼ਨ ਲੈਣੀ ਕਿਤੇ ਛੋਟੀ ਗੱਲ ਹੈ? ਉਹਨਾਂ ਸਮਿਆਂ ਦੇ ਵਿੱਚ ਅੱਜ ਤੋਂ 105 ਸਾਲ ਪਹਿਲਾਂ ਅੱਜ ਕਿਸੇ ਬੱਚੇ ਨੂੰ ਵਿਦੇਸ਼ ਪੜ੍ਹਾਉਣਾ ਹੋਵੇ ਸੋਚਿਆ ਨਹੀਂ ਜਾ ਸਕਦਾ। ਅੱਜ ਬੱਚੇ ਨੂੰ ਵਿਦੇਸ਼ ਪੜ੍ਹਾਉਣਾ ਹੋਵੇ ਮਾਂ ਬਾਪ ਪਹਿਲਾਂ ਕਹਿੰਦੇ ਬੇਟਾ ਜੇ ਬਾਹਰ ਪੜ੍ਹ ਜਾਣਾ ਕੰਮ ਦਾ ਇੰਤਜ਼ਾਮ ਕਰ ਲਓ, ਕੋਈ ਰਿਸ਼ਤੇਦਾਰ ਹੈਗਾ ਰਹਿਣ ਦੇ ਵਾਸਤੇ। ਪਰ ਉਹਨਾਂ ਸਮਿਆਂ ਦੇ ਵਿੱਚ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ 'ਚ ਜਾ ਕੇ ਪੜ੍ਹਨਾ, ਕੈਮਿਸਟਰੀ ਡਿਪਾਰਟਮੈਂਟ 'ਚ ਐਡਮਿਸ਼ਨ ਹੋਣੀ, 40 ਉਸ ਵੇਲੇ ਹਿੰਦੁਸਤਾਨੀ ਵਿਦਿਆਰਥੀ ਸੀ, ਉਹਨਾਂ 40 ਨੂੰ ਧਰਮ ਦੇ ਨਾਮ ਦੇ ਉੱਤੇ ਬਗਾਵਤ ਦੀ ਤਿਆਰ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀਆਂ ਕਹਾਣੀਆਂ ਨੂੰ ਸੁਣਾ ਕੇ। ਪਰਮਾਨੰਦ ਦੇ ਨਾਲ ਇੱਕੋ ਮੁਲਾਕਾਤ ਦਾ ਜ਼ਿਕਰ ਆਉਂਦਾ ਹੈ ਉਸ ਵੇਲੇ ਕਰਤਾਰ ਸਿੰਘ ਸਰਾਭਾ ਦਾ ਅਮਰੀਕਾ ਦੇ ਵਿੱਚ। ਜ਼ਿਆਦਾ ਉਹਦੀਆਂ ਜਿਹੜੀਆਂ ਮੁਲਾਕਾਤਾਂ ਨੇ ਸਰਦਾਰ ਜਵਾਲਾ ਸਿੰਘ ਦੇ ਨਾਲ। ਸਰਦਾਰ ਜਵਾਲਾ ਸਿੰਘ ਨੇ ਉਸ ਵੇਲੇ ਇਹਨਾਂ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਦਿੱਤੇ ਜਿਨ੍ਹਾਂ ਦੀ ਗੱਲ ਮੈਂ ਪਹਿਲਾਂ ਪਰਮਾਨੰਦ ਰਹੀ ਕਰ ਚੁੱਕਿਆ। ਵਜ਼ੀਫੇ ਵੀ ਇਹਨਾਂ ਵਿਦਿਆਰਥੀਆਂ ਨੂੰ ਦਿੱਤੇ ਸਰਦਾਰ ਸਿੰਘ ਕਰਤਾਰ ਸਿੰਘ ਸਰਾਭਾ ਨੂੰ। ਹੁਣ ਖਿਆਲ ਕਰੋ ਉਹਨਾਂ ਦਾ ਅਕੈਡਮਿਕ ਲੈਵਲ ਕਿਵੇਂ ਦਾ ਹੋਵੇਗਾ ਸਾਡੇ ਉਹਨਾਂ ਸਰਦਾਰਾਂ ਦਾ। ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਬਰਕਲੇ ਯੂਨੀਵਰਸਿਟੀ ਦੇ ਵਿੱਚ ਕੈਮਿਸਟਰੀ ਡਿਪਾਰਟਮੈਂਟ 'ਚ ਜਾਣ ਦੀ ਸਲਾਹ ਵੀ ਸਰਦਾਰ ਜਵਾਲਾ ਸਿੰਘ ਨੇ ਦਿੱਤੀ। ਜਿਸ ਵੇਲੇ ਕਰਤਾਰ ਸਿੰਘ ਸਰਾਭਾ ਉਸ ਵੇਲੇ ਸੈਨ ਫਰਾਂਸਿਸਕੋ ਦੀ ਬੰਦਰਗਾਹ ਤੇ ਪਹੁੰਚਿਆ ਤੇ ਜਿਹੜੇ ਉੱਥੋਂ ਦੇ ਇਮੀਗ੍ਰੇਸ਼ਨ ਆਫੀਸਰ ਨੇ ਇਸ ਨੂੰ ਸਵਾਲ ਜਵਾਬ ਕੀਤੇ ਨੇ, ਕਿਤੇ ਉਹਨਾਂ ਸਵਾਲਾਂ ਜਵਾਬਾਂ ਦਾ ਵੇਖੋ ਕਿਤੇ ਮੁਲਾਂਕਣ ਕਰਕੇ, ਉਹ ਕਿੰਨਾ ਰੋਸ਼ਨ ਦਿਮਾਗ ਹੋਵੇਗਾ ਤੁਹਾਡਾ 17 ਸਾਲਾਂ ਦਾ ਨੌਜਵਾਨ, 16-17 ਸਾਲ ਦਾ ਨੌਜਵਾਨ ਜਿਸ ਨੇ ਕੈਨੇਡੀਅਨ ਇਮੀਗ੍ਰੇਸ਼ਨ ਅਮੈਰੀਕਨ ਇਮੀਗ੍ਰੇਸ਼ਨ ਦੇ ਆਫੀਸਰ ਨਿਰੁੱਤਰ ਕਰ ਦਿੱਤੇ। ਉਹਦੀ ਰੋਸ਼ਨ ਦਿਮਾਗੀ, ਉਹਦਾ ਟੈਲੈਂਟ, ਉਹਦਾ ਇੰਟੈਲੀਜੈਂਸੀਆ ਕਿੰਨਾ ਜ਼ਿਆਦਾ ਹੋਵੇਗਾ। ਉੱਥੇ ਗਿਆ, ਉੱਥੇ ਜਾ ਕੇ ਉਸਨੇ ਕਿਸੇ ਤਰ੍ਹਾਂ ਦੇ ਨਾਲ ਗਦਰ ਲਹਿਰ ਦੇ ਨਾਲ ਸੰਬੰਧ ਸਥਾਪਿਤ ਕੀਤੇ, ਇੱਕ ਚੰਗਾ ਜਿਹੜਾ ਕਹਿ ਸਕਦੇ ਕਿ ਗਰੁੱਪ ਬਣਾਇਆ। ਪਰ ਜਿੱਥੇ ਇਹ ਲੋੜ ਪਈ ਕਿ ਗਦਰ ਲਹਿਰ ਨੇ ਫੈਸਲਾ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਜਾਣਾ, ਉੱਥੇ ਕਰਤਾਰ ਸਿੰਘ ਸਰਾਭਾ ਵੀ ਆਇਆ। ਇਹ ਦੋ ਵੱਖ ਵੱਖ ਗਰੁੱਪਾਂ 'ਚ ਆਏ ਨੇ, ਸਰਦਾਰ ਸੋਹਣ ਸਿੰਘ ਪਕਨਾ ਹੁਣੀ ਵੱਖਰੇ ਗਰੁੱਪ 'ਚ ਆਏ ਨੇ ਤੇ ਉਸ ਸਮੇਂ ਕੁਛ ਘਟਨਾਵਾਂ ਇਵੇਂ ਦੀਆਂ ਵਾਪਰਦੀਆਂ ਨੇ। ਜੇਕਰ ਤੁਸੀਂ ਕਰਤਾਰ ਸਿੰਘ ਸਰਾਭਾ ਤੋਂ ਬਾਅਦ ਜਿਹੜੀਆਂ 3-4 ਮੀਆਂ ਮੀਰ ਦੀ ਛਾਉਣੀ, ਫਿਰੋਜ਼ਪੁਰ ਦੀ ਛਾਉਣੀ, ਮੋਗੇ ਦਾ ਜਿਹੜਾ ਬੈਂਕ ਡਕੈਤੀ, ਇਹ ਜਿੰਨੇ ਵੀ ਚੀਜ਼ਾਂ ਉਸ ਵੇਲੇ ਉਲੀਕੀਆਂ ਗਈਆਂ ਕਿ ਅਸੀਂ ਆਹ ਆਹ ਐਕਸ਼ਨ ਕਰਨੇ ਨੇ, ਉਹਨਾਂ ਦੇ ਫੇਲਰ ਦੇ ਵਿੱਚ ਤੁਸੀਂ ਵੱਡੀ ਕਾਰਨ ਪੜੋਗੇ ਹਥਿਆਰਾਂ ਦੀ ਘਾਟ। ਇਹ ਸਾਰੇ ਫੇਲਰ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਤੁਹਾਡੇ ਸਾਹਮਣੇ ਆਵੇਗੀ, ਹਥਿਆਰਾਂ ਦੀ ਘਾਟ। ਇੱਥੋਂ ਤੱਕ ਕਿ ਜਿਸ ਵੇਲੇ ਕਰਤਾਰ ਸਿੰਘ ਸਰਾਭੇ ਨੂੰ ਗੰਡਾ ਸਿੰਘ ਗ੍ਰਿਫਤਾਰ ਕਰਾਉਂਦਾ, ਉਦੋਂ ਵੀ ਵਿਲਸਨਪੁਰੇ ਉਹ ਸਰਦਾਰ ਰਜਿੰਦਰ ਸਿੰਘ ਦੇ ਰਾਹੀਂ 3 ਰਾਈਫਲਾਂ ਲੈਣ ਵਾਸਤੇ ਗਿਆ ਸੀ। ਇਹਦਾ ਮਤਲਬ ਕਿ ਇੱਕ ਬਹੁਤ ਵੱਡੀ ਹਥਿਆਰਾਂ ਦੀ ਘਾਟ ਚੋਂ ਲੰਘਣਾ ਪੈ ਰਿਹਾ ਸੀ। ਪਰ ਕੀ ਜਿਸ ਵੇਲੇ ਗਦਰ ਮੂਵਮੈਂਟ ਦੇ ਇਹ ਸਰਦਾਰ ਉੱਥੋਂ ਤੁਰੇ ਸੀ, ਇਹਨਾਂ ਨੂੰ ਨਹੀਂ ਸੀ ਪਤਾ ਕਿ ਪੰਜਾਬ 'ਚ ਹਥਿਆਰਾਂ ਦੀ ਲੋੜ ਹੈ? ਬਿਲਕੁਲ ਪਤਾ ਸੀ। ਘਟਨਾ ਕੀ ਵਾਪਰੀ? 200 ਐਟੋਮੈਟਿਕ ਪਿਸਤੌਲ, ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ 'ਚ ਕਾਰਤੂਸ ਸਰਦਾਰ ਸਿੰਘ ਸੋਹਣ ਸਿੰਘ ਪਕਨਾ ਨੇ ਉੱਥੇ ਖਰੀਦੇ। ਜਿਸ ਵੇਲੇ ਉਹ ਅਮਰੀਕਾ ਤੋਂ ਯੋਕੋਹਾਮਾ ਆਏ ਨੇ, ਉਸ ਵੇਲੇ ਸ਼ਿਪ ਦੇ ਵਿੱਚ ਰਖਾਏ ਗਏ ਤੇ ਇੱਕ 4th-ਦਰਜਾ ਕਰਮਚਾਰੀ ਨੂੰ ਪੈਸੇ ਦੇ ਕੇ ਉਹਦੇ ਕੈਬਨ 'ਚ ਰਖਾ ਕੇ ਇਹ ਯੋਕੋਹਾਮਾ ਤੱਕ ਪਹੁੰਚੇ। ਯੋਕੋਹਾਮਾ ਜਹਾਜ਼ ਬਦਲਿਆ ਗਿਆ, ਉੱਥੋਂ ਜਦੋਂ ਉਹ ਤੁਰ ਪਏ ਨੇ ਸ਼ੰਘਾਈ ਵੱਲ ਨੂੰ, ਉਦੋਂ ਫਿਰ ਇੱਕ ਰਸੋਈਏ ਨੂੰ ਪੈਸੇ ਦੇ ਕੇ ਇਹ ਹਥਿਆਰ ਉੱਥੇ ਪਹੁੰਚਾਏ ਗਏ। ਉੱਥੋਂ ਹਾਂਗਕਾਂਗ ਪਹੁੰਚਾਏ ਗਏ ਤੇ ਹਾਂਗਕਾਂਗ ਉਹਨਾਂ ਦੀ ਮੁਲਾਕਾਤ ਹੋਈ ਡਾਕਟਰ ਮਥੁਰਾ ਸਿੰਘ ਦੇ ਨਾਲ। ਹੁਣ ਡਾਕਟਰ ਮਥੁਰਾ ਸਿੰਘ ਕੋਈ ਛੋਟੀ ਸ਼ਖਸੀਅਤ ਨਹੀਂ, ਮੈਂ ਕਿਹਾ ਸੀ ਨਾ ਕਿ ਗਦਰ ਆਪਣੇ ਆਪ 'ਚ ਇੱਕ ਛੋਟੀ ਜਿਹੀ ਗੱਲ ਨਹੀਂ ਆ। ਜੇ ਤੁਸੀਂ ਇਹਦਾ ਬਹੁਤ ਸ਼ਾਵੀ ਚਿੰਤਨ ਕਰੋਗੇ ਤਾਂ ਸਾਰੇ ਵਿਦੇਸ਼ਾਂ ਦੇ 'ਚ ਫੈਲੀ ਇੱਕ ਇਵੇਂ ਦੀ ਲਹਿਰ ਆ, ਜਿੱਥੇ ਵਿਦੇਸ਼ੀ ਸਿੱਖ ਤਤਪਰ ਨੇ ਕਿ ਹਿੰਦੁਸਤਾਨ। ਮੈਂ ਇੱਕ ਹੋਰ ਬੇਨਤੀ ਕਰ ਦੇਵਾਂ, ਹਿੰਦੁਸਤਾਨ ਸ਼ਬਦ ਵੀ ਉਦੋਂ ਕਿਤੇ ਨਹੀਂ ਆਉਂਦਾ। ਜੇ ਤੁਸੀਂ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਰਚੇ ਗਏ ਵੇਦਾਂ, ਗ੍ਰੰਥਾਂ, ਸਿਮਰਤੀਆਂ, ਸ਼ਾਸਤਰਾਂ ਤੇ ਉਪਨਿਸ਼ਦਾਂ ਨੂੰ ਵੇਖੋ, ਕਿਸੇ 'ਚ ਹਿੰਦੁਸਤਾਨ ਸ਼ਬਦ ਨਹੀਂ ਹੈਗਾ। ਭਾਰਤੀ ਧਾਰਮਿਕ ਸਾਹਿਤ ਦੇ ਵਿੱਚ ਧੁਰਕੀ ਬਾਣੀ 'ਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰੀ ਹਿੰਦੁਸਤਾਨ ਸ਼ਬਦ ਦੀ ਵਰਤੋਂ ਕੀਤੀ ਹੈ, ਜਿਸ 'ਚ ਗੁਰੂ ਪਾਤਸ਼ਾਹ ਕਹਿੰਦੇ ਨੇ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਜਾਂ ਆਉਂਦਾ ਹਿੰਦੁਸਤਾਨ ਸਮਾਲ ਸੀ ਬੋਲਾ। ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਮੈਂ ਦਾਅਵੇ ਨਾਲ ਕਹਿੰਦਾ ਜਿੰਨੇ ਵੀ ਹਿੰਦੂ ਧਰਮ ਦੇ ਗ੍ਰੰਥ ਨੇ, 4 ਵੇਦ ਨੇ, 6 ਸ਼ਾਸਤਰ ਨੇ, 27 ਸਿਮਰਤੀਆਂ ਨੇ, 18 ਪੁਰਾਣ ਨੇ, 70 ਤੋਂ ਵੱਧ ਉਪਨਿਸ਼ਦ ਦੇ ਕਿਸੇ ਦੇ ਵਿੱਚ ਹਿੰਦੁਸਤਾਨ ਸ਼ਬਦ ਨਹੀਂ ਹੈਗਾ। ਪਰ ਉੱਥੇ ਕੇਸ ਰੂਪ 'ਚ ਆ ਰਿਹਾ, ਹਾਫਿਜ਼ ਰਾਜ ਜੀ ਨੂੰ ਪੜ੍ਹ ਕੇ ਵੇਖੋ ਹਿੰਦੂ ਸ਼ਬਦ ਦੇ ਅਰਥ ਕੀ ਨੇ, ਚੋਰ, ਠੱਗ, ਬੇਵਫਾ, ਕਾਲਾ, ਦਾਗੀ, ਹਾਫਿਜ਼ ਰਾਜ ਜੀ ਲਿਖ ਰਿਹਾ, ਫਾਰਸੀ ਦਾ ਸ਼ਬਦ ਹੈ, ਉਸ ਨੂੰ ਮਾਣ ਵਾਲਾ ਸ਼ਬਦ ਗਿਣ ਲਿਆ ਗਿਆ। ਖੈਰ ਉਹ ਇੱਕ ਵੱਖਰਾ ਵਿਸ਼ਾ। ਉਸ ਵੇਲੇ ਜਦੋਂ ਇਹ ਆਉਂਦੇ ਨੇ ਹਾਂਗਕਾਂਗ ਪਹੁੰਚੇ ਮਥੁਰਾ ਸਿੰਘ,
ਹੁਣ ਜਿਹੜੀ ਮਥਰਾ ਸਿੰਘ ਦੀ ਭੂਮਿਕਾ ਹੈ ਛੋਟੀ ਨਹੀਂ। ਮਥਰਾ ਸਿੰਘ ਸਰਦਾਰ ਹਰੀ ਸਿੰਘ ਦਾ ਬੇਟਾ, ਸਭ ਤੋਂ ਪਹਿਲਾਂ ਇਸਨੇ ਉੱਚ ਵਿੱਦਿਆ ਹਾਸਲ ਕੀਤੀ, ਫਾਰਮਾਸਿਊਟੀਕਲ ਫਰਮ ਦੇ ਵਿੱਚ ਨੌਕਰੀ ਕੀਤੀ। ਉਸ ਤੋਂ ਬਾਅਦ ਇਹ ਸ਼ੰਘਾਈ ਚਲੇ ਗਏ, ਇਰਾਦਾ ਸੀ ਅਮਰੀਕਾ ਜਾਣ ਦਾ। ਸ਼ੰਘਾਈ ਜਾ ਕੇ ਫਿਰ ਇਸਨੇ ਆਪਣਾ ਕੈਮਿਸਟ ਹਾਲ ਖੋਲਿਆ, ਉੱਥੋਂ ਕੈਲੀਫੋਰਨੀਆ ਗਏ, ਉੱਥੋਂ ਡਿਪੋਰਟ ਕੀਤੇ ਗਏ, ਫਿਰ ਇੱਥੇ ਆਏ। ਫਿਰ ਪਤਾ ਲੱਗਾ ਕਿ ਕਿਸੇ ਤਰ੍ਹਾਂ ਦੇ ਨਾਲ ਸਿੱਖਾਂ ਦੇ ਜਾਣ ਦਾ ਦਰਵਾਜ਼ਾ ਕੈਨੇਡਾ ਫਿਰ ਖੁੱਲਿਆ, ਜਿਸ ਦੀ ਕਾਮਾ ਗਾਟਾ ਮਾਰੂ ਦੀ ਗੱਲ ਹੋਈ ਹੈ। ਫਿਰ ਹਾਂਗਕਾਂਗ ਪਹੁੰਚੇ, ਹਾਂਗਕਾਂਗ ਜਾ ਕੇ ਫਿਰ ਮੈਡੀਕਲ ਪ੍ਰੈਕਟਿਸ ਕੀਤੀ, ਤੇ ਜਿਸ ਵੇਲੇ ਕਾਮਾ ਗਾਟਾ ਮਾਰੂ ਦਾ ਸਾਕਾ ਵਾਪਰਿਆ, ਫਿਰ ਉਸੇ ਜੋਸ਼ ਨੇ ਉਬਾਲਾ ਖਾਧਾ। ਇਹ ਤੇ ਸਰਦਾਰ ਹਰਨਾਮ ਸਿੰਘ ਕਹੂਤਾ, ਦੋ ਵਿਅਕਤੀ ਫਿਰ ਪੰਜਾਬ 'ਚ ਆਏ। ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਮਿਲ ਕੇ ਜ਼ਿੰਮੇਵਾਰੀ ਕੀ ਸੰਭਾਲੀ ਕਿ ਜਿੰਨੀਆਂ ਵੀ ਛਾਉਣੀਆਂ ਦੇ 'ਚ ਬਗਾਵਤ ਕਰਨੀ ਹੈ ਜਾਂ ਹਮਲੇ ਕਰਨੇ ਨੇ, ਉਹਦੇ ਵਾਸਤੇ ਬੰਬ ਬਣਾਉਣ ਦਾ ਕੰਮ ਅਸੀਂ ਕਰਾਂਗੇ। ਕਿਉਂ? ਕਿਉਂਕਿ ਕੈਮਿਸਟਰੀ ਦਾ ਸਟੂਡੈਂਟ ਸੀ, ਫਾਰਮਾਸਿਊਟੀਕਲ ਦੇ ਵਿੱਚੋਂ ਆਇਆ ਸੀ, ਰਸਾਇਣਾਂ ਦੀ ਪੂਰੀ ਜਾਣਕਾਰੀ ਸੀ ਡਾਕਟਰ ਮਥਰਾ ਸਿੰਘ। ਇਸੇ ਕਰਕੇ ਡਾਕਟਰ ਦੇ ਡਾਕਟਰ ਸ਼ਬਦ ਉਹਨਾਂ ਦੇ ਨਾਮ ਦੇ ਨਾਲ ਜੁੜ ਗਿਆ। ਉਸ ਤੋਂ ਬਾਅਦ ਉਹਨਾਂ ਨੇ ਫਰੰਟੀਅਰ, ਇਹ ਪੰਜਾਬ ਜਿਹੜਾ ਉਦੋਂ ਸਾਂਝਾ ਪੰਜਾਬ ਸੀ, ਜਿਸ ਤਰ੍ਹਾਂ ਵੀਰ ਜੀ ਨੇ ਗੱਲ ਕੀਤੀ ਹੈ ਕਿ ਅੱਜ ਲਾਹੌਰ ਦੀ ਜੇਲ੍ਹ ਦੇ 'ਚ ਭਗਤ ਸਿੰਘ ਦੀ ਯਾਦਗਾਰ ਦੀ ਗੱਲ ਉੱਠ ਰਹੀ ਹੈ, ਪਰ ਜਿਹੜੇ ਆਹ ਸ਼ਹੀਦ ਹੋਏ ਨੇ ਅਸੀਂ ਇਹਨਾਂ ਨੂੰ ਭੁੱਲਦੇ ਜਾ ਰਹੇ ਹਾਂ, ਕਿਉਂਕਿ ਇਹ ਜਿਹੜੀਆਂ ਸ਼ਹੀਦੀਆਂ ਹੈ ਇਹ ਕੇਵਲ ਤੇ ਕੇਵਲ ਹਿੰਦੁਸਤਾਨ ਦੇ ਵਾਸਤੇ ਨਹੀਂ ਸੀ। ਜੇ ਅੱਜ ਪਾਕਿਸਤਾਨੀ ਪੰਜਾਬ ਵੀ ਆਜ਼ਾਦ ਹੈ ਤਾਂ ਇਹਨਾਂ ਸ਼ਹੀਦੀਆਂ ਦੇ ਸਦਕਾ, ਇਹਨਾਂ ਸ਼ਹੀਦੀਆਂ ਦੇ ਸਦਕਾ। ਸੋ ਉਸ ਵੇਲੇ ਉਹਨਾਂ ਨੇ ਅਫਗਾਨਿਸਤਾਨ ਦੇ ਬਾਰਡਰ ਦੇ ਉੱਪਰ ਹਥਿਆਰ ਬਣਾਉਣੇ ਸ਼ੁਰੂ ਕੀਤੇ, ਸਰਕਾਰ ਦੀ ਸਖਤੀ ਵਧੀ, ਅਫਗਾਨਿਸਤਾਨ ਗਏ ਤੇ ਅਫਗਾਨਿਸਤਾਨ ਬਰਕਤੁੱਲਾ ਦੇ ਨਾਲ ਮਿਲ ਕੇ ਜਲਾਵਤਨ ਸਰਕਾਰ ਦਾ ਦਫ਼ਤਰ ਖੋਲਿਆ, ਵਿਹਲੇ ਨਹੀਂ ਬੈਠੇ। ਕਿਤੇ ਵੀ ਇਸ ਗਦਰ ਮੂਵਮੈਂਟ ਦੇ ਵਿੱਚ ਕਿਤੇ ਵੀ ਉਹਨਾਂ ਨੇ ਢਲਿਆਈ ਨਹੀਂ ਆਉਣ ਦਿੱਤੀ ਵੀ ਕਿਸੇ ਪੱਖ ਤੋਂ ਇਸ ਮੂਵਮੈਂਟ ਦੇ ਵਿੱਚ ਕੋਈ ਕਮੀ ਆਈ ਹੈ, ਬਿਲਕੁਲ ਨਹੀਂ ਆਉਣ ਦਿੱਤੀ। ਅਗਲਾ ਜਿਹੜਾ ਨਾਸਤਕ ਵੀਰਾਂ ਵੱਲੋਂ ਇਸ ਲਹਿਰ ਦੇ ਸੰਬੰਧ ਨੂੰ ਸਿੱਖਾਂ ਦੇ ਨਾਲੋਂ ਤੋੜਨ ਦੇ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਸੀਗਾ ਹਥਿਆਰ ਵਰਤਿਆ ਗਿਆ, ਉਹ ਹਥਿਆਰ ਸੀ ਕਿ ਜਿਹੜੇ ਕਾਮਾ ਗਾਟਾ ਮਾਰੂ ਨਾਲ ਸੰਬੰਧਿਤ ਸ਼ਹੀਦ ਨੇ ਇਹਨਾਂ ਨੂੰ ਅਕਾਲ ਤਖ਼ਤ ਸਭ ਤੋਂ ਤਨਖਾਹੀਏ ਕਰਾਰ ਦਿੱਤਾ ਗਿਆ। ਹੁਣ ਮਾਫ ਕਰਨਾ, ਜੇ ਅੱਜ ਦਾ ਜਥੇਦਾਰ ਸਰਸੇ ਵਾਲੇ ਸਾਧ ਨੂੰ ਮਾਫੀ ਦਿੰਦਾ ਤੇ ਕੀ ਅਸੀਂ ਉਸ ਨਾਲ ਸਹਿਮਤ ਹੋ ਜਾਂਦੇ? ਅਸੀਂ ਕਿਉਂ ਨਹੀਂ ਸਹਿਮਤ ਹੁੰਦੇ? ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜਾ ਅੱਜ ਦਾ ਜਥੇਦਾਰ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਇੱਕ ਰਾਜਸੀ ਜਿਹੜੀ ਧਿਰ ਹੈ ਉਹਦਾ ਇੱਕ ਕਠਪੁਤਲੀ ਬਣ ਚੁੱਕਾ। ਉਸ ਸਮੇਂ ਇਹਨਾਂ ਦੇ ਖਿਲਾਫ ਇਹ ਗੱਲ ਕਰਨ ਵਾਲਾ ਕੌਣ ਸੀ? ਹੁਣ ਮੈਂ ਇੱਕ ਹੋਰ ਬੇਨਤੀ ਕਰ ਦੇਵਾਂ, ਗਿਆਨੀ ਪੂਰਨ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਦੇ ਸਮੇਂ ਬੀਬੀ ਜਗੀਰ ਕੌਰ ਤੇ ਬਾਕੀਆਂ ਦੇ ਖਿਲਾਫ ਪੰਥ ਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ ਸੀ, ਸਿੱਖਾਂ ਨੇ ਮੰਨਿਆ? ਸਿੱਖਾਂ ਨੇ ਇੱਕੋ ਸਵਾਲ ਪੈਦਾ ਕੀਤਾ ਸੀ, ਨਹੀਂ, ਇਹ ਜਿਹੜਾ ਹੁਕਮਨਾਮਾ ਗੁੰਨੇ ਤੋਂ RSS ਦੇ ਦਫ਼ਤਰ ਤੋਂ ਜਾਰੀ ਹੋਇਆ, ਫੈਕਸ ਰਾਹੀਂ ਅੰਮ੍ਰਿਤਸਰ ਆਇਆ, ਅਸੀਂ ਇਸ ਨੂੰ ਪ੍ਰਵਾਨਗੀ ਨਹੀਂ ਦਿੰਦੇ। ਕਿਉਂ? ਕਿਉਂਕਿ ਇਹ ਖਾਲਸਾ ਪੰਥ ਦੀਆਂ ਪੰਚ ਪ੍ਰਧਾਨੀ ਰਵਾਇਤਾਂ ਦੇ ਵਿੱਚੋਂ ਨਿਕਲ ਕੇ ਹੁਕਮਨਾਮਾ ਨਹੀਂ ਆਇਆ। ਤੇ ਮਾਫ ਕਰਨਾ, ਇੱਕ ਛੋਟੀ ਜਿਹੀ ਚਾਰ ਬੰਦਿਆਂ ਦੇ ਇਕੱਠ ਦੇ ਵਿੱਚ ਅਰੂੜ ਸਿੰਘ, ਜਿਸਨੇ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਸੀ, ਉਸਨੇ ਕਹਿ ਦਿੱਤਾ ਕਿ ਕਾਮਾ ਗਾਟਾ ਮਾਰੂ ਦੇ ਜਿਹੜੇ ਸ਼ਹੀਦ ਨੇ ਇਹਨਾਂ ਦਾ ਸਿੱਖ ਕੌਮ ਜਿਹੜਾ ਸਾਥ ਨਾ ਦੇਵੇ, ਤੇ ਕੀ ਅਸੀਂ ਉਸਨੂੰ ਕਹਿ ਦਈਏ ਕਿ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਦਾ ਹੁਕਮਨਾਮਾ ਜਿਹੜਾ ਕਿਸੇ ਵਿਧੀ ਵਿਧਾਨ ਦੇ ਵਿੱਚੋਂ ਨਹੀਂ ਆਇਆ? ਉੱਥੇ ਸ਼ਮੂਲੀਅਤ ਵਿਖਾਈ ਗਈ ਕਿ ਸੁੰਦਰ ਸਿੰਘ ਮਜੀਠੀਏ ਦਾ ਮੁੰਡਾ ਉੱਥੇ ਸੀ, ਅਗਲੇ ਦਿਨ ਉਸਨੇ ਆਪਣੀ ਅਖਬਾਰ ਵਿੱਚ ਖੰਡਨ ਕਰ ਦਿੱਤਾ ਕਿ ਮੈਂ ਕਿਤੇ ਅੰਮ੍ਰਿਤਸਰ ਦੇ ਵਿੱਚ ਹੈ ਹੀ ਨਹੀਂ ਸੀ, ਇਹ ਤਾਂ ਮਤਲਬ ਸਾਰਾ ਹੀ ਝੂਠ ਸੀ। ਜੇ ਇਸ ਦਾ ਹੋਰ ਅਗਲਾ ਪੱਖ ਵੇਖਣਾ ਹੋਵੇ, ਸਰਦਾਰ ਗੁਰਦਿੱਤ ਸਿੰਘ ਗੁਰੂ ਨਾਨਕ ਜਹਾਜ਼ ਵਾਲੇ ਰਿਹਾ ਹੋ ਕੇ ਬਾਹਰ ਆਏ, ਅੰਮ੍ਰਿਤਸਰ ਜਾਣਾ ਸੀ, ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਕ ਸਵਾਗਤ ਕਰਨ ਦੇ ਵਾਸਤੇ ਅੰਮ੍ਰਿਤਸਰ ਪਹੁੰਚੇ ਹੋਏ ਸੀ, ਜਗ੍ਹਾ ਜਗ੍ਹਾ ਦੇ ਉੱਪਰ ਸਵਾਗਤੀ ਗੇਟ ਬਣਾਏ ਗਏ ਸੀ। ਜੇ ਕਿਤੇ ਸਿੱਖ ਕੌਮ ਨੇ ਉਸ ਹੁਕਮਨਾਮੇ ਦੇ ਉੱਪਰ ਅਮਲ ਕੀਤਾ ਹੁੰਦਾ ਤਾਂ ਉਹਨਾਂ ਦਾ ਸਵਾਗਤ ਕਰਨ ਦੇ ਵਾਸਤੇ ਇਕੱਠੇ ਕਿਉਂ ਹੁੰਦੇ? ਕਿਉਂ ਉਹਨਾਂ ਦੇ ਸਵਾਗਤੀ ਗੇਟ ਬਣਾਏ ਜਾਂਦੇ? ਕਿਉਂ ਉਹਨਾਂ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ? ਤੇ ਬ੍ਰਿਟਿਸ਼ ਗੌਰਮੈਂਟ ਨੂੰ ਸਰਦਾਰ ਗੁਰਦਿੱਤ ਸਿੰਘ ਨੂੰ ਕਿਉਂ ਗ੍ਰਿਫਤਾਰ ਕਰਨਾ ਪੈਂਦਾ? ਇੱਕੋ ਹੀ ਕਾਰਨ ਸੀ ਨਾ ਕਿ ਇਹਦੇ ਨਾਲ ਸਿੱਖਾਂ ਦੀ ਲੋਕ ਰਾਏ ਜੁੜ ਗਈ ਹੈ। ਤੇ ਮਾਫ ਕਰਨਾ, ਜਿਸ ਬੰਦੇ ਨੂੰ ਪੰਥ ਚੋਂ ਛੇਕਿਆ ਹੋਵੇ ਉਹਦੇ ਨਾਲ ਲੋਕ ਰਾਏ ਕਿੱਥੇ ਜੁੜਦੀ ਹੈ? ਜੇ ਸੱਚਮੁੱਚ ਹੀ ਸਿੱਖ ਵਿਧੀ ਵਿਧਾਨ ਦੇ ਦਾਇਰੇ ਦੇ ਵਿੱਚੋਂ ਕੱਢ ਕੇ ਹੁਕਮਨਾਮਾ ਜਾਰੀ ਹੋਇਆ ਹੁੰਦਾ। ਸੋ ਇਹ ਕੇਵਲ ਤੇ ਕੇਵਲ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਉੱਪਰ ਇੱਕ ਬੌਧਿਕ ਹਮਲਾ ਕਰਨ ਦਾ ਇੱਕ ਪੱਖ ਸੀ ਕਿ ਸਿੱਖਾਂ ਨੇ ਇਸ ਮੂਵਮੈਂਟ ਦੀ ਵਿਰੋਧਤਾ ਕੀਤੀ ਹੈ, ਜਦੋਂ ਕਿ ਕੀਤੀ ਹੀ ਨਹੀਂ, ਕਿਉਂਕਿ ਇਹ ਲਹਿਰ ਹੀ ਸਾਡੀ ਸੀ, ਇਹ ਸਾਡੇ ਵਡੇਰਿਆਂ ਦੀ ਲਹਿਰ ਸੀ। ਇਸ ਲਹਿਰ ਨੂੰ ਤੁਸੀਂ ਸਿੱਖਾਂ ਨੂੰ ਨਖੇੜ ਕੇ ਕਿਸੇ ਵੀ ਪੱਖ ਤੇ ਮੈਂ ਕਿਹਾ ਕਿਸੇ ਮੰਚ ਤੇ ਡਿਬੇਟ ਕਰ ਲਓ, ਤੁਸੀਂ ਇਸ ਲਹਿਰ ਨੂੰ ਸਿੱਖਾਂ ਦੇ ਨਾਲੋਂ ਨਿਚੋੜ ਕੇ ਜਾਂ ਨਿਖਾੜ ਕੇ ਵੇਖ ਹੀ ਨਹੀਂ ਸਕਦੇ, ਇਸ ਨੂੰ ਵੱਖ ਕੀਤਾ ਹੀ ਨਹੀਂ ਜਾ ਸਕਦਾ। ਉਸ ਤੋਂ ਬਾਅਦ ਇਹ ਜਿਹੜੇ ਹਥਿਆਰ ਲੈ ਕੇ ਆਏ ਸਰਦਾਰ ਸੋਹਣ ਸਿੰਘ ਭਕਨਾ, ਹਾਂਗਕਾਂਗ ਤੋਂ ਡਾਕਟਰ ਮਥਰਾ ਸਿੰਘ ਨਾਲ ਮੁਲਾਕਾਤ ਹੋਈ। ਡਾਕਟਰ ਮਥਰਾ ਸਿੰਘ ਨੇ ਇੱਕ ਗੱਲ ਕਹੀ ਕਿ ਪੀਕਿੰਗ ਤੋਂ ਇੱਕ ਸਾਡੀ ਫੌਜ ਦੀ ਟੋਲੀ ਆ ਰਹੀ ਹੈ ਜਿਹਦਾ ਮੁਖੀ ਸਰਦਾਰ ਹੈ, ਇਹ ਹਥਿਆਰ ਅਸੀਂ ਉਸਨੂੰ ਦੇ ਦਈਏ, ਉਹ ਆਪੇ ਹਿੰਦੁਸਤਾਨ ਲੈ ਜਾਵੇਗਾ, ਕਿਉਂਕਿ ਉਹ ਸ਼ਿਪ ਦੇ ਰਾਹੀਂ ਹਾਂਗਕਾਂਗ ਤੋਂ ਹਿੰਦੁਸਤਾਨ ਜਾ ਰਿਹਾ। ਸਰਦਾਰ ਸੋਹਣ ਸਿੰਘ ਭਕਨਾ ਇੱਕ ਜਹਾਜ਼ ਦੇ ਵਿੱਚ ਨੇ ਤੇ ਹਥਿਆਰ ਤੇ ਇਹ ਜਿਹੜੀ ਫੌਜੀ ਟੋਲੀ ਜਿਨ੍ਹਾਂ ਦਾ ਅਫਸਰ ਸਰਦਾਰ ਹੈ ਇਹ ਦੂਜੇ ਜਹਾਜ਼ ਦੇ ਵਿੱਚ ਨੇ। ਸਰਦਾਰ ਸੋਹਣ ਸਿੰਘ ਭਕਨਾ ਨੂੰ ਬੜੀ ਖੁਸ਼ੀ ਸੀ ਕਿ ਹੁਣ ਤੇ ਬੜੀ ਸੁਰੱਖਿਅਤ ਤਰੀਕੇ ਦੇ ਨਾਲ ਇਹ ਹਥਿਆਰ ਪਹੁੰਚਣਗੇ। ਮਾਫ ਕਰਨਾ, ਉਹਨਾਂ ਹੀ ਜਹਾਜ਼ਾਂ ਦੇ ਵਿੱਚ ਮਨੀਲਾ ਤੋਂ ਹਾਂਗਕਾਂਗ ਹੁੰਦੇ ਸਰਦਾਰ ਰਹਿਮਤ ਅਲੀ ਜੀ, ਜਿਹੜੇ ਮੌਲਾ ਬਖਸ਼ ਦੇ ਪੁੱਤਰ ਤੇ ਫਜ਼ਰਦੀਨ ਦੇ ਪੋਤਰੇ ਸੀ, ਉਹ ਵੀ ਉਸੇ ਜਹਾਜ਼ ਦੇ ਰਾਹੀਂ ਆਏ ਸੀ।
ਜਦੋਂ ਇਹ ਜਹਾਜ਼ ਸਿੰਘਾਪੁਰ ਪਹੁੰਚੇ ਤੇ ਦੂਸਰੀ ਸੰਸਾਰ ਜੰਗ ਦੇ ਕਰਕੇ ਉਸੇ ਵੇਲੇ ਜਿਹੜਾ ਫੌਜੀਆਂ ਵਾਲਾ ਜਹਾਜ਼ ਸੀ ਉਹਨੂੰ ਇੰਸਟਰਕਸ਼ਨ ਆ ਗਈਆਂ ਕਿ ਤੂੰ ਇੰਡੀਆ ਨਹੀਂ ਜਾਣਾ, ਤੂੰ ਫਰਾਂਸ ਜਾਣਾ, ਜਿਸ ਕਰਕੇ ਸਰਦਾਰ ਸੋਹਣ ਸਿੰਘ ਭਕਨਾ ਕਹਿੰਦੇ ਕਿ ਮੇਰੀ ਰੂਹ ਦਾ ਸਕੂਨ ਉੱਡ ਗਿਆ, ਮੇਰਾ ਲੱਕ ਟੁੱਟ ਗਿਆ, ਕਿਉਂਕਿ ਹਥਿਆਰ ਜਿਹੜੇ ਹਿੰਦੁਸਤਾਨ ਆਉਣੇ ਸੀ ਉਹ ਫਰਾਂਸ ਚਲੇ ਗਏ। ਇਹ ਸਭ ਤੋਂ ਵੱਡੀ ਇਤਫਾਕਨ ਇੱਕ ਇਵੇਂ ਦਾ ਰੀਜ਼ਨ, ਇੱਕ ਇਵੇਂ ਦਾ ਕਾਰਨ ਬਣਿਆ ਜਿਸ ਨੂੰ ਕੋ ਇੰਸੀਡੈਂਸ ਕਹਿ ਦਿੰਦੇ ਆਪਾਂ, ਇਵੇਂ ਦਾ ਬਣਿਆ ਕਿ ਜਿਹੜੇ ਹਥਿਆਰ ਪੰਜਾਬ ਦੀ ਮੂਵਮੈਂਟ ਵਾਸਤੇ ਵਰਤਣੇ ਜਾਣੇ ਸੀ, ਜਿਹੜੀ ਹਰ ਸਾਡੀ ਜਿਹੜੀ ਇੱਥੇ ਹਰ ਬਗਾਵਤ, ਹਰ ਜਿਹੜੀ ਫੌਜੀਆਂ ਦੇ ਅੰਦਰ ਬਗਾਵਤ ਦੀ ਘਟਨਾ ਫੇਲ ਹੋਈ, ਉਹਦਾ ਸਭ ਤੋਂ ਵੱਡਾ ਰੀਜ਼ਨ ਸੀਗਾ ਕਿ ਜਿਹੜੇ ਮੌਕੇ ਦੇ ਉੱਪਰ ਹਥਿਆਰ ਨਾ ਪਹੁੰਚ ਸਕੇ। ਜੇ ਕਿਤੇ ਇਹ ਹਥਿਆਰ ਪਹੁੰਚ ਜਾਂਦੇ, ਉਸ ਜਹਾਜ਼ ਨੂੰ ਫਰਾਂਸ ਜਾਣ ਦਾ ਹੁਕਮ ਨਾ ਮਿਲਦਾ ਤਾਂ ਸ਼ਾਇਦ ਇਸ ਵਰਤਾਰੇ 'ਚੋਂ ਸਾਨੂੰ ਨਾ ਲੰਘਣਾ ਪੈਂਦਾ। ਸੋ ਇਹ ਗਦਰੀ ਬਾਬੇ ਜਿਹੜੇ ਆਏ, ਸਰਦਾਰ ਜਿਹੜਾ ਪਹਿਲਾ ਗਰੁੱਪ ਆਇਆ ਸੋਹਣ ਸਿੰਘ ਭਕਨਾ ਹੋਣੀ, ਇਹਨਾਂ ਨੇ ਜਦੋਂ ਅਮਰੀਕਾ ਤੋਂ ਵੱਖ ਵੱਖ ਸਟੋਰਾਂ ਤੋਂ ਹਥਿਆਰ ਖਰੀਦੇ, ਮੁਖਬਰੀ ਉਦੋਂ ਹੋ ਚੁੱਕੀ ਸੀ, ਭਾਵੇਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਹਥਿਆਰ ਜਿਹੜੇ ਸੀਗੇ ਸਿੰਗਾਪੁਰ ਤੱਕ ਪਹੁੰਚੇ, ਉੱਥੋਂ ਵਾਪਸ ਫਰਾਂਸ ਚਲੇ ਗਏ, ਪਰ ਇਹਨਾਂ ਦੀ ਮੁਖਬਰੀ ਹੋ ਚੁੱਕੀ ਸੀ। ਇਸੇ ਕਰਕੇ ਹਿੰਦੁਸਤਾਨ ਆਉਂਦਿਆਂ ਇਹ ਬਹੁਤੇ ਜਿਹੜੇ ਮੁਖਬਰ ਸੀ ਗ੍ਰਿਫਤਾਰ ਕਰ ਲਏ ਗਏ। ਤੁਸੀਂ ਪਿਛਲੀ ਮੂਵਮੈਂਟ ਵੇਖੋ, ਜਿਹੜੀ ਆਪਣੀ ਸਿੱਖ ਮੂਵਮੈਂਟ ਹੈ, 7 ਨੌਜਵਾਨ ਨੇ ਸਰਦਾਰ ਤਲਵਿੰਦਰ ਸਿੰਘ ਪਰਮਾਰ ਤੋਂ ਲੈ ਕੇ ਹਰਜਿੰਦਰ ਸਿੰਘ ਪਾੜਾ ਤੱਕ, ਜਿਹੜੇ ਵਿਦੇਸ਼ਾਂ ਤੋਂ ਆਏ ਨੇ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਸੰਘਰਸ਼ ਨੂੰ ਲੜਨ ਦੇ ਵਾਸਤੇ, ਬਹੁਤ ਜਲਦੀ ਫੜੇ ਗਏ, ਕੋਈ ਵੱਡਾ ਐਕਸ਼ਨ ਨਹੀਂ ਕਰ ਸਕਦੇ। ਕਾਰਨ ਕੀ ਸੀ? ਇੱਥੋਂ ਦੇ ਲੋਕਾਂ ਨਾਲ ਜਾਣ ਪਛਾਣ ਨਹੀਂ ਸੀ, ਇੱਥੋਂ ਦੇ ਲੋਕਾਂ ਦੀਆਂ ਪ੍ਰਵਿਰਤੀਆਂ ਨੂੰ ਨਹੀਂ ਸੀ ਜਾਣਦੇ, ਭੂਗੋਲਿਕ ਪੱਧਰ ਦੇ ਉੱਪਰ ਜਾਣਕਾਰੀ ਬਹੁਤ ਘੱਟ ਸੀ ਕਿਉਂਕਿ ਜਨਮ ਉੱਥੋਂ ਦੇ ਸੀ। ਇਸੇ ਤਰ੍ਹਾਂ ਸਰਦਾਰ ਕਰਤਾਰ ਸਿੰਘ ਸਰਾਭਾ 9 ਸਾਲ ਦੀ ਉਮਰ ਦੇ ਵਿੱਚ ਉੜੀਸਾ ਚਲਾ ਗਿਆ, ਉਸ ਤੋਂ ਬਾਅਦ 16 ਸਾਲ ਦੀ ਉਮਰ ਦੇ ਵਿੱਚ ਉਹ ਅਮਰੀਕਾ ਚਲਾ ਗਿਆ। ਇੱਥੇ ਲਹਿਰ ਕਿਸ ਤਰ੍ਹਾਂ ਚੱਲ ਰਹੀ ਹੈ ਤੇ ਇੱਥੋਂ ਦੇ ਲੋਕਾਂ ਦੀਆਂ ਪ੍ਰਵਿਰਤੀਆਂ ਤੇ ਭੂਗੋਲਿਕ ਸਥਿਤੀਆਂ ਕਿਵੇਂ ਦੀਆਂ ਨੇ, ਇੱਕ ਬਹੁਤ ਵੱਡਾ ਕਾਰਨ ਸੀ ਕਿ ਇੱਥੇ ਸਫਲਤਾ ਬਹੁਤ ਘੱਟ ਮਿਲੀ। ਦੂਸਰੀ ਗੱਲ, ਜਦੋਂ ਇਹ ਮੂਵਮੈਂਟ ਦੇ ਇਹ ਜਿਹੜੇ ਵੱਡੇ ਆਗੂ ਸੀ ਇੱਥੇ ਫੜੇ ਜਾਂਦੇ ਨੇ, ਸਰਦਾਰ ਕਰਤਾਰ ਸਿੰਘ ਸਰਾਭਾ ਦਿਲ ਨਹੀਂ ਛੱਡਦਾ ਉਸ ਵੇਲੇ। ਉਹਦਾ ਨਿਸ਼ਾਨਾ ਹੁੰਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣਾ, ਔਰ ਉਹਦਾ ਸਭ ਤੋਂ ਵੱਧ ਇੱਥੇ ਸਾਥ ਕਿਹਨੇ ਦਿੱਤਾ? ਅਖੰਡ ਕੀਰਤਨੀ ਜਥੇ ਦੇ ਭਾਈ ਰਣਧੀਰ ਸਿੰਘ ਹੋਣਾ ਨੇ। ਮੈਂ ਇਸਦਾ ਜ਼ਿਕਰ 2004 ਦੇ ਵਿੱਚ ਆਪਣੀ ਕਿਤਾਬ 'ਚ ਕੀਤਾ ਸੀ। ਅੱਜ ਮੈਨੂੰ ਲੱਗਦਾ ਕਿ ਇਹ ਡਿਬੇਟ ਏਡੇ ਵੱਡੇ ਤੇ ਸ਼ੁਰੂ ਵੱਡੇ ਪੱਧਰ ਤੇ ਸ਼ੁਰੂ ਹੋਈ ਹੈ, ਮੈਂ ਰਾਹੀਂ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਸਟੈਪ ਲਿਆ ਇਸ ਮੁੱਦੇ ਦੇ ਉੱਪਰ। ਅੱਜ ਜੇ ਜਾਗਰੂਕਤਾ ਆਈ ਹੈ ਕਿ ਗਦਰ ਲਹਿਰ ਜਿਹੜੀ ਸਿੱਖਾਂ ਦੀ ਲਹਿਰ ਸੀ, ਔਰ ਅਸੀਂ ਇਸ ਨੂੰ ਇਤਿਹਾਸ ਦੇ ਵਿੱਚ ਇੱਕ ਨਾਮਕਰਨ ਤੇ ਦੇ ਕੇ ਇੱਕ ਸਥਾਨ ਦੇਣਾ ਹੈ, ਤੇ ਮੈਂ ਸੋਚਦਾ ਕਿ ਅੱਜ ਜਿਹੜਾ ਇਸ ਇਤਿਹਾਸਕਾਰੀ ਦੀ ਬਹੁਤ ਵੱਡੀ ਮੂਵਮੈਂਟ ਦਾ ਮੁਲਾਂਕਣ ਕਰਨ ਦਾ ਜਿਹੜਾ ਰੁਝਾਨ ਪੈਦਾ ਹੋਇਆ, ਉਹਦੇ ਵਾਸਤੇ ਵਧਾਈ ਦੇ ਹੱਕਦਾਰ ਨੇ। ਅਗਲੀ ਗੱਲ, ਫੈਸਲਾ ਕੀਤਾ ਗਿਆ ਛਾਉਣੀਆਂ ਲੁੱਟੀਆਂ ਜਾਣਗੀਆਂ, ਬਗਾਵਤ ਕਰਾਈ ਜਾਵੇਗੀ। ਇਹ ਦੂਸਰੀ ਵਾਰ ਮੀਆਂ ਮੀਰ ਛਾਉਣੀ ਦੀ ਬਗਾਵਤ ਸੀ। ਇੱਕ ਬਗਾਵਤ ਇਹੋ ਜਿਹੀ ਹੈ ਜਿਹੜੀ ਸਿੱਖਾਂ ਦੇ ਮੱਥੇ ਦੇ ਉੱਪਰ ਕਲੰਕ ਹੈ, ਇਹ ਦੂਸਰੀ ਬਗਾਵਤ ਸੀ ਜਿਹੜੀ ਹਥਿਆਰਾਂ ਦੀ ਘਾਟ ਕਰਕੇ ਨਾਕਾਮ ਹੋ ਗਈ। ਮੈਂ ਪਹਿਲੀ ਬਗਾਵਤ ਦੀ ਗੱਲ ਕਰਦਾ, May 1857 ਮੀਆਂ ਮੀਰ ਛਾਉਣੀ ਦੇ ਵਿੱਚ 26 ਬੰਗਾਲ ਰੈਜੀਮੈਂਟ ਸੀ, 26 ਬੰਗਾਲ ਦਾ ਰਸਾਲਾ। ਇਹ ਰਸਾਲਾ ਉਹ ਸੀ ਜਿਹੜਾ ਅੰਗਰੇਜ਼ਾਂ ਦੇ ਵੱਲੋਂ ਲੜਿਆ ਸੀ ਸਿੱਖਾਂ ਦੇ ਖਿਲਾਫ। ਇਹ ਪੂਰਬੀ 70 ਨੈਟਿਵ ਇਨਫੈਂਟਰੀ, 71 ਬਟਾਲੀਅਨ ਤੇ 26 ਬੰਗਾਲ, ਇਹ ਉਹ ਰੈਜੀਮੈਂਟ ਸੀਗੀਆਂ ਜਿਹੜੀਆਂ ਸਭਰਾਵਾਂ ਮੁਦਕੀ, ਚੇਲਿਆਂ ਵਾਲਾ ਤੇ ਫਿਰੋਜ਼ਪੁਰ ਤੇ ਫੇਰੂਸ਼ਾ, ਇਹਨਾਂ ਲੜਾਈਆਂ 'ਚ ਸਿੱਖਾਂ ਦੇ ਖਿਲਾਫ ਲੜੀਆਂ ਸੀ। ਇਹ ਉਹ ਬਟਾਲੀਅਨਾਂ ਸੀ, ਇਹ ਉਹ ਪਲਟਣਾ ਸੀ ਜਿਨ੍ਹਾਂ ਦੇ ਹੱਥੋਂ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋਏ। ਇਹ ਉਹ ਪਲਟਣਾ ਸੀ ਜਿਨ੍ਹਾਂ ਨੇ ਸਿੱਖਾਂ ਨੂੰ ਨਿਹੱਥੇ ਕਰਕੇ ਪੰਜਾਬ ਦੇ ਵਾਰਸ ਹੋਣ ਤੋਂ ਵਾਂਝੇ ਕਰ ਦਿੱਤਾ। ਇਹ ਉਹ ਪਲਟਣਾ ਸੀ ਜਿਸ ਵੇਲੇ ਸਿੱਖ ਫੌਜਾਂ ਹਾਰ ਗਈਆਂ, ਇਹਨਾਂ ਨੇ ਪਿੰਡਾਂ 'ਚ ਜਾ ਕੇ ਗਰੀਬ ਬੱਚੀਆਂ ਦੇ ਨਾਲ ਬਲਾਤਕਾਰ ਕੀਤੇ, ਇਹ ਉਹ ਪਲਟਣਾ ਸੀ। ਅਖੀਰ ਪ੍ਰਕਾਸ਼ ਪਾਂਡੇ ਦੀ ਚੁੱਕ 'ਚ ਆ ਕੇ ਇਹਨਾਂ ਨੇ ਮਈ ਦੇ ਵਿੱਚ ਬਗਾਵਤ ਕੀਤੀ, ਪਰ ਉਸ ਵੇਲੇ ਇਹਨਾਂ ਦੇ ਸਰਜੰਟ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ, ਉਹਨੇ ਇਹਨਾਂ ਨੂੰ ਹਥਿਆਰਾਂ ਤੋਂ ਰਹਿਤ ਕਰ ਦਿੱਤਾ, ਹਥਿਆਰ ਜਮ੍ਹਾਂ ਕਰਾ ਲਿਆ। ਪਰ ਇਹਨਾਂ ਨੇ ਫਿਰ ਵੀ ਇੱਕ ਸਰਜੰਟ ਦਾ ਕਤਲ ਕਰ ਦਿੱਤਾ ਬਗਾਵਤ ਕਰਕੇ। ਪਹਿਲਾਂ ਇਹਨਾਂ ਨੇ ਸਭਰਾਵਾਂ ਦੇ ਕੋਲੋਂ ਦਰਿਆ ਨੂੰ ਪਾਰ ਕਰਕੇ ਪੰਜਾਬ ਵਾਲੇ ਪਾਸੇ ਆਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਨਾ ਆ ਸਕੇ। ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਉਸ ਵੇਲੇ ਫੈਡਰਿਕ ਕੂਪਰ ਸੀ, ਇਹਨਾਂ ਅਜਨਾਲੇ ਦੇ ਨੇੜਿਓਂ ਰਾਵੀ ਦਰਬਾਰ ਨੂੰ ਪਾਰ ਕੀਤਾ ਕਿ ਝੱਲ ਦੇ ਵਿੱਚ ਬੈਠ ਗਏ। ਔਰ ਤੁਸੀਂ ਹੈਰਾਨ ਹੋਵੋਗੇ, 50 ਸਿਪਾਹੀਆਂ ਦੇ ਨਾਲ ਇਹਨਾਂ ਨੂੰ ਫੈਡਰਿਕ ਕੂਪਰ ਨੇ ਘੋੜੇ ਤੇ ਆ ਕੇ ਘੇਰਾ ਪਾਇਆ। ਇਹ 400 ਬੰਦਾ ਸੀ, 50 ਸਿਪਾਹੀਆਂ ਦੇ ਅੱਗੇ ਲੜ ਨਹੀਂ ਸਕਿਆ। 66 ਬੰਦੇ ਨੇ ਦਰਿਆ 'ਚ ਛਾਲਾਂ ਮਾਰ ਦਿੱਤੀਆਂ, ਬਾਕੀ ਗ੍ਰਿਫਤਾਰ ਕੀਤੇ ਗਏ। ਕੁਝ ਅਜਨਾਲੇ ਜੇਲ੍ਹ ਦੇ ਵਿੱਚ ਰੱਖੇ ਗਏ, ਕੁਝ ਅਜਨਾਲੇ ਦੇ ਬੁਰਜ ਦੇ ਵਿੱਚ ਰੱਖੇ ਗਏ। ਬਕਰੀਦ ਵਾਲੇ ਦਿਨ ਇਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਖ ਇਹਨਾਂ ਦੇ ਉੱਪਰ ਇੰਨੇ ਨਾਰਾਜ਼ ਸੀ ਪੰਜਾਬ ਦੇ ਪੇਂਡੂ, ਉਹਨਾਂ ਨੇ ਇਹਨਾਂ ਦੀਆਂ ਧਾਰਮਿਕ ਰਸਮਾਂ ਤੇ ਸੰਸਕਾਰ ਵੀ ਨਾ ਕੀਤਾ। ਇੱਕ ਟੋਏ ਦੇ ਵਿੱਚ ਲਾਸ਼ਾਂ ਰੱਖ ਕੇ ਅੰਗਰੇਜ਼ਾਂ ਦੇ ਵੱਲੋਂ ਵਿਗਾਰ ਦੇ ਉੱਪਰ ਬੰਦੇ ਲਿਆ ਕੇ ਮਿੱਟੀ ਪਾ ਦਿੱਤੀ ਗਈ। ਮਾਫ਼ ਕਰਨਾ ਸਿੱਖਾਂ ਦੀ ਟ੍ਰੈਜਡੀ, ਅੱਜ ਉਸ ਥਾਂ ਦੇ ਉੱਪਰ ਗੁਰਦੁਆਰਾ ਬਣਾ ਦਿੱਤਾ, ਗੁਰਦੁਆਰਾ ਕਾਲਿਆਂ ਵਾਲਾ ਖੂਹ। ਜਿਹੜੇ ਤਮਾਕੂ ਨੋਸ਼ ਸੀ, ਜਿਨ੍ਹਾਂ ਨੇ ਸਿੱਖਾਂ ਦੀਆਂ ਬੱਚੀਆਂ ਨਾਲ ਬਲਾਤਕਾਰ ਕੀਤੇ, ਜਿਨ੍ਹਾਂ ਨੇ ਸ਼ਾਮ ਸਿੰਘ ਅਟਾਰੀ ਵਰਗੇ ਸਰਦਾਰਾਂ ਦੇ ਖੂਨ ਦੇ ਵਿੱਚ ਆਪਣੇ ਹੱਥ ਰੰਗੇ ਹੋਏ ਸੀਗੇ, ਸਾਡੀ ਤਰਾਸਦੀ ਉਸ ਥਾਂ ਤੇ ਗੁਰਦੁਆਰਾ ਬਣਾ ਦਿੱਤਾ, ਜਿਨ੍ਹਾਂ ਨੇ ਜਾ ਕੇ ਵੇਖ ਲਓ, ਇਹ ਸਾਡੀ ਟ੍ਰੈਜਡੀ ਹੈ।
ਅਸੀਂ ਕਦੋਂ ਕਰਾਂਗੇ ਇਸ ਇਤਿਹਾਸ ਦਾ ਮੁਲਾਂਕਣ। ਖੈਰ ਉਸ ਬਗਾਵਤ ਤੋਂ ਬਾਅਦ ਇਹ ਦੂਸਰੀ ਬਗਾਵਤ ਸੀ ਮੀਆਂ ਮੀਰ ਛੋੜੀ ਲਾਹੌਰ ਦੇ ਵਿੱਚ, ਜਿਸ ਦੀ ਤਿਆਰੀ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਕੀਤੀ। ਪਰ ਅਖੀਰ ਮੌਕੇ ਤੇ ਆ ਕੇ ਵੀਰ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਇਹ ਜਿਹੜੀਆਂ ਮੀਟਿੰਗਾਂ ਸੀਗੀਆਂ ਇਹ ਵੀ ਫਿਰੋਜ਼ਪੁਰ ਸ਼ਹਿਰ ਦੇ ਬਾਹਰ ਹੋਈਆਂ। ਇਹਨਾਂ ਮੀਟਿੰਗਾਂ ਦੇ ਵਿੱਚ ਔਰ ਇਹ ਮੀਟਿੰਗਾਂ ਵੀ ਗੁਰਦੁਆਰਾ ਝਾੜ ਸਾਹਿਬ, ਇਸ ਤੋਂ ਜਿਹੜੀ ਸਭ ਤੋਂ ਪਹਿਲੀ ਵੱਡੀ ਮੀਟਿੰਗ ਹੋਈ ਗੁਰਦੁਆਰਾ ਨਨਕਾਣਾ ਸਾਹਿਬ। ਸੋ ਜੇ ਕਿਤੇ ਇਸ ਲਹਿਰ ਦਾ ਸੰਬੰਧ ਸਿੱਖਾਂ ਦੇ ਨਾਲ ਨਹੀਂ ਸੀ ਤੇ ਗੁਰਦੁਆਰਿਆਂ ਦੇ ਅੰਦਰ ਮੀਟਿੰਗਾਂ ਕਰਨ ਦੇ ਸਥਾਨ ਕਿਉਂ ਚੁਣੇ ਜਾ ਰਹੇ? ਭਾਈ ਰਣਧੀਰ ਸਿੰਘ ਪੜ੍ਹ ਕੇ ਵੇਖਿਓ, ਜਿੰਨੀਆਂ ਵੀ ਉਸ ਸਮੇਂ ਬਗਾਵਤਾਂ ਹੁੰਦੀਆਂ ਨੇ ਜਿੱਥੇ ਜਿੱਥੇ ਹਥਿਆਰ ਪਹੁੰਚਾਉਣ ਦੀ ਲੋੜ ਹੈ, ਆਪਣੇ ਕੀਰਤਨੀ ਜਥੇ ਦੇ ਵਿੱਚ ਆਪਣੇ ਹਾਰਮੋਨੀਅਮ ਵਾਜਿਆਂ ਦੇ ਵਿੱਚ ਹਥਿਆਰ ਰੱਖ ਕੇ ਤੇ ਗ੍ਰਨੇਡ ਲੈ ਕੇ ਇੱਕ ਜਥੇ ਤੋਂ ਦੂਜੇ ਜਥੇ ਤੱਕ ਪਹੁੰਚਾਉਂਦੇ ਨੇ, ਭਾਈ ਰਣਧੀਰ ਸਿੰਘ ਵਰਗੀ ਨਾਮ ਵਿੱਚ ਰੰਗੀ ਰੂਹ ਜੇ ਕਿਤੇ ਇਹ ਨਾਸਤਕ ਲਹਿਰ ਹੁੰਦੀ, ਜਿਹੜੇ ਸਾਰੀ ਉਮਰ ਨਾਸਤਕਵਾਦ ਦੇ ਖਿਲਾਫ ਲਿਖਦੇ ਰਹੇ ਨੇ, ਕਦੀ ਵੀ ਇਸ ਲਹਿਰ ਦੇ ਨਾਲ ਨਾ ਜੁੜਦੇ, ਕਦੀ ਵੀ ਨਾ ਜੁੜਦੇ। ਕੀਰਤਨ ਕਰਨ, ਆਪਣੇ ਵਾਜੇ ਦੇ ਹਥਿਆਰ ਪਹੁੰਚਾਉਣੇ, ਸੁਨੇਹੇ ਪਹੁੰਚਾਉਣੇ, ਔਰ ਜੇ ਦੂਸਰੇ ਰੂਪ ਦੇ ਵਿੱਚ ਬੱਬਰ ਅਕਾਲੀ ਲਹਿਰ ਜਨਮ ਲੈਂਦੀ ਹੈ 1920 ਤੋਂ ਬਾਅਦ, ਤੇ ਉਹਦੇ ਵਿੱਚ ਵੀ ਸਰਦਾਰ ਕਿਸ਼ਨ ਸਿੰਘੜ ਗੱਜ ਨੂੰ ਇਸ ਮੂਵਮੈਂਟ ਦੇ ਵਿੱਚ ਲੈ ਕੇ ਆਉਣ ਵਾਲੇ ਸਰਦਾਰ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਵਾਲੇ। ਸੋ ਇਸ ਲਹਿਰ ਨੂੰ ਤੁਸੀਂ ਸਿੱਖ ਧਰਮ ਦੇ ਨਾਲੋਂ ਕਦੀ ਵੀ ਨਿਖਾੜ ਕੇ ਜਾਂ ਵੱਖਰਾ ਕਰਕੇ ਨਹੀਂ ਵੇਖ ਸਕਦੇ। ਦੂਸਰੀ ਮੁਲਾਕਾਤ ਤੋਂ ਬਾਅਦ ਪਤਾ ਲੱਗਾ ਕਿ ਮੀਆਂ ਮੀਰ ਛਾਉਣੀ ਵਾਲੀ ਬਗਾਵਤ ਨਹੀਂ ਹੋ ਸਕੇਗੀ। ਜਿਸ ਉਸ ਵੇਲੇ ਪਠਾਨ ਨੇ ਬਗਾਵਤ ਕਰਨ ਦਾ ਮੁੱਢ ਬੰਨਿਆ ਸੀ ਉਹ ਪਲਟਨ ਬਦਲ ਗਈ। ਉਸ ਤੋਂ ਬਾਅਦ ਜਿਸ ਰਸਾਲੇ ਨੇ ਦਰਵਾਜ਼ਾ ਖੋਲਣਾ ਸੀ ਉਹਦੀ ਜਿਹੜੀ ਸੀ ਬਦਲੀ ਹੋ ਗਈ। ਇਹ ਛੋਟੇ ਛੋਟੇ ਕਾਰਨ ਬਣੇ, ਪਰ ਇਹਨਾਂ ਕਾਰਨਾਂ ਵਿੱਚ ਸਭ ਤੋਂ ਵੱਡਾ ਕਾਰਨ ਸੀ ਕਿ ਹਥਿਆਰ ਨਹੀਂ ਸੀ ਆਏ, ਹਥਿਆਰਾਂ ਦੀ ਬਹੁਤ ਵੱਡੀ ਘਾਟ ਸੀ। ਉਹ ਉਸਨੂੰ ਕਹਿੰਦੇ ਕਿ ਇਤਫਾਕੀਆ ਕੋਈ ਐਵੇਂ ਦੀ ਘਟਨਾ ਵਾਪਰ ਜਾਣੀ ਕਿ ਹਥਿਆਰ ਜਿਹੜੇ ਸੀ ਇਸ ਮੂਵਮੈਂਟ ਤੱਕ ਨਾ ਆ ਸਕੇ। ਸੋ ਪਹਿਲੀ ਆਸ ਇਹੀ ਕੀਤੀ ਜਾਂਦੀ ਸੀ ਕਿ ਛੋਟੇ ਥਾਣੇ ਲੁੱਟ ਕੇ ਹਥਿਆਰ ਇਕੱਠੇ ਕੀਤੇ ਜਾਣ, ਬੰਗਾਲ ਦੇ ਅੰਦੋਲਨਕਾਰੀਆਂ ਨਾਲ ਸੰਬੰਧ ਸਾਬਤ ਕੀਤੇ ਗਏ। ਜਦੋਂ ਰਾਸ ਬਿਹਾਰੀ ਬੋਸ ਤੇ ਸੁਨਿਆਲ ਵਰਗੇ ਇੱਥੇ ਆਏ ਤੇ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦੀ ਜਿਹੜੀ ਮੂਵਮੈਂਟ ਹੈ ਨਾ ਇਹ ਤੇ ਖਿੰਡਰੀ ਪੁੰਡਰੀ ਮੂਵਮੈਂਟ ਹੈ, ਅਸੀਂ ਤਾਂ ਬੜੇ ਆਰਗੇਨਾਈਜ਼ ਤਰੀਕੇ ਨਾਲ ਲੜ ਰਹੇ ਹਾਂ। ਪਰ ਜਦੋਂ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਮੰਗ ਕੀਤੀ ਨਾ ਕਿ ਹਥਿਆਰ ਦਿਓ, ਅਸੀਂ ਬਗਾਵਤ ਕਰਨੀ, ਤੁਹਾਡੇ ਕੋਲ ਹਥਿਆਰ ਹੋਣਗੇ, ਰਾਸ ਬਿਹਾਰੀ ਬੋਸ ਖੁਦ ਲਿਖਦਾ ਕਹਿੰਦਾ ਮੈਨੂੰ ਤੇ ਉਦੋਂ ਪਤਾ ਲੱਗਾ ਬੰਗਾਲੀਆਂ ਦੇ ਕੋਲ ਵੀ ਚੱਜ ਦੇ ਹਥਿਆਰ ਨਹੀਂ ਸੀ ਹੈਗੇ। ਪਰ ਉਹਨਾਂ ਨੇ ਜਵਾਬ ਕੀ ਦਿੱਤਾ, ਤੁਸੀਂ ਬਲਵਾ ਕਰੋ, ਬੰਗਾਲੀ ਸ਼ਬਦ, ਤੁਸੀਂ ਬਲਵਾ ਕਰੋ ਅਸੀਂ ਸਾਥ ਦੇਵਾਂਗੇ, ਤੁਸੀਂ ਬਗਾਵਤ ਕਰੋ ਅਸੀਂ ਸਾਥ ਦੇਵਾਂਗੇ। ਮਾਫ ਕਰਨਾ, ਹਥਿਆਰਾਂ ਤੋਂ ਬਿਨਾਂ ਬਗਾਵਤ ਹੋ ਕਿਤਨਾ ਸਕਦੀ ਹੈ? ਗੱਲ ਤੇ ਸੀ ਕਿ ਅਸੀਂ ਹਥਿਆਰ ਦਿੰਦੇ ਹਾਂ ਤੁਸੀਂ ਬਗਾਵਤ ਕਰੋ, ਜਵਾਬ ਮਿਲਿਆ ਤੁਸੀਂ ਬਗਾਵਤ ਕਰੋ ਅਸੀਂ ਹਥਿਆਰ ਦੇਵਾਂਗੇ। ਪੜ੍ਹ ਕੇ ਵੇਖੋ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਜੀਵਨ, ਬੜੇ ਸਪਸ਼ਟ ਨੇ ਇਹ ਸ਼ਬਦ, ਤੁਸੀਂ ਬਲਵਾ ਕਰੋ ਅਸੀਂ ਬਗਾਵਤ ਕਰਾਂਗੇ। ਫਿਰ ਉਹਨਾਂ ਨੇ ਦੂਜਾ ਸੁਝਾਅ ਦਿੱਤਾ, ਕਈ ਵਾਰੀ ਮੂਵਮੈਂਟ ਦੇ ਵਿੱਚ ਇਵੇਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਉਹਨਾਂ ਨੇ ਕਿਹਾ ਕਿ ਤੁਸੀਂ ਬੈਂਕਾਂ ਦੇ ਲੁੱਟਣ ਦੇ ਨਾਲੋਂ ਪਿੰਡਾਂ ਦੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰੋ। ਉਹਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ, ਭਾਵੇਂ ਕਿ ਕਿਸੇ ਸਮੇਂ ਸੁਨਿਆਲ ਨੇ ਇਹ ਗੱਲ ਕਹੀ ਸੀ ਕਿ ਮੈਂ ਹੈਰਾਨ ਰਹਿ ਗਿਆ ਕਿ ਜਦੋਂ ਗਦਰ ਲਹਿਰ ਦੇ ਇਹ ਯੋਧੇ ਗੁਰਦੁਆਰਿਆਂ 'ਚ ਜਾ ਕੇ ਲੋਕਾਂ ਦੇ ਕੋਲੋਂ ਸਹਿਯੋਗ ਦੀ ਮੰਗ ਕਰਦੇ ਨੇ ਤੇ ਲੋਕੀ ਆਪਣਾ ਗਹਿਣਾ ਗੱਟਾ ਲਾ ਕੇ ਵੀ ਇਹਨਾਂ ਦੇ ਅੱਗੇ ਰੱਖ ਲੈਂਦੇ ਨੇ, ਗੁਰਦੁਆਰਿਆਂ ਦੇ ਵਿੱਚੋਂ ਸਹਿਯੋਗ ਕਿਉਂ ਮੰਗਿਆ ਜਾਂਦਾ ਸੀ? ਜੇ ਇਸ ਲਹਿਰ ਦਾ ਸੰਬੰਧ ਧਾਰਮਿਕ ਨਹੀਂ ਸੀ, ਗੁਰਦੁਆਰਿਆਂ 'ਚੋਂ ਸੰਬੰਧ ਕਿਉਂ ਮੰਗਿਆ ਜਾਂਦਾ ਸੀ? ਸਿੱਖ ਜਿਹੜੇ ਸੀ ਇਸ ਲਹਿਰ ਨੂੰ ਕਿਉਂ ਸਪੋਰਟ ਕਰਦੇ ਸੀ? ਕਿਉਂ ਸਿੱਖ ਬੀਬੀਆਂ ਆਪਣੇ ਗਹਿਣੇ ਗੱਟੇ ਲਾ ਕੇ ਵੀ ਇਸ ਲਹਿਰ ਨੂੰ ਸਮਰਪਿਤ ਕਰ ਦਿੰਦੀਆਂ ਸੀ? ਇਸੇ ਕਰਕੇ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਆਉਣ ਵਾਲੇ ਗ੍ਰੰਥੀ ਵੀਰ ਤੇ ਇਸ ਲਹਿਰ ਦੇ ਨਾਲ ਜੁੜੇ ਹੋਏ ਯੋਧੇ, ਜਿਹਨਾਂ ਅਸੀਂ ਬਾਬੇ ਕਹਿੰਦੇ, ਬਾਬੇ ਸ਼ਬਦ ਕਿੱਥੋਂ ਹੈ? ਬੇਸ਼ੱਕ ਫਾਰਸੀ ਦਾ ਸ਼ਬਦ ਹੈ ਉੱਚਾ ਵੱਡਾ, ਪਰ ਬਾਬੇ ਸ਼ਬਦ ਅਸੀਂ ਪੰਜਾਬੀ ਭਾਸ਼ਾ ਧਾਰਮਿਕ ਵਿਅਕਤੀ ਲਈ ਵਰਤਦੇ ਹਾਂ, ਜਿਸ ਦਾ ਧਾਰਮਿਕ ਜੀਵਨ ਵੀ ਹੋਵੇ, ਅਕਸਰ ਅਸੀਂ ਇਹੀ ਸ਼ਬਦ ਵਰਤਦੇ ਹਾਂ। ਅਸੀਂ ਹਮੇਸ਼ਾ ਕਹਿੰਦੇ ਗਦਰੀ ਬਾਬੇ, ਕਾਹਦੇ ਕਰਕੇ? ਸਿੱਖ ਧਰਮ ਦੇ ਨਾਲ, ਸਿੱਖ ਸਾਇਕੀ ਦੇ ਨਾਲ, ਸਿੱਖ ਫਲਸਫੇ ਦੇ ਨਾਲ, ਸਿੱਖ ਵਿਚਾਰਧਾਰਾ 'ਚ ਜੁੜੇ ਹੋਏ ਸੀ। ਸੋ ਉਸ ਵੇਲੇ ਇਹਨਾਂ ਨੇ ਬੰਗਾਲੀਆਂ ਨੇ ਸਲਾਹ ਦਿੱਤੀ ਤੁਸੀਂ ਲੋਕਾਂ ਨੂੰ ਲੁੱਟਣਾ ਸ਼ੁਰੂ ਕਰੋ। ਇੱਕ ਡਾਕਾ ਸਾਹਨੇਵਾਲ ਸੀ, ਇੱਕ ਲੁਧਿਆਣੇ ਦੇ ਕੋਲ ਸੀ, ਤੀਸਰਾ ਜਿਹੜਾ ਡਾਕਾ ਸੀ ਅੰਮ੍ਰਿਤਸਰ ਜ਼ਿਲ੍ਹੇ 'ਚ ਪਿੰਡ ਚੱਬੇ ਸੀ। ਚੱਬੇ ਦੇ ਡਾਕੇ ਦੇ ਦੌਰਾਨ ਜਿਸ ਲੁਹਾਰ ਨੇ ਜਿੰਦਰਾ ਤੋੜਿਆ ਉਹ ਫੜਿਆ ਗਿਆ। ਉਸਨੇ ਉਸ ਤੋਂ ਬਾਅਦ ਇਹ ਸਾਰਾ ਦੱਸ ਦਿੱਤਾ ਕਿ ਇਹ ਜਿਹੜੀ ਸਾਰੀ ਗਦਰ ਲੈ ਰਿਹਾ ਇਹ ਵਿਦੇਸ਼ਾਂ ਤੋਂ ਆਏ ਸਿੱਖ ਚਲਾ ਰਹੇ ਨੇ, ਉੱਥੋਂ ਫਿਰ ਇਹਨਾਂ ਦੇ ਅੰਦਰ ਮੁਖਬਰੀ ਦੀ ਸ਼ੁਰੂਆਤ ਹੋ ਗਈ। ਸੋ ਇਹ ਜਿਹੜੀ ਤਿੰਨ ਡਾਕਿਆਂ ਦੇ ਵਿੱਚ, ਭਾਵੇਂ ਮੈਂ ਕਹਿੰਦਾ ਕਿ ਉਸ ਸਮੇਂ ਦੀ ਲੋੜ ਸੀ, ਜਦੋਂ ਅੱਜ ਅਸੀਂ ਲਹਿਰਾਂ ਦਾ ਮੁਲਾਂਕਣ ਕਰਦੇ ਹਾਂ ਇੰਝ ਲੱਗਦਾ ਬੜੀ ਵੱਡੀ ਗਲਤੀ ਕੀਤੀ, ਪਰ ਉਸ ਸਮੇਂ ਕੀ ਲੋੜਾਂ ਸੀ, ਕਿਉਂ ਇਹ ਕੁਛ ਕਰਨਾ ਪਿਆ, ਇਹ ਸਾਡੇ ਸਾਹਮਣੇ ਇੱਕ ਸਵਾਲ ਹੈ। ਜਿਸ ਤਰ੍ਹਾਂ ਇਸ ਸਾਕੇ ਦੀ ਤੁਸੀਂ ਗੱਲ ਕਰੋਗੇ ਜਿੱਥੇ ਸਰਦਾਰ ਰਹਿਮਤ ਹੁਣੀ ਗ੍ਰਿਫਤਾਰ ਹੁੰਦੇ ਨੇ, ਰਹਿਮਤ ਅਲੀ ਹੁਣੀ, ਤਾਂ ਉੱਥੇ ਵੀ ਇੱਕ ਸਵਾਲ ਉੱਠਦਾ ਕਿ ਇਹਨਾਂ ਨੂੰ ਝੱਲ 'ਚ ਨਹੀਂ ਸੀ ਜਾਣਾ ਚਾਹੀਦਾ, ਪਰ ਲੋੜਾਂ ਕੀ ਨੇ ਉਸ ਵੇਲੇ ਮੌਕੇ ਤੇ? ਕਿਵੇਂ ਦੀ ਤੁਹਾਨੂੰ ਸਟ੍ਰੈਟਜੀ ਅਡਾਪਟ ਕਰਨੀ ਪੈਂਦੀ ਹੈ? ਬਾਅਦ ਦੇ ਵਿੱਚ ਕਹਿਣਾ ਬੜਾ ਸੌਖਾ ਹੁੰਦਾ ਕਿ ਇੰਝ ਨਹੀਂ ਸੀ ਕਰਨਾ ਚਾਹੀਦਾ, ਪਰ ਜਦੋਂ ਆਸੇ ਪਾਸੇ ਤੋਂ ਗੋਲੀਆਂ ਚੱਲ ਰਹੀਆਂ ਹੁੰਦੀਆਂ, ਜਦੋਂ ਤੁਸੀਂ ਦੁਸ਼ਮਣ ਦੇ ਵਿੱਚ ਘਿਰੇ ਹੋਏ ਹੁੰਦੇ ਹੋ, ਉਦੋਂ ਮਾਨਸਿਕਤਾ ਦੇ ਵਿੱਚੋਂ ਜਿਹੜਾ ਫੈਸਲਾ ਲਿਆ ਜਾਂਦਾ ਉਹਦੇ ਵਿੱਚ ਕੇਵਲ ਤੇ ਕੇਵਲ ਇੰਨਾ ਹੁੰਦਾ ਕਿ ਛੇਤੀ, ਸਪਸ਼ਟ, ਸੇਫ ਜਗ੍ਹਾ ਔਰ ਕਿਸ ਜਗ੍ਹਾ ਤੋਂ ਮੁਕਾਬਲਾ ਕੀਤਾ ਜਾ ਸਕਦਾ। ਉਦੋਂ ਚਾਰ ਗੱਲਾਂ ਬੰਦੇ ਦੇ ਦਿਮਾਗ 'ਚ ਹੁੰਦੀਆਂ।
ਸੋ ਇਸ ਕਰਕੇ ਬੇਸ਼ੱਕ ਅਸੀਂ ਅੱਜ ਜਦੋਂ ਇਸ ਲਹਿਰ ਦਾ ਮੁਲਾਂਕਣ ਕਰਦੇ ਅਧਿਨ ਕਰਦੇ ਹਾਂ ਤੇ ਕਹਿੰਦੇ ਕਿ ਇਸ ਡਾਕਿਆਂ ਵਾਲੀ ਪ੍ਰਵਿਰਤੀ ਚ ਨਹੀਂ ਸੀ ਆਉਣਾ ਚਾਹੀਦਾ ਪਰ ਉਸ ਵੇਲੇ ਦੀ ਲੋੜ ਸੀ ਭਾਵੇਂ ਕਿਹਦੇ ਨਾਲ ਨੁਕਸਾਨ ਇਹ ਹੋਇਆ ਕਿ ਮੁਖਬਰਾਂ ਨੂੰ ਇਸ ਮੂਵਮੈਂਟ ਦੇ ਵਿੱਚ ਦਾਖਲ ਹੋਣ ਦੇ ਜਿਹੜੇ ਸੀ ਦਰਵਾਜ਼ੇ ਉਹ ਖੁੱਲ੍ਹ ਗਏ ਉਸ ਤੋਂ ਬਾਅਦ ਸਰਦਾਰ ਸਿੰਘ ਕਰਤਾਰ ਸਿੰਘ ਸਰਾਭਾ ਦਾ ਫੜੇ ਜਾਣਾ ਪਰ ਉਹਦੇ ਫੜੇ ਜਾਣ ਤੋਂ ਪਹਿਲਾਂ ਜਿਹੜੀ ਆਹ ਘਟਨਾ ਵਾਪਰੀ ਇਹ ਬੜੀ ਅਹਿਮ ਹੈ ਇਹ ਘਟਨਾ ਇਸ ਕਰਕੇ ਅਹਿਮ ਹੈ ਇਹਨਾਂ ਦਾ ਜਿਹੜਾ ਪਰਿਵਾਰ ਸੀ ਸਰਦਾਰ ਮੌਲਾ ਬਖਸ਼ ਇਹ ਪੰਜ ਵਕਤ ਦਾ ਨਮਾਜ਼ੀ ਪਰਿਵਾਰ ਗਿਣਿਆ ਜਾਂਦਾ ਔਰ ਤੁਸੀਂ ਵੇਖੋਗੇ ਕਿ ਜਿੰਨੀਆਂ ਵੀ ਮੂਵਮੈਂਟ ਦੇ ਵਿੱਚ ਇਸਲਾਮਿਕ ਵੀਰ ਆਉਂਦੇ ਨੇ ਉਹ ਆਪਣੇ ਧਾਰਮਿਕ ਅਕੀਦੇ ਦੇ ਨਾਲ ਆਉਂਦੇ ਨੇ ਉਹ ਆਪਣਾ ਧਾਰਮਿਕ ਅਕੀਦਾ ਨਹੀਂ ਛੱਡਦੇ ਅੱਜ ਵੀ ਜਦੋਂ ਐਨਾਲਿਸ ਇਸ ਗੱਲ ਨੂੰ ਐਨਾਲਾਈਜ਼ ਕਰਦੇ ਨੇ ਨਾ ਕਿ ਦੁਨੀਆਂ ਦੇ ਵਿੱਚ ਇਸਲਾਮ ਦੇ ਬੱਚੇ ਜਿਹੜੇ ਨੇ ਉਹ ਹਿੰਸਾ ਵੱਲ ਪਰਿਵਰਤਿਤ ਹੋ ਰਹੇ ਨੇ ਜਾਂ ਬਹੁਤ ਸਾਰੇ ਲੋਕੀ ਇਸਲਾਮ ਧਰਮ ਨੂੰ ਧਾਰਨ ਕਰ ਰਹੇ ਨੇ ਤੇ ਉਹਦੇ ਜਦੋਂ ਕਾਰਨਾਂ ਦਾ ਅਧਿਨ ਕੀਤਾ ਜਾਂਦਾ ਨਾ ਸਭ ਤੋਂ ਵੱਡੀ ਗੱਲ ਪਿੱਛੇ ਜੇ ਅਮਰੀਕਾ ਦੀ ਇੱਕ ਸੁਸਾਇਟੀ ਨੇ ਵੀ ਅਧਿਨ ਕਰਾਇਆ ਸੀ ਇਹੀ ਗੱਲ ਸਾਹਮਣੇ ਆਈ ਸੀ ਕਿ ਉਹਦਾ ਕਾਰਨ ਇਹ ਹੈ ਕਿ ਉਹ ਆਪਣੇ ਧਰਮ 'ਚ ਬੜੇ ਪਰਪੱਕ ਨੇ ਉਹ ਤਲੀਮੁਲ ਇਸਲਾਮ ਤੇ ਤਰੀਕੀ ਇਸਲਾਮ ਦੇ ਨਾਲ ਜੁੜੇ ਹੋਏ ਲੋਕ ਨੇ ਭਾਵੇਂ ਅਸੀਂ ਅੱਤਵਾਦੀ ਕਹਿ ਲਈਏ ਜੋ ਮਰਜ਼ੀ ਕਹਿ ਲਈਏ ਇਹ ਸਾਡੇ ਸ਼ਬਦ ਨੇ ਅਸੀਂ ਉਹਨਾਂ ਨੂੰ ਤਾਲਿਬਾਨ ਕਹਿ ਲਈਏ ਜੋ ਮਰਜ਼ੀ ਹੈ ਇਹ ਸਾਡੀ ਪ੍ਰੈਡਿਕਸ਼ਨ ਇਹਨਾਂ ਦੇ ਬਾਰੇ ਸਾਡੀ ਵਿਆਖਿਆ ਹੈ ਪਰ ਜੇ ਤੁਸੀਂ ਉਹਨਾਂ ਨੂੰ ਪੁੱਛੋ ਤੇ ਉਹ ਕਹਿੰਦੇ ਨੇ ਕਿ ਅਸੀਂ ਜਹਾਦ ਦੇ ਵਿੱਚ ਆਪਣੇ ਧਰਮ ਦੇ ਵਾਸਤੇ ਕੁਰਬਾਨ ਹੋਣ ਵਾਸਤੇ ਸਭ ਕੁਝ ਕਰ ਰਹੇ ਇਸ ਕਰਕੇ ਹਮੇਸ਼ਾ ਹੀ ਜੇ ਅਸੀਂ ਆਪਣੇ ਨਜ਼ਰੀਏ ਤੋਂ ਵੇਖਾਂਗੇ ਅਸੀਂ ਕਹਾਂਗੇ ਬੜੇ ਕਰੂਅਲ ਨੇ ਬੜੇ ਮਾੜੇ ਇਹ ਗੱਲ ਵੱਖਰੀ ਹੈ ਸਾਡੇ ਨਾਲ 18ਵੀਂ ਸਦੀ 'ਚ ਉਹਨਾਂ ਨੇ ਬਹੁਤ ਕੁਝ ਕੀਤਾ ਪਰ ਗੱਲ ਇਹ ਕਿ ਉਹ ਆਪਣੇ ਅਕੀਦੇ ਦੇ ਵਿੱਚ ਕਿੰਨੇ ਪੱਕੇ ਨੇ ਔਰ ਉਹ ਕਦੀ ਵੀ ਗੈਰ ਧਰਮੀ ਲਹਿਰ ਨੂੰ ਸਪੋਰਟ ਨਹੀਂ ਕਰਦੇ ਖਾਸ ਕਰਕੇ ਇਹ ਪਰਿਵਾਰ ਸਰਦਾਰ ਮੌਲਾ ਬਖਸ਼ ਉਹਨਾਂ ਦਾ ਮੈਂ ਸਰਦਾਰ ਸ਼ਬਦ ਇਸ ਕਰਕੇ ਵਰਤ ਰਿਹਾ ਕਿਉਂਕਿ ਇਹ ਪਰਿਵਾਰ ਜਿਹੜਾ ਹੈ ਇਸ ਨੇ ਹਮੇਸ਼ਾ ਹੀ ਪੰਜਾਬ ਦੇ ਵਾਸਤੇ ਇਹਨਾਂ ਦੇ ਪੁੱਤਰ ਰਹਿਮਤ ਅਲੀ ਨੇ ਜਿਹੜੀ ਹੈ ਬਹੁਤ ਵੱਡੀ ਸ਼ਹਾਦਤ ਦਿੱਤੀ ਹੈ ਜਿਸ ਸ਼ਹਾਦਤ ਦੇ ਉੱਪਰ ਤੁਹਾਡੇ ਪਿੰਡ ਨੂੰ ਬਹੁਤ ਵੱਡਾ ਮਾਣ ਹੋਣਾ ਚਾਹੀਦਾ ਹੈ ਬਹੁਤ ਵੱਡਾ ਮਾਣ ਇਹ ਕੋਈ ਛੋਟੀ ਗੱਲ ਨਹੀਂ ਹੈ ਇਹ ਤਾਂ ਦੁਨੀਆਂ ਦੇ ਨਕਸ਼ੇ ਦੇ ਉੱਪਰ ਆਉਣ ਵਾਲੀ ਗੱਲ ਸੀ ਇਹਨਾਂ ਦੀਆਂ ਘਾਲਣਾਵਾਂ ਵੇਖੋ ਇਹਨਾਂ ਦੀਆਂ ਸ਼ਹਾਦਤਾਂ ਵੇਖੋ ਕਿਤੇ ਤੁਹਾਨੂੰ ਝੱਲ ਤੇ ਲੱਗੀ ਅੱਗ ਤੇ ਇਹਨਾਂ 7 ਜਣਿਆਂ ਦਾ ਆਤਮ ਸਮਰਪਣ ਤੇ 2 ਜਣਿਆਂ ਦੀ ਸ਼ਹੀਦੀ ਜਿਹੜੀ ਹੈ 9 ਜਣਿਆਂ ਦਾ ਆਤਮ ਸਮਰਪਣ ਤੇ 2 ਦੀ ਸ਼ਹੀਦੀ ਤੁਹਾਨੂੰ ਛੋਟੇ ਘੱਲੂ ਘਾਰੇ ਤੋਂ ਕਿਤੇ ਛੋਟੀ ਘਟਨਾ ਲੱਗਦੀ ਹੈ ਵੱਖਰੀ ਗੱਲ ਉੱਥੇ ਸਿੱਖਾਂ ਦੀ ਗਿਣਤੀ ਜ਼ਿਆਦਾ ਸੀ ਸ਼ਹਾਦਤਾਂ ਵੱਧ ਹੁੰਦੀਆਂ ਪਰ ਜਦੋਂ ਅਸੀਂ ਟੋਪੋਗ੍ਰਾਫੀ ਵੇਖਦੇ ਹਾਂ ਇੱਕ ਛੋਟੀ ਜਿਹੀ ਜਗ੍ਹਾ ਜਿਹਦੇ 'ਚ ਤੁਹਾਡੇ ਕੋਲ ਕੇਵਲ ਇੱਕ ਹਥਿਆਰ ਹੋਵੇ ਉਸ ਇੱਕ ਹਥਿਆਰ ਦੇ ਨਾਲ ਆਲੇ ਦੁਆਲੇ ਦੀ ਵਾਰ ਦਾ ਮੁਕਾਬਲਾ ਕਰਨਾ ਪੁਲਿਸ ਦੀਆਂ ਬੰਦੂਕਾਂ ਦਾ ਮੁਕਾਬਲਾ ਕਰਨਾ ਔਰ ਉਸ ਤੋਂ ਬਾਅਦ ਕਿਸੇ ਇੱਕ ਨੇ ਵੀ ਕਨਫੈਸ਼ਨ ਸਟੇਟਮੈਂਟ ਦੇ ਵਿੱਚ ਮਰਸੀ ਪਟੀਲ ਨਾਲ ਅਪੀਲ ਨਾ ਕਰਨੀ ਮਰਸੀ ਪਟੀਸ਼ਨ ਦਾਖਲ ਹੀ ਨਾ ਕਰਨੀ ਕਿ ਮੈਨੂੰ ਰਹਿਮ ਕੀਤਾ ਜਾਵੇ ਮੈਂ ਤਾਂ ਜਾਣ ਬੁੱਝ ਕੇ ਝੱਲ 'ਚ ਵੜਿਆ ਸੀ ਜਾਂ ਮੇਰਾ ਇਸ ਮੂਵਮੈਂਟ ਦੇ ਨਾਲ ਸੰਬੰਧ ਕੋਈ ਨਹੀਂ ਸੀ ਸਾਰੇ ਦੇ ਸਾਰੇ ਸ਼ਹੀਦ ਹੋਣ ਜਿਸ ਵੇਲੇ ਦੂਜੀ ਮੀਟਿੰਗ ਫਿਰੋਜ਼ਪੁਰ ਦੇ ਲਾਗੇ ਹੋਈ ਤੇ ਪਤਾ ਲੱਗਾ ਕਿ ਬਗਾਵਤ ਜਿਹੜੀ 26 ਨੂੰ ਨਹੀਂ ਕੀਤੀ ਜਾ ਸਕਦੀ ਫੌਜੀ ਛਾਉਣੀ ਵਿੱਚ 30 ਨੂੰ ਹੋਵੇਗੀ ਉਸ ਮੀਟਿੰਗ ਦੇ ਸਰਦਾਰ ਕਰਤਾਰ ਸਿੰਘ ਸਰਾਭਾ ਕੁਝ ਇਤਿਹਾਸਕਾਰ ਕਹਿੰਦੇ ਨੇ ਸ਼ਾਮਲ ਸੀ ਕੁਝ ਕਹਿੰਦੇ ਨਹੀਂ ਫੈਸਲਾ ਇਹ ਲਿਆ ਗਿਆ ਕਿ ਸਾਡੇ ਕੋਲ 4 ਦਿਨ ਦਾ ਵਕਤ ਹੈ ਤੇ ਕਿਉਂ ਨਾ ਮੋਗਾ ਥਾਣਾ ਲੁੱਟ ਲਿਆ ਜਾਵੇ ਮੋਗੇ ਦਾ ਖਜ਼ਾਨਾ ਲੁੱਟ ਲਿਆ ਜਾਵੇ ਇਹ 2 ਚੀਜ਼ਾਂ ਵਿੱਚੋਂ ਹਥਿਆਰ ਤੇ ਆਰਥਿਕ ਸਰੋਤ ਜਿਹੜੇ ਨੇ ਉਹਨਾਂ ਦੀ ਤੰਗੀ ਪੂਰੀ ਕੀਤੀ ਜਾ ਸਕਦੀ ਹੈ ਸੋ ਕੁਝ ਤਾਂ ਗੱਡੀ ਦੇ ਰਾਹੀਂ ਆਏ ਕੁਝ 3 ਟਾਂਗਿਆਂ ਦੇ ਉੱਪਰ ਸਵਾਰ ਹੋ ਕੇ ਜਿਹੜੇ ਸੀ ਇਸ ਪਾਸੇ ਨੂੰ ਆ ਗਏ ਫਿਰੋਜ਼ ਸ਼ਾਹ ਫਿਰੋਜ਼ਪੁਰ ਸ਼ਹਿਰ ਤੋਂ ਬਾਹਰ ਇਹ ਮੁਕਾਬਲਾ ਹੋਇਆ ਇਹ ਮੁਕਾਬਲਾ ਜਿਸ ਤਰ੍ਹਾਂ ਦੱਸਿਆ ਕਿ ਉੱਥੇ SSP ਦਾ ਦੌਰਾ ਸੀ ਤੇ ਉੱਥੋਂ ਦਾ ਜਿਹੜਾ SHO ਸੀ ਕੁਝ ਇਤਿਹਾਸਕਾਰ ਨੇ ਉਸਦਾ ਨਾਮ ਬਸ਼ਾਰਤ ਅਲੀ ਲਿਖਿਆ ਪਰ ਜੇ ਤੁਸੀਂ ਅੰਗਰੇਜ਼ ਸਰਕਾਰ ਦੇ ਉਸਦੇ ਡਾਕੂਮੈਂਟ ਵੇਖਦੇ ਹੋ ਉਸਦਾ ਨਾਮ ਬੁਸ਼ਰਤ ਅਲੀ ਹੈ ਬੁਸ਼ਰਤ ਅਲੀ ਜਿਹੜਾ ਉਹ ਉਸ ਵੇਲੇ ਨਾਕਾ ਲਾ ਕੇ ਖੜਾ ਹੈ ਉਹਨੇ ਇਲਾਕੇ ਦੇ ਪਤਵੰਤੇ ਇਕੱਠੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਗੁਲਾਮ ਕਾਦਰ ਜੈਲਦਾਰ ਵੀ ਹੈ ਤੇ ਉੱਥੋਂ ਦਾ ਸਫੇਦਪੋਸ਼ ਫਤਿਹ ਖਾਨ ਵੀ ਹੈ ਇਹ ਟਾਂਗੇ ਜਿਹੜੇ ਨੇ 3 ਜਿਨ੍ਹਾਂ ਦੇ ਵਿੱਚ 21 ਜਿਹੜੇ ਇਹ ਗਦਰੀ ਸਵਾਰ ਸੀ ਅੱਗੇ ਲੰਘ ਗਏ ਪਰ ਉਸ ਵੇਲੇ ਬੁਸ਼ਰਤ ਅਲੀ ਨੂੰ ਬੜਾ ਗੁੱਸਾ ਚੜਿਆ ਉਸਨੇ ਜੈਲਦਾਰ ਨੂੰ ਕਿਹਾ ਇਹਨਾਂ ਨੂੰ ਘੇਰਨਾ ਚਾਹੀਦਾ ਜੈਲਦਾਰ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਟਾਂਗੇ ਘੇਰ ਕੇ ਬੁਸ਼ਰਤ ਅਲੀ ਦੇ ਸਾਹਮਣੇ ਲੈ ਆਂਦੇ ਉਸਨੇ ਸਵਾਲ ਕੀਤਾ ਤੁਸੀਂ ਕੌਣ ਹੋ ਕਹਿੰਦੇ ਸਰਕਾਰੀ ਆਦਮੀ ਆ ਜੰਗ ਲੱਗੀ ਹੋਈ ਹੈ ਪਹਿਲੀ ਸੰਸਾਰ ਜੰਗ ਲੱਗੀ ਹੋਈ ਸੀ ਤੇ ਅਸੀਂ ਪਿੰਡਾਂ ਦੇ ਵਿੱਚੋਂ ਭਰਤੀ ਕਰਨ ਲਈ ਨੌਜਵਾਨ ਚੁਣ ਰਹੇ ਹਾਂ ਕਿਸੇ ਗੱਲ ਤੋਂ ਤਲਖ ਕਲਾਮੀ ਹੋਈ ਅੱਜ ਜਿਨ੍ਹਾਂ ਦੀ ਤਸਵੀਰ ਵੇਖ ਰਹੇ ਹੋ ਰਹਿਮਤ ਅਲੀ ਇਹਨਾਂ ਨੂੰ ਥੱਪੜ ਮਾਰ ਦਿੱਤਾ ਬੁਸ਼ਰਤ ਅਲੀ ਨੇ ਇਹਨਾਂ ਨੂੰ ਥੱਪੜ ਮਾਰਨ ਦੀ ਗੱਲ ਸੀ ਕਿ ਉਸੇ ਵੇਲੇ ਸਰਦਾਰ ਭਗਤ ਸਿੰਘ ਕੱਚਰਪੰਨ ਜਿਨ੍ਹਾਂ ਨੂੰ ਉਰਫ ਬਾਬਾ ਗਾਂਧਾ ਸਿੰਘ ਕਿਹਾ ਜਾਂਦਾ ਹੈ ਉਹਨਾਂ ਨੇ ਉਸੇ ਵੇਲੇ ਐਟੋਮੈਟਿਕ ਪਿਸਤੌਲ ਦੇ ਨਾਲ ਗੋਲੀਆਂ ਦਾ ਕੇ ਬੁਸ਼ਰਤ ਅਲੀ ਨੂੰ ਸੁੱਟ ਦਿੱਤਾ ਅੱਗੇ ਵਧਣ ਲੱਗਾ ਜੈਲਦਾਰ ਗੁਲਾਮ ਕਾਦਰ ਗੋਲੀਆਂ ਉਹਦੇ ਪੇਟ 'ਚ ਵੱਜੀਆਂ ਜ਼ਮੀਨ 'ਤੇ ਪਿਆ ਤੜਫ ਰਿਹਾ ਸੀ ਫਤਿਹ ਖਾਨ ਨੇ 2-4 ਗੋਲੀਆਂ ਚਲਾਈਆਂ 455 ਬੋਰ ਦੇ ਰਿਵਾਲਵਰ ਦੇ ਨਾਲ ਪਰ ਉਹ ਆਪਣੀ ਜਾਨ ਬਚਾ ਕੇ ਭੱਜ ਗਿਆ ਸਾਰੇ ਪਾਸੇ ਰੌਲਾ ਮੱਚ ਗਿਆ ਭੀੜ ਜਿਹੜੀ ਸੀ ਉਹ ਤਿੱਤਰ ਬਿੱਤਰ ਹੋ ਗਈ ਇਸ ਤਿੱਤਰ ਬਿੱਤਰ ਹੋਈ ਭੀੜ ਦਾ ਪਤਾ ਜਦੋਂ ਲਾਗੇ ਹੀ ਨਹਿਰੀ ਵਿਸ਼ਰਾਮ ਘਰ ਦੇ ਉੱਪਰ ਕੰਮ ਕਰ ਰਹੇ ਮੁਹੰਮਦ ਸਦੀਕ ਨਾਂ ਦੇ ਸਰਜੈਂਟ ਨੂੰ ਲੱਗਾ ਤਾਂ ਉਸਨੇ ਪਿੰਡਾਂ ਦੇ 'ਚ ਰੌਲਾ ਪਾ ਦਿੱਤਾ ਕਿ ਡਾਕੂ ਆ ਪਏ ਨੇ ਪਿੰਡਾਂ ਦੀ ਭੀੜ ਇਕੱਠੀ ਹੋਈ ਪੁਲਿਸ ਸੱਦੀ ਗਈ ਇਹ ਜਿਹੜੇ 21 ਗਦਰੀ ਇਨਕਲਾਬੀ ਸੀ ਇਹਨਾਂ ਦੇ ਵਿੱਚੋਂ ਕੁਝ ਉੱਗੋ ਕੇ ਪਿੰਡ 'ਚ ਚਲੇ ਗਏ ਤੇ ਜਿਹੜੇ 11 ਬੰਦੇ ਸੀ ਉਹ ਝੱਲ ਦੇ ਵਿੱਚ ਵੜ ਗਏ ਇਹਨਾਂ 11 ਬੰਦਿਆਂ ਨੂੰ ਝੱਲ 'ਚ ਵੜਨ ਦਾ ਸਭ ਤੋਂ ਵੱਡਾ ਗੱਲ ਸੀ ਕਿ ਉਹਨਾਂ ਦਾ ਇੱਕ ਸਾਥੀ ਸਰਦਾਰ ਜੀਵਨ ਸਿੰਘ ਬਿਮਾਰ ਸੀ
ਉਹ ਚਾਹੁੰਦੇ ਸੀ ਕਿ ਅਸੀਂ ਬੇਸ਼ੱਕ ਮਾਰੇ ਜਾਈਏ ਪਰ ਆਪਣੇ ਸਾਥੀ ਦਾ ਸਾਥ ਛੱਡ ਕੇ ਨਹੀਂ ਜਾਣਾ ਕਿ ਇਹਨੂੰ ਛੱਡ ਕੇ ਅਸੀਂ ਭੱਜ ਜਾਈਏ। ਇਹਨਾਂ ਦੇ ਵਿੱਚ ਸਰਦਾਰ ਧਿਆਨ ਸਿੰਘ, ਸਰਦਾਰ ਚੰਦਾ ਸਿੰਘ, ਕਾਂਸ਼ੀ ਰਾਮ, ਰਹਿਮਤ ਅਲੀ, ਪਿਆਰਾ ਸਿੰਘ, ਲਾਲ ਸਿੰਘ, ਦੇਵਾ ਸਿੰਘ, ਇਸ ਤੋਂ ਇਲਾਵਾ ਸਰਦਾਰ ਬਖਸ਼ੀਸ਼ ਸਿੰਘ ਤੇ ਚੰਦਾ ਸਿੰਘ, ਇਹ 11 ਆਦਮੀ ਸੀਗੇ। ਇਹਨਾਂ ਨੇ ਜਿੰਨਾ ਚਿਰ ਤੱਕ ਇਹਨਾਂ ਦੇ ਕੋਲੋਂ ਮੁਕਾਬਲਾ ਹੋਇਆ, ਇੱਕ ਪਿਸਤੌਲ ਦੇ ਨਾਲ ਮੁਕਾਬਲਾ ਕੀਤਾ। ਜਦੋਂ ਗ੍ਰਿਫਤਾਰੀ ਹੋਈ ਹੈ ਉਸ ਵੇਲੇ ਬੇਸ਼ੱਕ ਸਰਦਾਰ ਧਿਆਨ ਸਿੰਘ ਤੇ ਚੰਦਾ ਸਿੰਘ ਸ਼ਹੀਦ ਹੋ ਚੁੱਕੇ ਸੀ ਮੁਕਾਬਲਾ ਕਰਦੇ, ਜਿਹੜਾ ਪਿਸਤੌਲ ਬਰਾਮਦ ਹੋਇਆ ਉਹ ਆਟੋਮੈਟਿਕ ਪਿਸਤੌਲ ਤੇ 43 ਕਾਰਤੂਸ ਸੀ। ਇਹਦਾ ਮਤਲਬ ਜਿੰਨੇ ਕੁ ਹਥਿਆਰ ਵਿਦੇਸ਼ਾਂ ਚੋਂ ਆ ਸਕਦੇ ਸੀ ਉਹ ਲਿਆਂਦੇ ਗਏ, ਪਰ ਬਹੁਤ ਵੱਡਾ ਜ਼ਖੀਰਾ ਨਹੀਂ ਆ ਸਕਿਆ ਗਿਆ ਕਿਉਂਕਿ ਫੜਿਆ ਗਿਆ ਹਥਿਆਰ ਜਿਹੜਾ ਉਹ ਵਿਦੇਸ਼ੀ ਸੀ। ਗ੍ਰਿਫਤਾਰ ਕੀਤਾ ਗਿਆ, ਵੀਰ ਜੀ ਨੇ ਸਾਰੀ ਗੱਲ ਸਾਂਝੀ ਕੀਤੀ ਹੈ, ਮੁਕੱਦਮਾ ਚੱਲਿਆ। ਇਸ ਮੁਕੱਦਮੇ ਦੇ ਵਿੱਚ ਸਜ਼ਾਵਾਂ ਹੋਈਆਂ ਫਾਂਸੀ ਦੀਆਂ, ਇਹਨਾਂ 11 ਬੰਦਿਆਂ ਨੂੰ ਸਜ਼ਾ ਹੋਈ ਫਾਂਸੀ ਦੀ, ਕਿਸੇ ਇੱਕ ਨੇ ਵੀ ਰਹਿਮ ਦੀ ਅਪੀਲ ਨਹੀਂ ਕੀਤੀ। ਔਰ ਸਭ ਤੋਂ ਵੱਡੀ ਗੱਲ, ਸਰਦਾਰ ਗਾਂਧਾ ਸਿੰਘ ਨੂੰ ਜਿਸ ਵੇਲੇ ਫਾਂਸੀ ਦਿੱਤੀ ਜਾਂਦੀ ਹੈ ਤੇ ਉਸ ਜੇਲ੍ਹ ਦਾ ਜਮਾਦਾਰ ਆਪ ਖੁਦ ਇਸ ਗੱਲ ਨੂੰ ਮੰਨਦਾ ਹੈ, ਕਹਿੰਦਾ ਕਿ ਮੇਰੇ ਸਾਹਮਣੇ ਸੈਂਕੜੇ ਬੰਦਿਆਂ ਨੂੰ ਫਾਂਸੀਆਂ ਦਿੱਤੀਆਂ ਗਈਆਂ। ਅੱਜ ਵੀ ਜੇ ਕੋਈ ਤੁਸੀਂ ਅਫਜ਼ਲ ਗੁਰੂ ਦੀ ਗੱਲ ਹੁੰਦੀ ਹੈ ਤੇ ਤੁਹਾਨੂੰ ਪਤਾ ਹੈ ਕਿ ਅਫਜ਼ਲ ਗੁਰੂ ਦੀ ਜਿਹੜੀ ਫਾਂਸੀ ਹੈ ਉਹਦੇ ਬਾਰੇ ਜਿਹੜਾ ਭਾਰਤੀ ਨਿਆਂਪਾਲਿਕਾ ਦਾ ਡਿਸੀਜ਼ਨ ਹੈ ਉਹਦੇ ਸ਼ਬਦ ਕਿਵੇਂ ਦੇ ਨੇ, ਕਹਿੰਦੇ ਆਲਦੋ ਵੀ ਹੈਵ ਨਾਟ ਇਨਫ ਪ੍ਰੂਫਸ ਟੂ ਹੈਂਗ ਹਿਮ ਬਟ ਓਨਲੀ ਫੋਰ ਦਾ ਸੈਟੀਸਫੈਕਸ਼ਨ ਆਫ ਕਲੈਕਟਿਵ ਕੌਨਸ਼ੀਅਸਨੈਸ। ਸਾਡੇ ਕੋਲ ਸਬੂਤ ਨਹੀਂ ਇਹਨੂੰ ਫਾਂਸੀ ਦਿੱਤੀ ਜਾਏ, ਪਰ ਬਹੁ ਗਿਣਤੀ ਚੇਤਨਤਾ ਨੂੰ ਸੰਤੁਸ਼ਟ ਕਰਨ ਦੇ ਵਾਸਤੇ ਅਸੀਂ ਬੰਦੇ ਨੂੰ ਫਾਹੇ ਲਾ ਰਹੇ ਹਾਂ। ਪਰ ਜਦੋਂ ਉਹ ਫਾਂਸੀ ਦੇ ਵਾਸਤੇ ਜਾ ਰਿਹਾ ਉਸ ਜਲਾਦ ਦੇ ਸ਼ਬਦ ਪੜੋ। ਇੱਕ ਕਿਤਾਬ ਹੈ ਹੈਂਗਿੰਗ ਆਫ ਅਫਜ਼ਲ ਗੁਰੂ, ਜਿਹਦੇ ਪਿੱਛੇ ਇੱਕ ਲੇਖ ਹੈ ਉਸ ਬੀਬੀ ਦਾ, ਦਿਮਾਗ ਚੋਂ ਨਾਮ ਵਿਸਰ ਗਿਆ, ਉਸ ਲੇਖ ਨੂੰ ਪੜੋ। ਉਹ ਕਹਿੰਦਾ ਕਿ ਜਲਾਦ ਕਹਿੰਦਾ ਕਿ ਕਿੰਨਾ ਨੂਰ ਹੈ ਉਹਦੇ ਚਿਹਰੇ ਦੇ ਉੱਪਰ, ਉਹ ਮੌਤ ਤੋਂ ਨਹੀਂ ਡਰ ਰਿਹਾ। ਕਹਿੰਦਾ ਉਹ 300 ਫੁੱਟ ਦਾ ਜਿਹੜਾ ਸਫ਼ਰ ਹੈ ਨਾ ਉਹ ਮੇਰੇ ਨਾਲ ਮਜ਼ਾਕ ਕਰਦਾ ਜਾ ਰਿਹਾ, ਇਹਦਾ ਮਤਲਬ ਮੌਤ ਦਾ ਕੋਈ ਭੈ ਨਹੀਂ। ਸੁੱਖਾ ਜਿੰਦਾ, ਭਾਈ ਸੁਖਦੇਵ ਸਿੰਘ ਤੇ ਭਾਈ ਹਰਜਿੰਦਰ ਸਿੰਘ ਜਿੰਦਾ, ਉਹਨਾਂ ਦੇ ਬਾਰੇ ਜਿਹੜੇ ਜੱਜ ਦੇ ਕਲਮਬੰਦ ਬਿਆਨ ਨੇ ਉਹ ਪੜੋ, ਕਿਸ ਤਰ੍ਹਾਂ ਦੇ ਨਾਲ ਮੌਤ ਨੂੰ ਮਜ਼ਾਕ ਕਰਦੇ ਨੇ। ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਬੋਲੇ ਸੋਨਿਆਲ ਦੇ ਜਕਾਰੇ ਨੇ, ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਮੂੰਹ ਮਿੱਠਾ ਕੀਤਾ ਜਾਂਦਾ। ਇਸੇ ਤਰ੍ਹਾਂ ਬਾਬਾ ਗਾਂਧਾ ਸਿੰਘ, ਉਹ ਕਹਿੰਦਾ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਐਵੇਂ ਦਾ ਸ਼ਖਸ਼ ਵੇਖਿਆ ਜਿਹੜਾ ਕੋਠੜੀ ਤੋਂ ਤੁਰ ਕੇ ਮੌਤ ਦੇ ਰੱਸੇ ਵੱਲ ਜਾ ਰਿਹਾ। ਕਹਿੰਦਾ ਇੰਜ ਲੱਗਦਾ ਸੀ ਮੌਤ ਨੂੰ ਮਜ਼ਾਕ ਕਰ ਰਿਹਾ ਹੋਵੇ, ਕਹਿੰਦਾ ਇੰਜ ਲੱਗਦਾ ਸੀ ਜਿਵੇਂ ਕੋਈ ਬੜਾ ਵੱਡਾ ਦ੍ਰਿੜ ਵਿਸ਼ਵਾਸੀ ਇਨਸਾਨ ਜਿਹੜਾ ਆਪਣੇ ਕਾਰਜ ਦੀ ਪੂਰਤੀ ਵੱਲ ਕਰ ਰਿਹਾ ਹੋਵੇ। ਉਸਨੂੰ ਇੱਕ ਸਵਾਲ ਕੀਤਾ ਜੇਲ੍ਹ ਦੇ ਵਿੱਚ, ਉਸਨੇ ਕਿਹਾ ਤੂੰ ਤੇ ਅਮਰੀਕਾ ਦੇ ਵਿੱਚ ਸੀ, ਤੈਨੂੰ ਇੱਥੇ ਆ ਕੇ ਮਰਨ ਦੀ ਕੀ ਲੋੜ ਸੀ? ਹੁਣ ਖਿਆਲ ਕਰਿਓ, ਕਹਿੰਦਾ ਜਿਸ ਦਿਨ ਮੈਂ ਅਮਰੀਕਾ ਨੂੰ ਛੱਡਿਆ ਸੀ ਨਾ, ਮੈਂ ਇਸੇ ਆਸ ਦੇ ਨਾਲ ਛੱਡਿਆ ਸੀ ਕਿ ਹਿੰਦੁਸਤਾਨ ਜਾ ਕੇ ਮੈਂ ਫਾਂਸੀ ਦਾ ਰੱਸਾ ਚੁੰਮਣਾ। ਸੋ ਇਹ ਜਿਹੜੀ ਸਪਿਰਿਟ ਹੈ ਅਮਰੀਕਾ ਨੂੰ ਛੱਡਣਾ ਤੇ ਹਿੰਦੁਸਤਾਨ ਆ ਕੇ ਫਾਂਸੀ ਦਾ ਰੱਸਾ ਚੁੰਮਣਾ, ਇਹ ਜਿਹੜੀ ਸਪਿਰਿਟ ਹੈ ਇਸੇ ਨੂੰ ਹੀ ਅੱਜ ਸਾਡੇ ਇਤਿਹਾਸ ਚੋਂ ਮਨਫੀ ਕੀਤਾ ਜਾ ਰਿਹਾ। ਇਸੇ ਕਰਕੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜਦੋਂ ਤੁਸੀਂ ਆਜ਼ਾਦੀ ਦੀ ਗੱਲ ਕਰਦੇ ਹੋ, ਦੋ ਲਹਿਰਾਂ ਨੂੰ ਬਿਲਕੁਲ ਭਾਰਤੀ ਇਤਿਹਾਸ ਦੇ ਰਾਸ਼ਟਰਵਾਦੀ ਦਾਇਰੇ ਦੇ ਵਿੱਚ ਮਾਨਤਾ ਨਹੀਂ ਮਿਲੀ, ਇੱਕ ਗਦਰ ਲਹਿਰ, ਇੱਕ ਸਾਡੀ ਬੱਬਰ ਅਕਾਲੀ ਲਹਿਰ। ਸਭ ਤੋਂ ਵੱਧ ਜੇ ਵਿਸਾਘਾਤ ਕੀਤਾ ਗਿਆ, ਜੇ ਨਜ਼ਰਅੰਦਾਜ਼ ਕੀਤਾ ਗਿਆ, ਅੱਖੋਂ ਪਰੋਖੇ ਕੀਤਾ ਗਿਆ ਤੇ ਇਹਨਾਂ ਦੋ ਲਹਿਰਾਂ ਨੂੰ ਕੀਤਾ ਗਿਆ, ਉਹਦਾ ਕਾਰਨ ਕੀ ਹੈ? ਕਿਉਂਕਿ ਸਭ ਤੋਂ ਵੱਡੀਆਂ ਸੰਗਠਿਤ ਲਹਿਰਾਂ ਨੇ, ਸਭ ਤੋਂ ਵੱਡੀਆਂ ਉਹ ਲਹਿਰਾਂ ਨੇ ਜਿਹੜੀਆਂ ਨਿਰੋਲ ਸਿੱਖਾਂ ਦੀਆਂ ਨੇ ਤਕਰੀਬਨ, ਤੇ ਇਹਨਾਂ ਲਹਿਰਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਇਹਨਾਂ ਲਹਿਰਾਂ ਦੇ ਵਿੱਚ ਜੂਝਣ ਵਾਲੇ ਜਿੰਨੇ ਵੀ ਸੂਰਮੇ ਸੀ ਉਹ ਸਿੱਖਾਂ ਦੀ ਧਾਰਮਿਕ ਚੇਤਨਤਾ ਤੋਂ ਪ੍ਰਭਾਵਿਤ ਸੀ, ਉਹ ਸਿੱਖ ਫਲਸਫੇ ਦੇ ਨਾਲ ਜੁੜੇ ਹੋਏ ਸੀ। ਸੋ ਇਹ ਜਿੰਨਾ ਵੀ ਇਹਨਾਂ ਵੀਰਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਮੇਰੇ ਵੀਰੋ, ਇਹ ਬਹੁਤ ਵੱਡਾ ਹੈ। ਔਰ ਇਹ ਸੈਮੀਨਾਰ ਜਾਂ ਤੁਹਾਡਾ ਅੱਜ ਦਾ ਇਕੱਠ ਕੇਵਲ ਇੱਕ ਸੈਮੀਨਾਰ ਬਣ ਕੇ ਹੀ ਨਾ ਰਹਿ ਜਾਵੇ, ਇੱਥੋਂ ਦੇ ਜਿਹੜੇ ਪ੍ਰਬੰਧਕ ਵੀਰ ਨੇ ਇਸ ਨੂੰ ਵਿਸ਼ਵ ਵਿਆਪੀ ਮੀਡੀਆ 'ਚ ਲੈ ਕੇ ਆਉਣਾ ਪਵੇਗਾ। ਰਹਿਮਤ ਅਲੀ ਦੇ ਨਾਮ ਦੇ ਉੱਪਰ, ਬਾਪੂ ਚੰਨਣ ਸਿੰਘ ਦੇ ਨਾਮ ਦੇ ਉੱਪਰ ਤੁਹਾਨੂੰ ਕੋਈ ਨਾ ਕੋਈ ਇੱਕ ਅਵਾਰਡ ਜਿਹੜਾ ਹੈ ਉਸ ਸਾਲ ਦਾ ਜਾਰੀ ਕਰਨਾ ਪਵੇਗਾ ਕਿ ਹਰ ਸਾਲ ਇੱਕ ਅਵਾਰਡ ਇਹਨਾਂ ਦੋ ਸ਼ਹੀਦਾਂ ਦੇ ਨਾਮ ਦੇ ਉੱਪਰ ਦਿੱਤਾ ਜਾਣਾ ਕਰੇਗਾ, ਕਿਉਂਕਿ ਇਹ ਤੁਹਾਡੀ ਵਿਰਾਸਤ ਨੇ, ਇਹ ਉਹ ਵਿਰਾਸਤ ਨੇ ਜਿਨ੍ਹਾਂ ਨੇ ਸਾਂਝੇ ਪੰਜਾਬ ਦੇ ਵਾਸਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ। ਇਹਨਾਂ ਨੂੰ ਬ੍ਰਾਹਮਣਵਾਦੀ ਰਾਸ਼ਟਰਵਾਦ ਦੇ ਦਾਇਰੇ ਦੇ ਵਿੱਚ ਆ ਕੇ ਜਾਂ ਉਸ ਸਮੁੰਦਰ ਦੇ ਵਿੱਚ ਆ ਕੇ ਖਤਮ ਨਾ ਹੋਣ ਦਿਓ, ਇਸ ਨੂੰ ਉਭਾਰਨ ਦੀ ਕੋਸ਼ਿਸ਼ ਕਰੋ। ਇਹਨਾਂ ਸ਼ਹੀਦ ਜਿਹੜੇ ਨੇ ਇਹਨਾਂ ਨੂੰ ਮੈਂ ਸੋਚਦਾ ਕਿ ਤੁਹਾਡੀ ਸੱਚੀ ਜਿਹੜੀ ਇਮਾਨਦਾਰੀ ਦੇ ਨਾਲ ਨਤਮਸਤਕ ਹੋਣਾ ਜਿਹੜਾ ਉਹ ਇਹੀ ਹੋਵੇਗਾ ਕਿ ਅਸੀਂ ਇਹਨਾਂ ਸ਼ਹੀਦਾਂ ਨੂੰ ਭਾਰਤੀ ਇਤਿਹਾਸ ਦੇ ਨਕਸ਼ੇ ਦੇ ਵਿੱਚ ਉਭਾਰ ਕੇ ਸਾਹਮਣੇ ਲੈ ਕੇ ਆਈਏ, ਕਿਉਂਕਿ ਇਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਮੁਕਾਬਲੇ ਬਹੁਤ ਵੱਡੀਆਂ ਨੇ ਜਿਨ੍ਹਾਂ ਨੂੰ ਭਾਰਤੀ ਰਾਸ਼ਟਰਵਾਦ ਸਵੀਕਾਰ ਕਰਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।